ਤੋਂ ਵੇਲਾ ਖਬਰਸਾਰ ਦਾ ਤੇ ਹੁਣ ਪਰਮਿਤ ਸਿੰਘ ਬਾੜ ਸਾਹਿਬ ਦੇ ਨਾਲ ਆਪਾਂ ਸਾਂਝ ਪਾਉਂਦੇ ਹੋਏ ਗੱਲ ਅੱਗੇ ਤੋਰਦੇ ਹਾਂ। ਸਾਡੇ ਪ੍ਰੋਗਰਾਮ ਦੇ ਸਪਾਂਸਰ ਸੱਜਣ ਨੇ ਜਸਵਿੰਦਰ ਸਿੰਘ ਮਿਸੀਸਿਪੀ, ਜਸਵੰਤ ਸਿੰਘ ਸੁੱਤਰ ਸਾਹਿਬ ਕੈਨੇਡਾ ਤੋਂ, ਪਿੰਡ ਸਿੰਧਵਾਂ ਤੋਂ ਉਨ੍ਹਾਂ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀ, ਤੇ ਉਧਰੋਂ ਸਾਨੂੰ ਸਹਿਯੋਗ ਦੇ ਰਹੇ ਨੇ ਗਲੋਬਲ ਅਲਾਇੰਸ ਵਾਲੇ। ਉਹ ਕਹਿੰਦੇ ਆ ਕਿ ਅਸੀਂ ਤੁਹਾਨੂੰ ਵੀ ਸਹਿਯੋਗ ਦਿੰਦੇ ਹਾਂ ਤੇ ਲੋਕਾਂ ਨੂੰ ਸਰਵਿਸ ਦਿੰਦੇ ਹਾਂ ਸਾਰੇ ਅਮਰੀਕਾ ਦੇ ਵਿਚ। ਉਹ ਵੀ ਫੈਮਿਲੀ ਇਮੀਗ੍ਰੇਸ਼ਨ, ਗੁਰੂ ਘਰ ਦੇ ਗ੍ਰੰਥੀਆਂ ਲਈ ਵੀਜ਼ਾ, ਗ੍ਰੀਨ ਕਾਰਡ ਐਪਲੀਕੇਸ਼ਨ, ਇੰਡੀਆ ਦਾ ਵੀਜ਼ਾ, ਪਾਸਪੋਰਟ ਤੇ ਜਾਂ ਫਿਰ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਭਰਨੀ ਹੈ ਜਾਂ ਟੈਸਟ ਦੀ ਤਿਆਰੀ ਕਰਨੀ ਹੈ, ਫਿਰ 209-808-2136 ਕੈਲੀਫੋਰਨੀਆ ਦੇ ਵਿਚ 209-808-2136 ਦੇ ਉੱਤੇ ਕਾਲ ਕਰਕੇ ਤਾਲਮੇਲ ਕੀਤਾ ਜਾ ਸਕਦਾ। ਵਟਸਐਪ ਸਵਾਗਤ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਮਿਹਰਬਾਨੀ ਸੁਖਨੈਪ ਜੀ। ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਖ਼ਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਸਰਦਾਰ ਕਮਲਜੀਤ ਸਿੰਘ ਜੀ ਚੱਠਾ USA ਬਣਿਆ ਵੱਲੋਂ ਜੀ। ਤੇ ਵਟਸਐਪ ਖ਼ਬਰਸਾਰ ਦੀ ਗੱਲ ਕਰੀਏ ਤੇ 1984 ਦੇ ਕਤਲੇਆਮ ਦੇ ਮਾਮਲੇ ਦੇ ਵਿਚ ਇਕ ਨੂੰ ਫਾਂਸੀ ਤੇ ਇਕ ਨੂੰ ਉਮਰ ਕੈਦ, ਮਾਮਲਾ 34 ਸਾਲ ਪੁਰਾਣਾ। ਸੁਖਨੈਪ ਜੀ, ਆਪਣੇ ਆਪ ਦੇ ਵਿਚ ਬਹੁਤ ਸੋਚ ਵਿਚਾਰ ਵਾਲਾ ਦਿਨ ਹੈ ਅੱਜ ਜੀ, ਕਿਉਂਕਿ 34 ਦਿਨ ਦੀ ਸੰਘਰਸ਼ ਕਰਨਾ ਬੜਾ ਔਖਾ ਹੁੰਦਾ। ਜੇ ਆਪਾਂ ਕਹੀਏ ਕਿ 34 ਦਿਨ ਵੱਡੇ ਲੋਕਾਂ ਦੇ ਨਾਲ ਲੜਨਾ, ਪਿੰਡ ਦੇ ਸਰਪੰਚ ਦੇ ਨਾਲ ਹੀ ਲੜਨਾ, ਕਾਨੂੰਨੀ ਲੜਾਈ ਨੂੰ ਲੜਨਾ, ਜਦੋਂ ਸਾਧਨ ਵੀ ਥੋੜੇ ਹੋਣ, ਜਦੋਂ ਸਿਆਸੀ ਲੀਡਰ ਵੀ ਰੋਟੀਆਂ ਸੇਕਣ ਦੀ ਗੱਲ ਕਰਦੇ ਹੋਣ, ਤੇ ਉਸ ਵੇਲੇ 34 ਦਿਨਾਂ ਦੀ ਥਾਂ 34 ਹਫ਼ਤੇ, 34 ਮਹੀਨੇ ਤੇ 34 ਸਾਲ ਜੰਗ ਲੜਨੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਜੀ। ਕਿਉਂਕਿ ਇਹਨਾਂ 34 ਵਰ੍ਹਿਆਂ ਚ ਲੋੜਾਂ ਵੀ ਬਦਲ ਜਾਂਦੀਆਂ, ਮਾਨਸਿਕਤਾ ਵੀ ਬਦਲ ਜਾਂਦੀ ਹੈ, ਤੇ 34 ਵਰ੍ਹਿਆਂ ਦੇ ਵਿਚ ਸਰੀਰਕ ਸਮਰੱਥਾ ਵੀ ਬਦਲ ਜਾਂਦੀ ਹੈ ਜੀ। 34 ਸਾਲ ਦਾ ਜਿਹੜਾ ਸਮਾਂ, ਇਹਦੇ ਵਿਚ ਕਈ ਚਸ਼ਮਦੀਦ ਗਵਾਹ ਦਮ ਤੋੜ ਗਿਆ, ਕਈ ਪੀੜਤਾਂ ਦੀ ਜਿਹੜੀ ਹੈ ਸਾਹਾਂ ਦੀ ਡੋਰ ਜਿਹੜੀ ਉਹ ਟੁੱਟ ਗਈ, ਪਰ ਜੰਗ ਜਿਹੜੀ ਹੈ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਜਾਰੀ ਰਹੀ। ਦੇਖੋ, ਪਹਿਲੀ ਗੱਲ ਇਹ ਸਪਸ਼ਟ ਕਰਨੀ ਬਹੁਤ ਜ਼ਰੂਰੀ ਹੈ ਕਿ ਸੁਖਨੈਪ ਜੀ, ਮੈਂ ਆਪਣੇ ਪਿੰਡੇ ਦੇ ਉੱਤੇ ਇਸ ਜ਼ਖਮ ਨੂੰ ਸਹਿਣ ਨਹੀਂ ਕੀਤਾ 1984 ਵਾਲੇ ਨੂੰ ਜੀ। ਜਿਹਨਾਂ ਨੇ ਸਹਿਣ ਕੀਤਾ ਉਹਨਾਂ ਦਾ ਦੁੱਖ ਕੋਈ ਹੋਰ ਹੋਏਗਾ, ਅਸੀਂ ਥਾਂ ਨਹੀਂ ਪਾ ਸਕਦੇ। ਅਸੀਂ ਮਹਿਸੂਸ ਕਰਨ ਦਾ ਯਤਨ ਕਰਦੇ ਹਾਂ ਅਕਸਰ ਕਿ ਭਾਈ ਕੀ ਕੁਝ ਘਟਿਆ ਵਾਪਰਿਆ ਹੋਏਗਾ, ਹਮਦਰਦੀ ਮੁਜਬ ਵੀ, ਵੈਸੇ ਵੀ ਇੱਕ ਪੱਤਰਕਾਰ ਦੇ ਤੌਰ ਤੇ ਕੋਸ਼ਿਸ਼ ਤੇ ਅਕਸਰ ਰਹਿੰਦੀ ਹੈ ਕਿ ਆਪਾਂ ਯਤਨ ਕਰੀਏ ਕਿ ਭਾਈ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਮਹਿਸੂਸ ਕਰ ਸਕੀਏ ਕਿ ਭਾਈ ਕੀ ਕੁਝ ਹੋਇਆ ਹੋਏਗਾ। ਦੇਖੋ, ਜਿਹਨਾਂ ਦੇ ਇੱਕ ਤਾਂ ਹੁੰਦਾ ਨਾ ਕਿ ਟੱਬਰ ਦਾ ਜੀ ਵਿਛੜ ਜਾਣਾ ਕਿ ਖਬਰ ਆਉਂਦੀ ਹੈ ਜੀ ਚੱਲ ਵਸਿਆ, ਦੂਸਰਾ ਹੁੰਦਾ ਤੁਹਾਡੇ ਸਾਹਮਣੇ ਕੋਹ ਕੇ ਮਾਰ ਦੇਣਾ, ਤੇ ਤੀਸਰਾ ਹੁੰਦਾ ਕਿ ਸ਼ਰੇਆਮ ਤੁਹਾਡਾ ਖੂਨ ਪਸੀਨੇ ਦੇ ਨਾਲ ਬਣਾਇਆ ਗਿਆ ਕਾਰੋਬਾਰ ਤਬਾਹ ਕਰ ਦੇਣਾ, ਤੁਹਾਡੇ ਸਾਹਮਣੇ ਤੁਹਾਡੇ ਪਰਿਵਾਰਕ ਜੀਆਂ ਦੀ ਇੱਜ਼ਤ ਜਿਹੜੀ ਉਹ ਲੁੱਟੇ ਜਾਣਾ, ਤੇ ਉਹਦੇ ਤੋਂ ਬਾਅਦ 34 ਸਾਲ ਲਗਾਤਾਰ ਇਨਸਾਫ ਨਾ ਮਿਲਣਾ ਵੀ ਹਰ ਰੋਜ਼ ਕਿਸੇ ਇੱਜ਼ਤ ਲੁੱਟੇ ਜਾਣ ਤੋਂ ਘੱਟ ਨਹੀਂ ਹੁੰਦਾ ਜੀ। ਇਹ ਵੀ ਗੱਲ ਪੱਕੀ ਹੈ, ਕਿਉਂਕਿ ਇੱਕ ਪਾਸੇ ਅਸੀਂ ਦਾਅਵਾ ਕਰਦੇ ਹਾਂ ਕਿ ਦੁਨੀਆਂ ਦੇ ਵਿੱਚ ਅਸੀਂ ਮਹਾਂਸ਼ਕਤੀ ਬਣ ਜਾਣਾ ਜੀ, ਤੇ ਦੂਸਰੇ ਪਾਸੇ ਸਵਾਲ ਸਾਡੇ ਸਾਹਮਣੇ ਇਹ ਖੜੇ ਹੁੰਦੇ ਆ। ਆਪਾਂ ਕਈ ਵਾਰ ਪਹਿਲਾਂ ਗੱਲ ਕੀਤੀ ਹੈ ਜੀ ਕਿ ਜੇ ਘਟਨਾਕ੍ਰਮ ਕਿਸੇ ਉੱਤਰ ਪੂਰਬ ਦੇ ਸੂਬੇ ਦੇ ਦੂਰ ਦਰਾਜ ਦੇ ਕਿਸੇ ਪਿੰਡ ਚ ਵਾਪਰੀ ਹੁੰਦੀ ਜਿੱਥੇ GT ਰੋਡ ਵੀ ਨਹੀਂ ਜਾਂਦਾ, ਜਿੱਥੇ ਸੜਕ ਵੀ ਨਹੀਂ ਜਾਂਦੀ, ਜਿੱਥੇ ਗੱਡੀ ਵੀ ਨਹੀਂ ਜਾਂਦੀ, ਜਿੱਥੇ ਬਿਜਲੀ ਵੀ ਨਹੀਂ ਜਾਂਦੀ, ਇੱਕ ਪਗਡੰਡੀ ਜਾਂਦੀ ਹੈ ਤਾਂ ਉਹ ਪਹਾੜੀ ਦੇ ਉੱਪਰ ਘਰ ਹੈ ਜੀ। ਉੱਥੇ ਕੋਈ ਇੱਕ ਅੱਧੇ ਕਤਲ ਦੀ ਘਟਨਾ ਵਾਪਰੀ ਹੁੰਦੀ, ਇਨਸਾਫ ਸਾਨੂੰ ਉਹਦਾ ਵੀ ਚਾਹੀਦਾ ਜੀ, ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਕਿਸੇ ਵੀ ਫਿਰਕੇ ਦੇ ਨਾਲ ਸੰਬੰਧ ਰੱਖਦਾ ਬੰਦਾ ਕਿਉਂ ਨਾ ਹੁੰਦਾ, ਸਾਨੂੰ ਇਨਸਾਫ ਚਾਹੀਦਾ ਭਾਈ। ਪਰ ਇਹ ਤਾਂ ਦੇਸ਼ ਦੀ ਰਾਜਧਾਨੀ ਦੇ ਵਿੱਚ ਘਟਨਾਕ੍ਰਮ ਵਾਪਰਿਆ ਸੀ, ਸਰਕਾਰਾਂ ਆਪ ਮੰਨਦੀਆਂ, 3-4 ਹਜ਼ਾਰ ਬੰਦਾ ਨਹੀਂ ਸਿੱਖ ਭਾਈਚਾਰੇ ਦਾ ਬੰਦਾ ਕਤਲ ਕੀਤਾ ਗਿਆ ਜੀ, ਦਰਜਣਾ ਸੈਂਕੜੇ ਬਲਾਤਕਾਰ ਹੋਏ, ਕਿੰਨੇ ਕਾਰੋਬਾਰ ਤਬਾਹ ਕਰ ਦਿੱਤੇ, ਸ਼ਰੇਆਮ ਹੋਇਆ ਸਾਰਾ ਕੁਝ, ਕੋਈ ਲੋਕਲ ਕਾਲ ਵਾਲੀ ਤਾਂ ਗੱਲ ਹੀ ਨਹੀਂ ਸੀ, ਕਈ ਦਿਨ ਚੱਲਦਾ ਰਿਹਾ। ਇਹ ਥੋੜੀ ਸੀ ਕਿ ਬੰਦੇ ਆਏ ਕਤਲ ਕਰਕੇ ਚੁੱਪ ਚਪੀ ਤੇ ਭੱਜ ਗਏ, ਚਾਰੇ ਪਾਸੇ ਕਰਫਿਊ ਲਾ ਤੇ ਜਾਂ ਪੁੱਛਗਿੱਛ ਕਰੀ, ਛਾਪੇ ਮਾਰੇ ਗਏ, ਪਰਚੇ ਦਰਜ ਕੀਤੇ, ਕੁਝ ਵੀ ਨਹੀਂ ਹੋਇਆ ਜੀ। ਹੁਣ ਦੇਖੋ, ਦੋ ਬੰਦੇ ਜਸ਼ਪਾਲ ਤੇ ਨਰੇਸ਼ ਜੀ, ਜਿਹਨਾਂ ਦੇ ਉੱਤੇ ਦੋਸ਼ ਲੱਗਾ ਸੀ ਕਿ ਦਿੱਲੀ ਦਾ ਉਸ ਵੇਲੇ ਤਾਂ ਪਿੰਡ ਹੀ ਸੀ, ਅੱਜ ਤਾਂ ਚਲੋ ਸਾਰਾ ਕੁਝ ਅੰਦਰ ਹੀ ਆ ਗਿਆ ਮਹੀਪਾਲਪੁਰ ਜੀ, ਕਿ ਉਸ ਇਲਾਕੇ ਦੇ ਵਿੱਚ ਇੱਕ ਜੀ ਦੇ 5 ਭਰਾ ਸੀ, 5 ਭਰਾਵਾਂ ਦੀ ਇੱਕ ਦੁਕਾਨ, ਜੋ ਟੱਬਰ ਦੇ ਜਿਉਂਦੇ ਬੱਚੇ ਜੀ ਦੱਸਦੇ ਸੀ, ਜਿਹਨਾਂ ਦੇ ਆਧਾਰ ਤੇ ਪਰਚਾ ਦਰਜ ਹੋਇਆ ਜੀ, ਉਹ ਕਹਿੰਦੇ ਕਿ ਇਹ
ਇਹ ਬੰਦੇ ਜਿਹੜੇ ਆ ਨਾ ਨਰੇਸ਼ ਤੇ ਜਸ਼ਪਾਲ, ਇਹ ਬਹੁਤ ਸਾਰੇ ਹੋਰ ਲੋਕਾਂ ਦੇ ਨਾਲ ਆਏ, ਰਾਡਾਂ ਤਲਵਾਰਾਂ ਸਭ ਕੁਝ ਫੜਿਆ, ਨਾਲ ਦੀ ਨਾਲ ਪੈਟਰੋਲ ਡੀਜ਼ਲ ਦੀਆਂ ਕੇਨੀਆਂ, ਉਹ ਪੰਜਾਂ ਭਰਾਵਾਂ ਦੇ ਵਿੱਚੋਂ ਤਿੰਨਾਂ ਨੂੰ ਵੱਢਿਆ ਟੁੱਕਿਆ ਵੀ ਤੇ ਮੁੜ ਕੇ ਅੱਗ ਵੀ ਲਾ ਤੀ। ਬਾਕੀ ਪਰਿਵਾਰਕ ਮੈਂਬਰ ਜਿਹੜੇ ਜ਼ਖਮੀ ਸੀ ਕਿਸੇ ਹੋਰ ਢੰਗ ਨਾਲ, ਉਹਨਾਂ ਤਿੰਨਾਂ ਨੂੰ ਅੱਗ ਲਾ ਤੀ, ਤਿੰਨਾਂ ਦੇ ਵਿੱਚੋਂ ਦੋ ਫੂਕ ਦਿੱਤੇ ਗਏ, ਉਹਨਾਂ ਨੇ ਦੂਜਾ ਸਾਹ ਨਹੀਂ ਲਿਆ ਤੇ ਫਿਰ ਤੀਸਰੇ ਭਰਾ ਨੇ ਪਰਚਾ ਦਰਜ ਕਰਾਇਆ। ਦੇਖੋ ਪ੍ਰਕਿਰਿਆ ਕਿਵੇਂ ਚੱਲੀ ਹੈ ਜੀ। 1984 ਦਾ ਇਹ ਭਾਣਾ ਵਾਪਰਿਆ, 1993 ਚ ਪਰਚਾ ਹੁੰਦਾ, ਜਾਂਚ ਸ਼ੁਰੂ ਹੁੰਦੀ ਹੈ ਤੇ 94 ਚ ਕਹਿ ਦਿੱਤਾ ਜਾਂਦਾ ਕਿ ਭਾਈ ਸਬੂਤ ਨੀ ਹੈਗੇ, ਕੇਸ ਬੰਦ। 1994 ਤੋਂ ਬਾਅਦ 11 ਸਾਲੀ 2015 ਦੇ ਵਿੱਚ 11 ਸਾਲ ਦਾ ਲੰਬਾ ਚੌੜਾ ਸੰਘਰਸ਼, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ, SGPC ਦਾ ਵੀ, ਫੂਲਕਾ ਸਾਹਿਬ ਦਾ ਵੀ, ਹਰ ਉਸ ਬਸ਼ਰ ਦਾ, ਹਰ ਉਸ ਸੁਹਿਰਦ ਦਿਮਾਗ ਦਾ ਜਿਹਨੇ ਕੋਸ਼ਿਸ਼ ਕੀਤੀ ਕਿ ਭਾਈ ਇਹ ਕੇਸ ਐਵੇਂ ਬੰਦ ਦੁਬਾਰਾ ਖੁੱਲਣੇ ਚਾਹੀਦੇ ਆ। 2015 ਦੇ ਵਿੱਚ ਖੁੱਲਿਆ ਤੇ 2018 ਦੇ ਵਿੱਚ ਉਸੇ ਕੇਸ ਚ ਪਟਿਆਲਾ ਹਾਊਸ ਕੋਰਟ ਨੇ ਅੱਜ ਇੱਕ ਬੰਦੇ ਜਸ਼ਪਾਲ ਨੂੰ ਫਾਂਸੀ ਦੀ ਕੈਦ ਤੇ ਦੂਸਰੇ ਪਾਸੇ ਨਰੇਸ਼ ਨੂੰ ਉਮਰ ਕੈਦ ਸੁਣਾਤੀ ਹੈ। ਹੁਣ ਸੁਖਨੈਬ ਜੀ ਆਪਾਂ ਬਾਕੀ ਸਾਰੀਆਂ ਗੱਲਾਂ ਸੱਜੇ ਖੱਬੇ ਕਰਦੇ ਬਾਅਦ ਵਿੱਚ ਕਰਦੇ ਹਾਂ, ਪਰ ਸਭ ਤੋਂ ਪਹਿਲੀ ਗੱਲ, ਉਹੀ ਬੰਦੇ ਮਾਰੇ ਗਏ ਸੀ, ਉਹਨਾਂ ਨੇ ਮਾਰੇ, ਦਿੱਲੀ ਦੀ ਪੁਲਿਸ ਨੂੰ ਕਿਵੇਂ ਨਾ ਪਤਾ ਲੱਗਾ, ਸਬੂਤ ਕਿੱਥੇ ਲੱਭੇ ਨੀ, ਇਹਦਾ ਮਤਲਬ ਲੱਭੇ ਨੀ, ਏਡੀ ਵੱਡੀ ਘਟਨਾ ਘਟੀ ਹੋਵੇ ਤੇ ਤੁਸੀਂ ਕਹਿੰਦੇ ਹੋ ਸਾਡੇ ਕੋਲ ਸਬੂਤ ਹੈ ਨੀ, ਹੁਣ ਸਬੂਤ ਕਿਵੇਂ ਲੱਭਿਆ SIT ਨੂੰ ਬਈ, ਹੁਣ ਉਹਨਾਂ ਬੰਦਿਆਂ ਨੂੰ ਉਸੇ ਕੇਸ ਦੇ ਵਿੱਚ ਫਾਂਸੀ ਕਿਵੇਂ ਹੋ ਗਈ। ਸਵਾਲ ਉਸ ਵੇਲੇ ਦੇ ਅਧਿਕਾਰੀਆਂ ਤੇ ਵੀ ਖੜੇ ਹੁੰਦੇ ਆ, ਭਾਵੇਂ ਉਹ ਸੇਵਾ ਮੁਕਤ ਹੋ ਗਿਆ ਤੇ ਭਾਵੇਂ ਕੁਝ ਵੀ ਹੋ ਗਿਆ, ਉਹਨਾਂ ਦੇ ਉੱਤੇ ਵੀ ਪਰਚੇ ਹੋਣੇ ਚਾਹੀਦੇ ਆ, ਕੇਸ ਚੱਲਣੇ ਚਾਹੀਦੇ ਆ, ਜਾਂ ਤਾਂ ਉਹ ਦੱਸਣ ਕਿ ਭਾਈ ਅਸੀਂ ਚੱਜ ਨਾਲ ਕੰਮ ਨੀ ਕੀਤਾ, ਜਾਂ ਇਹ ਕਹਿਣ ਕੇ ਅਸੀਂ ਤਾਂ ਚੱਜ ਨਾਲ ਕੰਮ ਕੀਤਾ ਸੀ, ਫਲਾਣੇ ਬੰਦੇ ਦੇ ਕਹਿਣ ਦੇ ਉੱਤੇ ਅਸੀਂ ਸਬੂਤ ਨੀ ਪੇਸ਼ ਕੀਤੇ, ਕੁਝ ਨਾ ਕੁਝ ਤਾਂ ਲੱਲਾ ਪੱਪਾ ਕਰਕੇ ਸਥਾਨਕ ਸੱਚਾਈ ਸਾਹਮਣੇ ਲਿਆਉਣਾ ਜੀ। ਤੇ ਦੂਸਰੀ ਗੱਲ ਸੁਖਨੈਬ ਜੀ, ਨਿੱਜੀ ਤੌਰ ਤੇ ਉਸ ਪਰਿਵਾਰ ਨੂੰ ਸਲਾਮ ਕਰਨੀ ਬਣਦੀ ਹੈ, ਜੇ ਇਸ ਪਰਿਵਾਰ ਨੇ 34 ਸਾਲ ਖੜੇ ਰਹਿ ਕੇ ਕੋਸ਼ਿਸ਼ ਕੀਤੀ ਕਿ ਭਾਈ ਸਾਡੇ ਟੱਬਰ ਦਾ ਜੀ ਚਲੇ ਗਿਆ, ਪਰ ਅਸੀਂ ਸੰਘਰਸ਼ ਕਰਨਾ, ਅਸੀਂ ਜੰਗ ਜਾਰੀ ਰੱਖਣੀ ਹੈ ਜੀ। ਨਹੀਂ ਤਾਂ ਕਈ ਆਪਣੇ ਕੋਲ ਉਦਾਹਰਨਾਂ ਇੱਦਾਂ ਦੀਆਂ ਵੀ ਨੇ, 1984 ਦੇ ਕਤਲੇਆਮ ਚ ਗਵਾਹਾਂ ਦੇ ਟੱਬਰ ਦੇ ਜੀ ਕੋਈ ਕਿਤੇ ਸੈੱਟ ਹੋ ਗਿਆ ਵਿਦੇਸ਼ ਚ, ਕਰੋੜਾਂ ਰੁਪਈਏ ਲੈਣ ਦੇ ਦੋਸ਼ ਵੀ ਲੱਗੇ। ਦੇਖੋ ਆਪਾਂ ਇਹ ਨਹੀਂ ਕਹਿੰਦੇ ਕਿ ਉਹਨਾਂ ਦੇ ਨਾਲ ਧੱਕਾ ਨਹੀਂ ਸੀ ਹੋਇਆ, ਪਰ ਮੈਂ ਪਹਿਲਾਂ ਕਹਿਣਾ ਮਾਨਸਿਕਤਾ ਬਦਲ ਜਾਂਦੀ ਹੈ, ਲੋੜਾਂ ਬਦਲ ਜਾਂਦੀਆਂ, ਸਰੀਰਕ ਸਮਰੱਥਾ ਬਦਲ ਜਾਂਦੀ ਹੈ ਜੀ। ਕਈ ਬੰਦੇ ਪਿਘਲ ਗਏ ਪਰ ਕਈ ਬੰਦੇ ਖੜੇ ਰਹਿ, ਸੱਚੀ ਮੁੱਚੀ ਸਲਾਮ ਕਰਨੀ ਬਣਦੀ ਹੈ ਕਿ ਜਿਹਨਾਂ ਨੇ 34 ਸਾਲਾਂ ਦੇ ਬਾਅਦ, ਜਦੋਂ ਅਜੇ ਮੂੰਹ ਦੇ ਉੱਤੇ ਦਾੜੀ ਫੁੱਟਦੀ ਸੀ ਤੇ ਅੱਜ ਉਹ ਦਾੜੀਆਂ ਚਿੱਟੀਆਂ ਹੋਈਆਂ, ਪਰ ਫਿਰ ਵੀ ਭਰਾਵਾਂ ਦਾ ਭਰਜਾਈਆਂ ਆਪਣੇ ਦਿਓਰਾਂ ਦਾ ਇਸ ਵੇਲੇ ਤੱਕ ਇਨਸਾਫ ਮੰਗ ਰਹੀਆਂ, ਸੱਚੀ ਮੁੱਚੀ ਸਲਾਮ ਕਰਨੀ ਬਣਦੀ, ਹਾਲਾਂਕਿ ਉਹਨਾਂ ਦਾ ਸਾਰਾ ਕਾਰੋਬਾਰ ਤੱਕ ਠੱਪ ਹੋ ਗਿਆ, ਕਿੰਨੀਆਂ ਧਮਕੀਆਂ ਮਿਲੀਆਂ ਹੋਣਗੀਆਂ, ਕਿੰਨੇ ਲਾਲਚ ਆਏ ਹੋਣਗੇ। ਆਪਾਂ ਕਹਿੰਦੇ ਕਿ ਦੁਨੀਆਂ ਦੇ ਉੱਤੇ ਇਨਸਾਨੀਅਤ ਨਹੀਂ ਬਚੀ, ਦੁਨੀਆਂ ਤੇ ਸੰਘਰਸ਼ ਕਰਨ ਦਾ ਮਾਦਾ ਨਹੀਂ ਬਚਿਆ, ਬਚਿਆ ਇਹਨਾਂ ਦਾ ਭਾਈ, ਪਰ ਦੇਰੀ ਨਾਲ ਮਿਲਿਆ ਇਨਸਾਫ ਵੀ ਇਨਸਾਫ ਨਹੀਂ ਹੁੰਦਾ। ਹੁਣ ਇੱਕ ਦੂਸਰੀ ਗੱਲ, ਆਪਾਂ ਇਹ ਨਹੀਂ ਕਹਿੰਦੇ ਕਿ ਭਾਈ ਇਹਦੇ ਨਾਲ ਇਨਸਾਫ ਮਿਲ ਗਿਆ, ਕੋਈ ਬਹੁਤ ਵੱਡੀ ਗੱਲ ਹੋ ਗਈ, ਏਡੀ ਵੱਡੀ ਗੱਲ ਨਹੀਂ ਹੋਈ, ਪਰ ਜਿਹੜੇ ਬੰਦੇ ਇਸ ਕੰਮ ਦੇ ਵਿੱਚ ਸੰਘਰਸ਼ ਕਰ ਰਹੇ ਨੇ, ਭਾਵੇਂ ਫੂਲਕਾ ਸਾਹਿਬ ਭਾਵੇਂ ਦਿੱਲੀ ਕਮੇਟੀ ਵਾਲੇ ਨੇ ਜੀ, ਹੌਸਲਾ ਤਾਂ ਕਿਸੇ ਨਾ ਕਿਸੇ ਨੂੰ ਮਿਲਿਆ ਨਾ ਜੀ, ਕਿ ਭਾਈ ਜੇ ਲੱਗੇ ਰਹਾਂਗੇ ਤਾਂ ਕਿਤੇ ਨਾ ਕਿਤੇ ਇਨਸਾਫ ਮਿਲ ਜੂ। ਸੁਖਨੈਬ ਜੀ, ਇੱਥੇ ਇੱਕ ਬਹੁਤ ਵੱਡਾ ਪੁਆਇੰਟ ਜਿਹੜਾ ਉੱਠ ਕੇ ਸਾਹਮਣੇ ਆਉਂਦਾ ਜੀ, ਇਸ ਲਈ ਸਿਹਰਾ ਬੰਨਣ ਦੀ ਦੌੜ ਲੱਗੇਗੀ ਸਹੀ। ਅਕਾਲੀ ਕਹਿਣਗੇ ਜੀ ਅਸੀਂ ਕੰਮ ਕੀਤਾ ਸਾਰਾ, ਉਧਰ ਹੋਰ ਕੋਈ ਕਹਿ ਸਕਦਾ ਨਹੀਂ ਜੀ ਸਾਡਾ ਹੀ ਸਾਰਾ ਕੁਝ ਹੈ ਜੀ। ਮੈਂ ਕਹਿੰਦਾ ਕਿ ਅਸੀਂ ਤੁਹਾਡੇ ਮੱਥੇ ਤੇ ਦੋ ਦੋ ਸਿਹਰੇ ਬੰਨਣ ਨੂੰ ਤਿਆਰ ਹਾਂ, ਪਰ ਇੱਕ ਗੱਲ ਦਾ ਸਾਡੀ ਲੀਡਰਸ਼ਿਪ ਖਿਆਲ ਰੱਖੇ, 650 ਪਰਚੇ ਦਰਜ ਹੋਏ ਸੀ 1984 ਦੇ ਕਤਲੇਆਮ ਤੋਂ ਬਾਅਦ ਜੀ, ਉਹਨਾਂ 650 ਪਰਚਿਆਂ ਦੇ ਵਿੱਚੋਂ ਤਕਰੀਬਨ 264 ਕੇਸ ਇਹ ਕਹਿ ਕੇ ਬੰਦ ਕਰ ਦਿੱਤੇ ਗਏ ਸੀ ਕਿ ਸਬੂਤਾਂ ਦੀ ਘਾਟ ਹੈ, ਉਹਨਾਂ 264 ਕੇਸਾਂ ਦੇ ਵਿੱਚੋਂ ਇਸ ਇੱਕ ਕੇਸ ਦੇ ਵਿੱਚ ਸਜ਼ਾ ਹੋਈ ਹੈ। ਜੇ ਸੱਚੀ ਮੁੱਚੀ ਸਿਹਰੇ ਜਿਹੜੇ ਸਿਰ ਬਣਾਉਣੇ ਆ ਤੇ ਕਮਰ ਵੀ ਕੱਸੋ ਕਿ ਬਾਕੀ 263 ਕੇਸਾਂ ਦੇ ਵਿੱਚੋਂ ਅਸੀਂ ਸਬੂਤ ਲੱਭਣ ਲਵਾਉਣ ਦੇ ਵਿੱਚ ਮਦਦ ਕਰਨੀ ਹੈ ਤੇ ਇਨਸਾਫ਼ ਉਹਨਾਂ ਦੇ ਵਿੱਚ ਵੀ ਲੈਣਾ ਜੀ। ਇਹ ਨਹੀਂ ਕਿ ਇੱਕ ਕੇਸ ਦੇ ਵਿੱਚ ਇਨਸਾਫ਼ ਮਿਲ ਗਿਆ ਤੇ ਆਪਾਂ ਅੱਗੇ ਨੂੰ ਤੁਰ ਪਏ। ਮੈਂ ਕਹਿੰਦਾ ਬਾਕੀ 263 ਕੇਸ ਵੀ ਛੱਡੇ, ਜੇ ਵੱਧ ਲੱਗਦੇ ਆ, ਇਸ ਕੇਸ ਦੇ ਵਿੱਚ ਫਾਹਾ ਲੱਗ ਜਾਣਾ, ਅਜੇ ਨਹੀਂ ਲੱਗਣਾ ਜੀ, ਅਜੇ ਹਾਈਕੋਰਟ ਜਾਣਗੇ, ਹਾਈਕੋਰਟ ਦੇ ਵਿੱਚੋਂ ਵੀ ਜੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਅਗਲੇ ਸੁਪਰੀਮ ਕੋਰਟ ਜਾਣਗੇ ਜੀ, ਜੇ ਸੁਪਰੀਮ ਕੋਰਟ ਨੇ ਵੀ ਸਜ਼ਾ ਨੂੰ ਬਰਕਰਾਰ ਰੱਖਿਆ ਤਾਂ ਅਗਲੇ ਸੁਪਰੀਮ ਕੋਰਟ ਦੀ ਡਬਲ ਬੈਂਚ ਕੋਲ ਜਾਣਗੇ ਜੀ, ਜੇ ਸੁਪਰੀਮ ਕੋਰਟ ਦੀ ਡਬਲ ਬੈਂਚ ਨੇ ਵੀ ਸਜ਼ਾ ਨੂੰ ਬਰਕਰਾਰ ਰੱਖਿਆ, ਉਹਨਾਂ ਦੇ ਕੋਲ ਰਾਸ਼ਟਰਪਤੀ ਦੇ ਕੋਲ ਜਾਣ ਦੀ ਜਿਹੜੀ ਇੱਕ ਅਜੇ ਰਾਹ ਰਸਤੇ ਦੀ ਪਗਡੰਡੀ ਜਿਹੜੀ ਹੈ ਉਹ ਬਾਕੀ ਬਚੀ ਹੋਣੀ ਹੈ, ਪਰ ਇਹਦੇ ਬਾਵਜੂਦ ਵੀ ਆਪਾਂ ਪਟਿਆਲਾ ਹਾਊਸ ਕੋਰਟ ਦੀ
ਇਸ ਜਜਮੈਂਟ ਦੀ ਅਹਿਮੀਅਤ ਨੂੰ ਨਕਾਰ ਨਹੀਂ ਸਕਦੇ। ਬਿਲਕੁਲ ਜੀ, ਗੱਲ ਇੱਕ ਸਿੱਧੀ ਜੀ ਜੀ ਵਟਸਐਪ, ਮੈਂ ਅੱਜ ਕਿਉਂਕਿ ਵਕੀਲ ਕੌਣ ਹੈ ਇਸ ਮਾਮਲੇ ਦੇ ਵਿਚ ਇਹ ਜਾਣਨ ਦਾ ਵੀ ਯਤਨ ਕਰਦਾ ਰਿਹਾ। ਫਿਰ ਮੈਂ ਉਥੋਂ ਦੇ ਸਿੱਖ ਮਾਮਲਿਆਂ ਦੇ ਇਕ ਬਾਬਾ ਪ੍ਰਸਿੱਧ ਆਗੂ ਨੇ, ਮੈਂਬਰ ਪਾਰਲੀਮੈਂਟ ਵੀ ਨੇ, ਪੱਤਰਕਾਰ ਸੋਰੀ ਉਥੇ ਦਿੱਲੀ ਸਰਕਾਰ ਦੇ ਵਿਚ ਵੀ ਆਪਣੇ ਜਰਨੈਲ ਸਿੰਘ ਹੋਰੇ ਸੀਗੇ ਜਿਹੜੇ ਸ਼ਾਮਲ ਰਹੇ ਨੇ, ਉਨ੍ਹਾਂ ਤੋਂ ਮੈਂ ਜਾਣਨ ਦਾ ਯਤਨ ਕੀਤਾ। ਉਹ ਕਹਿੰਦੇ ਜੀ ਸੀਬੀਆਈ ਨੇ ਲੱਭਿਆ ਸਾਰੇ ਦੇ ਸਾਰੇ ਤੱਥ ਗਵਾਹ ਤੇ ਕੇਸ ਵੀ ਸੀਬੀਆਈ ਨੇ ਲੜਿਆ, ਔਰ ਅਸੀਂ ਕਈ ਵਾਰੀ ਸੀਬੀਆਈ ਨੂੰ ਉਸ ਨਜ਼ਰੀਏ ਨਾਲ ਵੀ ਦੇਖਦੇ ਰਹੇ ਕਿ ਉਹਨੇ ਕੀਤਾ ਕਰਾਇਆ ਕੁਛ ਨਹੀਂ, ਪਰ ਜੇ ਇਸ ਮਾਮਲੇ ਚ ਦੇਖੀਏ ਤਾਂ ਇੱਥੇ ਬਹੁਤ ਵੱਡੀ ਪ੍ਰਾਪਤੀ ਉਹਦੀ ਵੀ ਹੈ ਜੀ। ਦੇਖੋ ਸੁਖਨੈਬ ਜੀ, ਬਹੁਤ ਸਾਰੀਆਂ ਚੀਜ਼ਾਂ ਸਾਹਮਣੇ ਨੇ। ਮੈਂ ਕਹਿੰਦਾ ਕਿ 34 ਸਾਲਾਂ ਚ ਸੀਬੀਆਈ ਤੇ ਵੀ ਸਵਾਲ ਖੜੇ ਹੋਏ ਜੀ, ਭਾਰਤ ਦੀ ਨਿਆਂ ਪ੍ਰਣਾਲੀ ਦੇ ਉੱਤੇ ਸਵਾਲ ਖੜੇ ਹੋਏ, ਅੱਜ ਵੀ ਖੜੇ ਆ ਜੀ, ਸੀਬੀਆਈ ਤੇ ਵੀ ਖੜੇ ਆ, ਭਾਰਤ ਦੀ ਨਿਆਂ ਪ੍ਰਣਾਲੀ ਤੇ ਵੀ ਖੜੇ ਆ। ਪਰ ਜੇ ਇਸ ਕੇਸ ਦੇ ਵਿੱਚ ਵੀ ਸਜ਼ਾ ਨਾ ਹੁੰਦੀ ਤਾਂ ਫਿਰ ਕਿਸੇ ਦੀ ਅਸੀਂ ਲੱਤ ਭੰਨ ਲੈਣੀ ਸੀ। ਹੁਣ ਜਿੱਥੇ ਕਿਤੇ, ਕਿਉਂਕਿ ਸੀਬੀਆਈ ਇੱਕ ਬੰਦਾ ਨਹੀਂ ਹੈ, ਸੀਬੀਆਈ ਦੇ ਵਿੱਚ ਸੈਂਕੜੇ ਅਧਿਕਾਰੀ ਆ, ਉਹਨਾਂ ਚ ਚੰਗੇ ਵੀ ਹੋਣਗੇ ਤੇ ਮਾੜੇ ਵੀ ਹੋਣਗੇ। ਤੇ ਜੇ ਆਪਾਂ ਇਹ ਕਹੀਏ ਕਿ ਭਾਈ ਉਦੋਂ ਇੱਕ ਵਰਗ ਵਿਸ਼ੇਸ਼ ਨੇ ਸਿੱਖਾਂ ਦੇ ਉੱਤੇ ਹਮਲਾ ਕੀਤਾ, ਕਿਸੇ ਭਾਈਚਾਰੇ ਨੇ ਹਮਲਾ ਨਹੀਂ ਸੀ ਕੀਤਾ, ਇੱਕ ਭਾਈਚਾਰੇ ਦੇ ਕੁਝ ਸੱਤਾ ਦੇ ਲੋਭੀ ਲੋਕਾਂ ਨੇ ਹਮਲਾ ਕੀਤਾ ਸੀ। ਕਿਉਂਕਿ ਜੇ ਆਪਾਂ ਇਹ ਕਹੀਏ ਕਿ ਭਾਈ ਹਿੰਦੂ ਭਾਈਚਾਰੇ ਸਾਰੇ ਨੇ ਹਮਲਾ ਕੀਤਾ ਤਾਂ ਗਲਤ ਹੈ, ਕਈ ਬੰਦੇ ਨਫ਼ਰਤ ਫੈਲਾਉਂਦੇ ਆ ਜੀ, ਕਿਉਂਕਿ ਉਦੋਂ ਐਸੇ ਵੀ ਕਈ ਹਿੰਦੂ ਭਾਈਚਾਰੇ ਦੇ ਲੋਕ ਸੀ ਜਿਹਨਾਂ ਨੇ ਸਿੱਖ ਆਪਣੇ ਘਰਾਂ ਚ ਲੁਕੋਏ ਤੇ ਆਪਣੇ ਕਾਰੋਬਾਰ ਤਬਾਹ ਕਰਾ ਲਏ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਭਾਈ ਇਹਨਾਂ ਨੇ ਲੁਕੋਏ ਆ ਬੰਦੇ। ਆਪਣੇ ਕੋਲ ਉਦਾਂ ਦੀਆਂ ਕਈ ਉਦਾਹਰਨਾਂ ਨੇ। ਇਹਦੇ ਨਾਲ ਨਾਲ ਜੇ ਆਪਾਂ ਕਹੀਏ ਕਿ ਉਸ ਸਾਰੇ ਭਾਈਚਾਰੇ ਨੇ ਕੀਤਾ, ਕੱਲ ਗਲਤ ਹੋਏਗੀ। ਦੇਖੋ ਮੈਂ ਫੇਰ ਕਹਿੰਦਾ ਕਿ ਮੈਂ ਆਪਣੇ ਪਿੰਡੇ ਦੇ ਉੱਤੇ ਉਸ ਜ਼ਖਮ ਨੂੰ ਮਹਿਸੂਸ ਨਹੀਂ ਕੀਤਾ, ਪਰ ਫੇਰ ਵੀ ਆਪਣੇ ਆਸ ਪਾਸ ਆਪਾਂ ਕਿੱਥੇ ਕਿੱਥੇ ਨਾ ਨਜ਼ਰ ਮਾਰੀਏ। ਆਪਾਂ ਹਿੰਦੂ ਭਾਈਚਾਰੇ ਦੇ ਬੰਦਿਆਂ ਨੂੰ ਇੱਥੇ ਹਸਪਤਾਲਾਂ ਦੇ ਵਿੱਚ ਵਿਲਕਦੇ ਨਹੀਂ ਵੇਖਦੇ, ਉਹਨਾਂ ਨੂੰ ਬੇਰੁਜ਼ਗਾਰ ਨਹੀਂ ਵੇਖਦੇ, ਇੱਥੇ ਸਬਜ਼ੀ ਦੀ ਰੇਹੜੀ ਲਾਉਂਦਿਆਂ ਨਹੀਂ ਵੇਖਦੇ। ਉਹਨਾਂ ਵਿਚਾਰਿਆਂ ਨੇ ਕਿੱਥੇ ਸੋਚਿਆ ਹੋਣਾ ਕਿ ਭਾਈ ਅਸੀਂ ਵੱਧ ਟੁੱਕ ਕਰਨੀ ਆ ਸਿੱਖ ਭਾਈਚਾਰੇ ਦੀ। ਇਸ ਕਰਕੇ ਕੁਝ ਸਾਜ਼ਿਸ਼ੀ ਲੋਕਾਂ ਨੇ, ਸੱਤਾ ਨੂੰ ਕਾਇਮ ਰੱਖਣ ਵਾਲੇ ਲੋਕਾਂ ਨੇ, ਧੂਵੀ ਕਰਨ ਵਾਲੇ ਲੋਕਾਂ ਨੇ ਉਹ ਸਾਰਾ ਕੁਝ ਕਰਾਇਆ, ਪਰ ਨਫ਼ਰਤ ਨਹੀਂ ਪਨਪਣੀ ਚਾਹੀਦੀ। ਮੈਂ ਇੱਕ ਗੱਲ ਹੋਰ ਇੱਥੇ ਸਾਂਝੀ ਕਰਦੇ ਹਾਂ ਸੁਖਨੈਬ ਜੀ, ਇਸ ਵੇਲੇ ਜਿਹੜੇ ਵੀ ਅਧਿਕਾਰੀ ਨੇ, ਜਿਹੜੇ ਵੀ ਵਕੀਲ ਨੇ ਇਹ ਸਾਰਾ ਕੁਝ ਕੀਤਾ ਕਰਾਇਆ, ਉਸ ਦੇ ਸਿਰ ਵੀ ਸਿਰਾ ਵੱਜਣਾ ਚਾਹੀਦਾ, ਪਿੱਠ ਥਾਪੜਨੀ ਵੀ ਚਾਹੀਦੀ। ਇੱਕ ਗੱਲ ਸਾਨੂੰ ਬਿਲਕੁਲ ਨਹੀਂ ਭੁੱਲਣੀ ਚਾਹੀਦੀ ਕਿ ਸਿੱਖ ਧਰਮ ਸਮੁੱਚੀ ਇਨਸਾਨੀਅਤ ਦਾ ਧਰਮ ਹੈ ਜੀ, ਸਿੱਖ ਧਰਮ ਸਮੁੱਚੀ ਲੋਕਾਈ ਦਾ ਧਰਮ ਹੈ, ਕਿਉਂਕਿ ਅਸੀਂ ਕਿਸੇ ਦੂਸਰੇ ਨਫ਼ਰਤ ਕਰਨੀ ਨਹੀਂ ਸਿੱਖੀ। ਮੈਂ ਕਹਿੰਦਾ ਕਿ 1984 ਦੇ ਕੇਸਾਂ ਚ 34 ਸਾਲ ਲੱਗ ਗਿਆ ਸਿਰਫ ਇੱਕ ਕੇਸ ਦੇ ਵਿੱਚ, ਆ ਪਹਿਲੀ ਵਾਰੀ ਫਾਂਸੀ ਦੀ ਸਜ਼ਾ ਹੋਈ ਹੈ ਇਹਨਾਂ ਕੇਸਾਂ ਚ। ਅੱਜ ਤੱਕ 1984 ਦੇ ਕਿਸੇ ਕੇਸ ਦੇ ਵਿੱਚ ਫਾਂਸੀ ਦੀ ਸਜ਼ਾ ਦਾ ਫਰਮਾਨ ਨਹੀਂ ਜਾਰੀ ਕੀਤਾ ਗਿਆ, ਇਹ ਪਹਿਲਾ ਕੇਸ ਹੈ। ਇਹਦੇ ਨਾਲ ਇੱਕ ਉਦਾਹਰਣ ਸੈੱਟ ਹੋਈ ਹੈ ਭਲਕ ਨੂੰ, ਹੋਰਨਾਂ ਕੇਸਾਂ ਦੇ ਵਿੱਚ ਜਦੋਂ ਜੱਜ ਸਾਹਿਬਾਨ ਨੇ ਨੇੜੇ ਨੇੜੇ ਕੇਸ ਜਾਣੇ ਆ, ਕਿਉਂਕਿ ਕਈ ਵੱਡੇ ਕਾਂਗਰਸ ਪਾਰਟੀ ਦੇ ਲੀਡਰ ਜਿਨ੍ਹਾਂ ਦੇ ਖਿਲਾਫ਼ ਗਵਾਹੀਆਂ ਹੋ ਚੁੱਕੀਆਂ, ਉਦੋਂ ਫਿਰ ਜੱਜ ਸਾਹਿਬਾਨ ਪੁਰਾਣੀਆਂ ਜੱਜਮੈਂਟਸ ਨੂੰ ਵੀ ਕਈ ਵਾਰ ਧਿਆਨ ਚ ਰੱਖਦੇ ਆ। ਇਸ ਗੱਲ ਦੀ ਅਹਿਮੀਅਤ ਤੋਂ ਵੀ ਅਸੀਂ ਇਨਕਾਰ ਨਹੀਂ ਕਰਨਾ। ਤੇ ਦੂਸਰੀ ਗੱਲ ਜੀ, ਇਸ ਵੇਲੇ ਰੌਲਾ ਇਹ ਨਹੀਂ ਕਿ ਕੇਵਲ ਤੇ ਕੇਵਲ 1984 ਦੇ ਕਤਲੇਆਮ ਪੀੜਤਾਂ ਨੂੰ ਇਨਸਾਫ਼ ਮਿਲੇ, ਰੌਲਾ ਕੇਵਲ ਇਹ ਨਹੀਂ ਕਿ ਉਸ ਵੇਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਸਜ਼ਾਵਾਂ ਮਿਲਣ। ਸੁਖਨੈਬ ਜੀ, ਰੌਲਾ ਇਸ ਗੱਲ ਦਾ ਵੀ ਨਾਲੋ ਨਾਲ ਹੈ ਕਿ ਦੁਨੀਆਂ ਭਰ ਦੇ ਵਿੱਚ ਕਿਤੇ ਦੁਬਾਰਾ 84 ਨਾ ਵਾਪਰੇ, ਕੱਲੇ ਸਿੱਖਾਂ ਦੇ ਉੱਤੇ ਨਹੀਂ, ਕਿਸੇ ਵੀ ਭਾਈਚਾਰੇ ਦੇ ਬੇਕਸੂਰ ਲੋਕਾਂ ਦੇ ਉੱਤੇ। ਕਿਉਂਕਿ ਦੇਰ ਸਵੇਰ ਮੈਂ ਕਹਿੰਦਾ ਕਿ ਹੌਲੀ ਹੌਲੀ ਕੇਸਾਂ ਦਾ ਨਤੀਜਾ ਆਵੇ, ਅਸੀਂ ਦੇਰ ਬਹੁਤ ਕਰ ਦਿੱਤੀ, ਪਰ ਘੱਟੋ ਘੱਟ ਭੜਕ ਨੂੰ ਇਹ ਜਿਹੜੇ ਬੰਦੇ ਲੀਡਰਾਂ ਦੇ ਢਹੇ ਚੜ ਕੇ ਦੂਜਿਆਂ ਦੇ ਟੋਟੇ ਕਰਨ ਲੱਗ ਪੈਂਦੇ ਆ, ਲੀਡਰਾਂ ਦੀ ਚੱਕਣ ਚਕਾਈ ਦੇ ਵਿੱਚ ਆ ਕੇ ਦੂਜਿਆਂ ਨੂੰ ਠੂਕਣ ਲੱਗ ਪੈਂਦੇ ਆ, ਉਹਨਾਂ ਨੂੰ ਅੱਜ ਦੇ ਇਸ ਕੇਸ ਦੀ ਸੁਣਵਾਈ ਤੋਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਲੀਡਰ ਕਦੇ ਨੀ ਫਸਦਾ ਭਾਈ, ਜੇ ਫਸਦਾ ਤਾਂ ਬਹੁਤ ਦੇਰ ਨਾਲ ਫਸਦਾ, ਫਸਦੇ ਨੇ ਤਾਂ ਆਮ ਲੋਕ ਫਸਦੇ ਆ ਜਿਹੜੇ ਇਹਨਾਂ ਦੀਆਂ ਉਂਗਲਾਂ ਦੇ ਉੱਤੇ ਚੜ ਕੇ ਇਸ ਤਰੀਕੇ ਦੇ ਕਾਰਨਾਮਿਆਂ ਨੂੰ ਅੰਜਾਮ ਦਿੰਦੇ ਆ ਜੀ। ਦੇਰ ਨਾਲ ਹੀ ਸਹੀ, ਇਨਸਾਫ਼ ਮਿਲੇ, ਘੱਟੋ ਘੱਟ ਭਾਰਤ ਦੇ ਵਿੱਚ ਦੁਬਾਰਾ ਕਿਸੇ ਹੋਰ ਭਾਈਚਾਰੇ ਜਾਂ ਕਿਸੇ ਵੀ ਬੰਦੇ ਦੇ ਉੱਤੇ ਕੋਈ ਵੀ ਬੰਦਾ ਜ਼ੁਲਮ ਕਰਨ ਤੋਂ ਪਹਿਲਾਂ ਸਵਾਰੀ ਸੋਚੇ ਕਿ ਭਾਈ ਭਾਵੇਂ 34 ਸਾਲ ਹੀ ਮਿਲੇ, ਫਾਹਾ ਲੱਗ ਸਕਦਾ। ਸੋ ਕੁੱਲ ਮਿਲਾ ਕੇ ਦੇਰਾ ਹੀ ਦਰੁਸਤ ਹੈ, ਇੱਕ ਕੇਸ ਵਿੱਚ ਫਾਹੇ ਦੀ ਸਜ਼ਾ ਜਿਹੜੀ ਹੈ ਉਹ ਲੱਗੀ ਹੈ, ਇੰਪਲੀਮੈਂਟ ਕਦੋਂ ਹੁੰਦੀ ਕੁਝ ਨਹੀਂ ਪਤਾ, ਪਰ ਬਾਕੀ ਸਾਰੇ ਦੁਨੀਆਂ ਦੇ ਜਿਹੜੇ ਜਾਂ ਭਾਰਤ ਦੇ ਵੱਖ ਵੱਖ ਥਾਵਾਂ ਤੇ ਸੰਘਰਸ਼ ਕਰ ਰਹੇ ਜਿਹੜੇ ਲੋਕ ਨੇ, ਉਹਨਾਂ ਨੂੰ ਥੋੜਾ ਜਿਹਾ ਉਤਸ਼ਾਹ ਇਸ ਗੱਲ ਤੋਂ ਮਿਲੇਗਾ ਜ਼ਰੂਰ ਜੀ। ਮਤਲਬ ਬਾਠ ਸਾਹਿਬ, ਇਸ ਗੱਲ ਦੇ ਇਹ ਵੀ ਤੱਥ ਨੇ ਨਾ ਕਿ ਜਿਹੜੇ ਦੋਸ਼ੀ ਸੀਗੇ ਦੋਵੇਂ, ਉਹ ਇਹਨਾਂ ਪੀੜਤਾਂ ਨੂੰ ਜਾਂ ਮ੍ਰਿਤਕਾਂ ਨੂੰ ਜਾਣਦੇ ਵੀ ਸੀ, ਔਰ ਜਾਣਕਾਰ ਹੋਣ ਦੇ ਬਾਵਜੂਦ ਉਹਨਾਂ ਦੇ ਉੱਤੇ ਅਟੈਕ ਕੀਤਾ। ਉਹਨਾਂ ਦੀ ਦੁਕਾਨ ਦੇ ਪੱਕੇ ਗਾਹਕ ਸੀ, ਇੱਕ ਪੋਸਟ ਮਾਸਟਰ ਸੀ ਜਾਂ ਪੋਸਟ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਸੀ, ਦੂਸਰਾ ਟਰਾਂਸਪੋਰਟਰ ਸੀ। ਬਿਲਕੁਲ ਸੁਖਨੈਬ ਜੀ, ਦੇਖੋ ਉਹਨਾਂ ਦਿਨਾਂ ਦੇ ਵਿੱਚ ਕਿਹੜਾ ਗੂਗਲ ਮੈਪ ਹੁੰਦਾ ਸੀ
ਉਦੋਂ ਤਾਂ ਦਿਮਾਗ ਹੀ ਹੁੰਦੇ ਸੀ, ਆਪਸੀ ਰਿਲੇਸ਼ਨ ਹੀ ਸੀ, ਜਿਹਨੇ ਜਿਹਨੂੰ ਪਤਾ ਸੀ ਕਿ ਮੇਰੇ ਮੁਹੱਲੇ ਦੇ ਵਿੱਚ ਕਿਹੜਾ ਬੰਦਾ ਕਿੱਥੇ ਰਹਿੰਦਾ, ਉਹਨਾਂ ਨੇ ਟੁੱਕੇ, ਤੇ ਜਿਹਨਾਂ ਨੂੰ ਪਤਾ ਸੀ ਕਿ ਭਾਈ ਸਾਡੇ ਗੁਆਂਢ ਦੇ ਵਿੱਚ ਸਿੱਖ ਰਹਿੰਦੇ ਨੇ, ਇਹਨਾਂ ਨੂੰ ਟੁੱਕਿਆ ਜਾ ਸਕਦਾ, ਉਹਨਾਂ ਦੇ ਵਿੱਚੋਂ ਕਈਆਂ ਨੇ ਬਚਾਏ। ਹਰ ਤਰ੍ਹਾਂ ਦੇ ਲੋਕ ਸੀ ਉਸ ਵੇਲੇ, ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ, ਇਹ ਆਪਣੇ ਸੀ ਜਿਹੜੇ ਚੰਗੇ ਤਰੀਕੇ ਜਾਣਦੇ ਬੁੱਝਦੇ ਸੀ, ਇਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਪੈਟਰੋਲ ਦੀਆਂ ਕੇਨੀਆਂ ਤੇ ਤਲਵਾਰਾਂ ਕਿਵੇਂ ਫੜ ਲਈਆਂ, ਉਸ ਗੱਲ ਨੂੰ ਵੀ ਸਮਝਣ ਦੀ ਲੋੜ ਹੈ ਜੀ। ਔਰ ਵੜ ਸਾਹਿਬ, ਜਦੋਂ ਕੱਲ ਨਿਰੰਕਾਰੀ ਕਾਂਡ ਵਾਪਰਿਆ ਗਾ, ਉੱਥੇ ਅਟੈਕ ਹੋਇਆ ਸੋਰੀ ਨਿਰੰਕਾਰੀਆਂ ਦੇ ਉਸ ਸਥਾਨ ਦੇ ਉੱਤੇ, ਤੇ ਬਾਅਦ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਨੌਕਰੀ ਦਾ ਐਲਾਨ ਕੀਤਾ ਗਿਆ ਕਿ ਭਾਈ ਇਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਮਿਲਣੀ ਹੈ। ਇਹੀ ਖ਼ਬਰ ਜਦੋਂ ਮੈਂ ਸਾਂਝੀ ਕਰਦਾ ਸੀ, ਮੈਨੂੰ ਸਵਾਲ ਆ ਗਿਆ ਕਿ ਜਿਹੜੇ ਉਹ ਲੋਕ ਪਹਿਲਾਂ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਨੇ, ਉਹਨਾਂ ਨੂੰ ਨੌਕਰੀ ਮਿਲ ਗਈ, ਤੇ ਹੁਣ ਲੁਧਿਆਣਾ ਦੇ ਵਿੱਚ ਜਿਹੜਾ ਅੱਗ ਲੱਗਣ ਦੇ ਨਾਲ ਘਟਨਾਕ੍ਰਮ ਵਾਪਰਿਆ ਸੀ, ਸਵਾਲ ਉਹ ਵੀ ਖੜਾ ਹੈ। 20 ਤਰੀਕ ਆ, ਅੱਜ 1 ਸਾਲ ਪੂਰਾ ਹੋ ਗਿਆ ਜੀ, ਕਿਹਾ ਜਾ ਰਿਹਾ ਕਿ ਨੌਕਰੀ ਦਿੱਤੀ ਗਈ, ਪਰ ਕਦੋਂ ਦਿੱਤੀ ਗਈ ਇਹ ਜ਼ਰੂਰ ਦੱਸਿਓ। ਸੁਖਨੈਬ ਜੀ, ਅੱਜ 365ਵਾਂ ਦਿਨ ਸੀ, ਤੇ ਅੱਜ 365ਵੇਂ ਦਿਨ 16 ਦੇ ਵਿੱਚੋਂ 5 ਪਰਿਵਾਰਾਂ ਨੂੰ ਜੁਆਇਨਿੰਗ ਲੈਟਰ ਦਿੱਤੇ ਗਏ ਆ ਕਿ ਭਾਈ ਤੁਸੀਂ ਆਹ ਨੌਕਰੀ ਤੇ ਜਾ ਕੇ ਜੁਆਇਨ ਕਰ ਲਓ, ਪੂਰੇ 1 ਸਾਲ ਬਾਅਦ ਜੀ। ਅਸੀਂ ਇੰਨੇ ਤੇਜ਼ ਹਾਂ, ਅਸੀਂ ਇੰਨੇ ਜ਼ਿਆਦਾ ਜਿਹੜੇ ਸੁਹਿਰਦ ਹਾਂ ਇਨਸਾਫ ਦੇਣ ਦੇ ਲਈ, ਸਰਕਾਰ ਭਾਵੇਂ ਕੋਈ ਵੀ ਹੋਵੇ, ਸਾਡੀ ਰਫ਼ਤਾਰ ਤਕਰੀਬਨ ਉਹੀ ਹੈ, ਅਸੀਂ ਉਸ ਸੱਚੇ ਦੇ ਵਿੱਚ ਖੇਡਾਂ ਨਾ, ਸਾਡਾ ਢਾਂਚਾ ਇੱਕੋ ਹੀ ਹੈ। ਹੁਣ ਦੇਖੋ, ਰੇਡੀਓ ਚੰਨ ਪ੍ਰਦੇਸ਼ੀ ਦੇ ਸੋਤਿਆਂ ਨੂੰ ਆਪਾਂ ਕੁਝ ਚੇਤਾ ਕਰਾਈਏ ਜੀ। ਸਾਲ ਪਹਿਲਾਂ ਜਦੋਂ ਇਸ ਲੁਧਿਆਣੇ ਦੀ ਸੂਫੀਆ ਚੌਂਕ ਨੇੜਲੀ ਪਲਾਸਟਿਕ ਫੈਕਟਰੀ ਦੇ ਵਿੱਚ ਧਮਾਕਾ ਹੋਇਆ ਸੀ, 16 ਬੰਦੇ ਮਾਰੇ ਗਏ ਸੀ, ਪਰ 16 ਇਸ ਕਰਕੇ ਨਹੀਂ ਸੀ ਮਾਰੇ ਗਏ ਕਿ ਅੱਗ ਲੱਗੀ ਹੈ ਜੀ। ਉਹਨਾਂ 16 ਦੇ ਵਿੱਚੋਂ 9 ਬੰਦੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਸੀ, ਜਿਹੜੇ ਪਹਿਲਾਂ ਅੱਗ ਚ ਫਸੇ ਹੋਏ ਬੰਦਿਆਂ ਨੂੰ ਬਚਾਉਣ ਗਏ ਸੀ, ਉਹ ਕਿਉਂ ਮਾਰੇ ਗਏ? ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਫੈਕਟਰੀ ਦੇ ਮਾਲਕ ਨੇ ਜਿੰਨੀ ਕੰਸਟਰਕਸ਼ਨ ਕੀਤੀ ਸੀ ਉਸ ਸਾਰੀ ਕੰਸਟਰਕਸ਼ਨ ਸਰਕਾਰ ਦੇ ਕੋਲੋਂ ਪਾਸ ਨਹੀਂ ਸੀ ਕਰਾਈ ਜੀ। ਜਿਹੜਾ ਨਕਸ਼ਾ ਪਾਸ ਕਰਵਾਇਆ ਸੀ ਉਹ ਥੋੜਾ ਸੀ, ਬਾਅਦ ਵਿੱਚ ਆਪਣੇ ਹਿਸਾਬ ਨਾਲ ਉਸਾਰੀ ਕਰਦਾ ਰਿਹਾ। ਜੇ ਠੀਕ ਤਰੀਕੇ ਨਕਸ਼ਾ ਬਣਾ ਕੇ ਉਸਾਰੀ ਕੀਤੀ ਹੁੰਦੀ ਤਾਂ ਬਾਹਰ ਨਿਕਲਣ ਦੇ 20 ਰਸਤੇ ਹੋਣੇ ਸੀ, ਫਾਇਰ ਬ੍ਰਿਗੇਡ ਜਾਣ ਦੇ 20 ਰਸਤੇ ਹੋਣੇ ਸੀ ਜੀ। ਪਰ ਅਗਲੇ ਨੇ ਆਪਣੇ ਢੰਗ ਤਰੀਕੇ ਨਾਲ ਪੈਸੇ ਧੇਲੇ ਕਮਾਉਣ ਦੇ ਲਈ ਕੰਮ ਕੀਤਾ, ਫਿਰ ਸਾਨੂੰ ਰਾਹ ਕਿੱਥੋਂ ਲੱਭਣੇ ਆ। ਉਹਦੇ ਤੋਂ ਬਾਅਦ ਉਸ ਫੈਕਟਰੀ ਦੀ ਅੱਗ ਬੁਝਾਤੀ ਗਈ ਸੀ ਜੀ, ਤੇ ਜਦੋਂ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੰਦਰ ਵੜ ਗਏ ਨਾ, ਤੇ ਦੇਖੀਏ ਭਾਈ ਕੋਈ ਜਲਿਆ ਤਾਂ ਨੀ ਬੰਦਾ, ਕੋਈ ਅੰਦਰ ਫਸਿਆ ਤਾਂ ਨੀ, ਕੱਢ ਕੇ ਲਿਆਈਏ। ਉਹਨਾਂ ਨੂੰ ਨਹੀਂ ਸੀ ਪਤਾ ਕਿ ਇਸ ਫੈਕਟਰੀ ਦੇ ਅੰਦਰ ਗੈਰ ਕਾਨੂੰਨੀ ਢੰਗ ਦੇ ਨਾਲ ਬਹੁਤ ਸਾਰਾ ਐਸਾ ਕੈਮੀਕਲ ਜਮ੍ਹਾਂ ਕਰਕੇ ਰੱਖਿਆ ਹੋਇਆ ਜਿਹੜਾ ਕਿਸੇ ਵੀ ਵੇਲੇ ਬੰਬ ਧਮਾਕੇ ਦਾ ਰੂਪ ਲੈ ਸਕਦਾ। ਫਾਇਰ ਬ੍ਰਿਗੇਡ ਦੇ ਕਰਮਚਾਰੀ ਅੰਦਰ ਚਲੇ ਗਏ, ਉਹਨਾਂ ਦੇ ਅੰਦਰ ਜਾਣ ਤੋਂ ਬਾਅਦ ਉੱਥੇ ਬਲਾਸਟ ਹੋ ਗਿਆ ਤੇ 7 ਬੰਦੇ ਸਧਾਰਨ ਮਾਰੇ ਗਏ ਸੀ ਤੇ 9 ਫਾਇਰ ਬ੍ਰਿਗੇਡ ਦੇ ਕਰਮਚਾਰੀ। ਇਹ ਸਾਡੀ ਇੱਕ ਬਹੁਤ ਵੱਡੀ ਤਰਾਸ ਸੀ ਜੀ। ਉਹਦੇ ਤੋਂ ਬਾਅਦ ਦੇਖੋ, ਫਿਰ ਇੱਕ ਹੋਰ ਮਸਲਾ ਸਾਹਮਣੇ ਆਇਆ ਸੀ, ਉਹ ਇਹ ਆਇਆ ਸੀ ਕਿ ਸਾਡੇ ਅੱਗ ਬੁਝਾਊ ਅਮਲੇ ਦੇ ਕੋਲ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਕੋਲ ਗਲੱਬ ਵੀ ਨਹੀਂ ਸੀ ਪਾਉਣ ਨੂੰ ਪੂਰੇ ਜੀ। ਉਹ ਜਿਹੜਾ ਫਾਇਰ ਸੂਟ ਹੁੰਦਾ ਨਾ, ਉਹ ਤਾਂ ਬਹੁਤ ਦੂਰ ਦੀ ਗੱਲ ਹੈ, ਜੇ ਫਾਇਰ ਸੂਟ ਹੀ ਉਹਨਾਂ ਬੰਦਿਆਂ ਨੇ ਪਾਇਆ ਹੁੰਦਾ ਤਾਂ ਸ਼ਾਇਦ ਅੱਧ ਵਿੱਚ ਦੇ ਵੱਜ ਜਾਂਦੇ। ਇੰਨਾ ਜ਼ਿਆਦਾ ਘਾਤਕ ਕੈਮੀਕਲ ਇਕੱਠਾ ਕੀਤਾ ਹੋਇਆ ਸੀ ਕਿ 3 ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੀਆਂ ਲਾਸ਼ਾਂ ਵੀ ਨਹੀਂ ਲੱਭੀਆਂ ਜੀ। ਚਲੋ, ਉਹ ਸਾਰਾ ਘਟਨਾਕ੍ਰਮ ਵਾਪਰਿਆ, ਇੱਕ ਵਾਰੀ ਤਾਂ ਲੋਕ ਦਹਿਲ ਗਏ ਸੀ ਕਿ ਭਾਈ ਆਹ ਕੀ ਹੋ ਗਿਆ ਜੀ। ਉਹ ਫੈਕਟਰੀ ਦੇ ਮਾਲਕ ਦੇ ਉੱਤੇ ਠੋਕੇ ਕਾਰਵਾਈ ਹੋਣੀ ਚਾਹੀਦੀ ਸੀ, 16 ਮੌਤਾਂ ਦਾ ਉਹ ਦੋਸ਼ੀ ਸੀ ਬੰਦਾ ਜੀ। ਪਰ ਹੁਣ ਪਤਾ ਲੱਗਿਆ ਕਿ ਸਾਲ ਬਾਅਦ ਉਹਨੇ 4 ਦੀਵਾਰੀ ਦੁਬਾਰਾ ਕਰਨੀ ਸ਼ੁਰੂ ਕਰਤੀ, ਨਵੀਂ ਫੈਕਟਰੀ ਬਣਾਉਣ ਲੱਗ ਪਿਆ। ਕਾਰਵਾਈ ਆਪਾਂ ਕਾਹਤੋਂ ਕਰਨੀ ਹੈ ਜੀ? ਬੰਦੇ ਮਰ ਗਏ, ਪੁੱਛਣ ਗਿੱਛਣ ਵਾਲਾ ਕੋਈ ਨੀ, ਟੇਬਲ ਦੇ ਥੱਲੇ ਵੀ ਜੋ ਮਰਜ਼ੀ ਦੇ ਕੇ ਤੁਸੀਂ ਆਪਣਾ ਹੱਥ ਸਾਫ਼ ਕਰਾ ਲਾ, ਇੱਥੇ ਕੋਈ ਪੁੱਛਦਾ? ਸਰਕਾਰ ਨੇ ਉਦੋਂ ਕੀ ਕਿਹਾ ਸੀ? ਉਹ ਕਹਿੰਦੇ ਸੀ ਮਾਰੇ ਗਏ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਪਰਿਵਾਰਾਂ ਦੇ 1-1 ਜੀ ਨੂੰ ਅਸੀਂ ਦਿਆਂਗੇ ਨੌਕਰੀ ਜੀ, ਤੇ 9 ਦੇ ਵਿੱਚੋਂ ਅੱਜ ਜੁਆਇਨਿੰਗ ਲੈਟਰ ਵੀ ਮਸਾਂ 5 ਨੂੰ ਦਿੱਤੇ, ਤੇ 4 ਦੀ ਅਜੇ ਪ੍ਰਕਿਰਿਆ ਨਹੀਂ ਮੁਕੰਮਲ ਹੋਈ ਸਾਡੀਆਂ ਸਰਕਾਰਾਂ ਤੋਂ। ਦੇਖੋ, ਇੰਨੀ ਰਫ਼ਤਾਰ ਵਾਲੇ ਹਾਂ ਅਸੀਂ। ਇਹਦੇ ਤੋਂ ਇਲਾਵਾ ਇੱਕ ਹੋਰ ਬਹੁਤ ਵੱਡਾ ਨੁਕਸਾਨ ਸੁਖਨੈਬ ਜੀ, ਜਿੱਧਰਲੇ ਪਾਸੇ ਕਦੇ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ ਜੀ, ਜਿੱਥੇ ਫੈਕਟਰੀ ਬਣੀ ਸੀ ਨਾ ਉਹਦੇ ਆਸ ਪਾਸ ਬਹੁਤ ਸਾਰੇ ਘਰ ਨੇ, ਰਹਾਇਸ਼ੀ ਇਲਾਕਾ। ਜਦੋਂ ਫੈਕਟਰੀ ਚ 2 ਨੰਬਰ ਦੇ ਵਿੱਚ ਕੈਮੀਕਲ ਰੱਖਿਆ ਤੇ ਬਹੁਤ ਵੱਡਾ ਧਮਾਕਾ ਹੋਇਆ, ਆਸ ਪਾਸ ਦੇ ਦਰਜਨਾਂ ਘਰਾਂ ਦੇ ਲੈਂਟਰ ਤੱਕ ਦੇ ਵਿੱਚ ਤਰੇੜਾਂ ਆ ਗਈਆਂ, ਕਈ ਘਰਾਂ ਦੀਆਂ ਕੰਧਾਂ ਨੂੰ ਤਰੇੜਾਂ ਆ ਗਈਆਂ। ਜਿਹੜੇ ਬੰਦੇ ਨੇ 15-20 ਲੱਖ ਰੁਪਈਆ ਆਪਣੇ ਸਾਰੀ ਉਮਰ ਦੀ ਜੀਵਨ ਪੂੰਜੀ ਲਾ ਕੇ ਉਹ ਘਰ ਬਣਾਇਆ ਹੋਊਗਾ, ਤਰੇੜਾਂ ਆ ਗਈਆਂ, ਉਸ ਬੰਦੇ ਦੇ ਪੱਲੇ ਕੀ ਰਿਹਾ ਜੀ? ਸਰਕਾਰ ਨੇ ਉਦੋਂ ਇਹ ਵੀ ਐਲਾਨ ਕੀਤਾ ਸੀ ਕਿ ਅਸੀਂ ਇਹਨਾਂ ਘਰਾਂ ਦੇ ਹੋਏ ਨੁਕਸਾਨ ਨੂੰ ਵੇਖ ਕੇ ਮੁਆਵਜ਼ਾ ਇਹਨਾਂ ਨੂੰ ਵੀ ਦਿਆਂਗੇ। ਉਹ ਪਰਿਵਾਰ ਕਹਿੰਦੇ ਆ ਕਿ ਕਦੇ ਪਟਵਾਰੀ ਆ ਜਾਂਦਾ, ਕਦੇ ਕਾਨੂੰਗੋ ਆ ਜਾਂਦਾ,
ਆ ਤੇ ਲਕੀਰਾਂ ਨੀਆਂ ਕਾਗਜ਼ ਦੇ ਉੱਤੇ ਮਾਰ ਕੇ ਲੈ ਜਾਂਦੇ ਆ, ਧੇਲਾ ਸਾਨੂੰ ਅੱਜ ਤੱਕ ਇੱਕ ਵੀ ਨਹੀਂ ਮਿਲਿਆ। ਤੇ ਜੇ ਇਸ ਤਰੀਕੇ ਦੇ ਨਾਲ ਜਾਨ ਗਵਾਉਣ ਵਾਲੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਅਸੀਂ ਵੇਲੇ ਸਿਰ ਨੌਕਰੀ ਵੀ ਨਹੀਂ ਦੇਣੀ, ਮੁਆਵਜ਼ੇ ਦੇ ਪੈਸੇ ਵੀ ਨਹੀਂ ਦੇਣੇ, ਆਸ ਪਾਸ ਦੇ ਘਰਾਂ ਦੇ ਹੋਏ ਨੁਕਸਾਨ ਵਾਲਿਆਂ ਨੂੰ ਅਸੀਂ ਭੋਰਾ ਕਰਾਹਤ ਵੀ ਨਹੀਂ ਦੇਣੀ। ਤੇ ਜਿਹਦੀ ਗਲਤੀ ਦੇ ਕਰਕੇ ਇਹ 16 ਜਾਨਾਂ ਗਈਆਂ ਤੇ ਆਸ ਪਾਸ ਦੇ ਲੋਕਾਂ ਦਾ ਨੁਕਸਾਨ ਹੋਇਆ, ਜੇ ਸਰਕਾਰੀ ਤੌਰ ਤੇ ਅਸੀਂ ਉਹਨੂੰ ਵੀ ਕੋਈ ਸਜ਼ਾ ਨਹੀਂ ਦੇਣੀ ਤੇ ਨਵੀਂ ਫੈਕਟਰੀ ਬਣਾਉਣ ਦਾ ਅਧਿਕਾਰ ਦੇ ਦੇਣਾ ਕਿ ਭਾਈ ਚੱਕ ਦੇ ਫੱਟੇ ਕਰੀ ਫਿਰ ਮਾਰ ਬੰਦੇ ਜੀ, ਫਿਰ ਤਾਂ ਸਾਡੀਆਂ ਸਰਕਾਰਾਂ ਬਹੁਤ ਵਧੀਆ। ਹੁਣ ਮੌੜ ਮੰਡੀ ਦੇ ਵਿੱਚ ਬੰਦੇ ਮਰੇ, ਧਮਾਕਾ ਹੋਇਆ ਸੀ ਜਨਵਰੀ 2017 ਚ, ਉਹਦੇ ਤੋਂ ਬਾਅਦ ਹੁਣ ਅੰਮ੍ਰਿਤਸਰ ਦੇ ਅਰਲੀਵਾਲਾ ਦੇ ਵਿੱਚ ਹੋ ਗਿਆ, ਅਰਲੀਵਾਲਾ ਚ ਹੋ ਗਿਆ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਇਹਨਾਂ ਨੂੰ ਵੀ ਕਹਿ ਤਾ ਕਿ ਭਾਈ ਨੌਕਰੀ ਦਿਆਂਗੇ, ਉਹ ਅੰਮ੍ਰਿਤਸਰ ਦੇ ਵਿੱਚ ਰੇਲ ਹਾਦਸਾ ਹੋਇਆ ਸੀ ਉਦੋਂ ਵੀ ਕਿਹਾ ਸੀ ਨੌਕਰੀ ਦਿਆਂਗੇ, ਦੇਣੀਆਂ ਕਦੋਂ ਹੈ, ਕਿੱਥੇ ਹੈ, ਉਹਦੇ ਬਾਰੇ ਅਜੇ ਸਪਸ਼ਟ ਰੂਪ ਚ ਕੁਝ ਨਹੀਂ ਕਿਹਾ ਜਾ ਸਕਦਾ। ਪਰ ਸਾਡੀਆਂ ਸਰਕਾਰਾਂ ਨੂੰ ਇੱਦਾਂ ਦਾ ਵਤੀਰਾ ਆਪਣਾ ਜਿਹੜਾ ਕਿਤੇ ਨਾ ਕਿਤੇ ਸਕਨੈਪ ਜੀ ਛੱਡਣਾ ਜ਼ਰੂਰ ਚਾਹੀਦਾ ਹੈ। ਤੇ ਪਰਲ ਵਾਲੇ ਨਿਰਮਲ ਭੰਗੂ ਹੋਰਾਂ ਦੀ ਕਹਿੰਦੇ ਜੀ ਜੇਲ੍ਹ ਦੇ ਵਿੱਚ ਵੀ ਟੌਰ ਹੈ। ਸੁਖਨੈਪ ਜੀ ਦੇਖੋ, ਬੰਦੇ ਦੇ ਉੱਤੇ ਨਾ ਉਂਗਲਾਂ ਹੀ ਬਹੁਤੀਆਂ ਉੱਠਦੀਆਂ, ਕੋਈ ਵੱਡਾ ਘਪਲਾ ਉਹਨੇ ਕੀਤਾ ਨਹੀਂ। ਜੇ 45,000 ਕਰੋੜ ਰੁਪਏ ਦੀ ਉਹਨੇ ਠੱਗੀ ਮਾਰ ਵੀ ਲਈ ਤਾਂ ਕੀ ਹੋਇਆ, ਲੱਖ ਰੁਪਈਆ ਆਪਣਾ ਉਹਦੇ ਵਿੱਚ ਜੀ। ਚਲੋ ਫਿਰ ਤਾਂ ਵਧਾਈਆਂ ਤੁਹਾਨੂੰ। ਤੇ ਹੁਣ ਇਹਦਾ ਮਤਲਬ ਹੈ ਕਿ ਹੁਣ ਅਸੀਂ ਪੀੜਤਾਂ ਦੇ ਵਿੱਚ ਵੀ ਗਿਣਤੀ ਕਰ ਲਿਆ ਕਰਾਂਗੇ। ਤੇ ਦੂਸਰੀ ਗੱਲ ਸੁਖਨੈਪ ਜੀ ਇਹ ਵੀ ਹੈ ਕਿ ਨਿਰਮਲ ਸਿੰਘ ਭੰਗੂ ਨੇ ਮੈਨੂੰ ਲੱਗਦਾ ਪੰਜਾਬ ਦਾ ਨਾਂ ਉੱਚਾ ਕੀਤਾ ਜੀ। ਕਿੱਡਾ ਵੱਡਾ 2G ਸਪੈਕਟਰਮ, ਪਤਾ ਨੀ ਕਿਹੜਾ ਕਿਹੜਾ ਜੀ ਸਪੈਕਟਰਮ, ਏਡੇ ਵੱਡੇ ਘੁਟਾਲੇ ਕੀਤੇ ਸੀ। ਸਾਡੇ ਤੇ ਇੱਥੇ 2-4 ਏਕੜ ਦਾ ਘੁਟਾਲਾ ਹੁੰਦਾ, 20-25 ਲੱਖ ਦਾ ਘੁਟਾਲਾ ਹੁੰਦਾ, ਉਦੋਂ ਫਿਰ ਝੁੱਕ ਜਾਂਦਾ ਸੀ ਕਿ ਭਾਈ ਸਾਨੂੰ ਠੱਗੀ ਵੀ ਛੋਟੀ ਮਾਰਨੀ ਆਉਂਦੀ ਹੈ ਜੀ। ਇਹ ਤਾਂ ਨਿਰਮਲ ਸਿੰਘ ਭੰਗੂ ਨੇ 45,000 ਕਰੋੜ ਦਾ ਘੁਟਾਲਾ ਕੀਤਾ, ਘਪਲਾ ਕੀਤਾ, ਤੇ ਅਸੀਂ ਨੈਸ਼ਨਲ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਆਉਣ ਲੱਗੇ ਕਿ ਭਾਈ ਹੈਗਾ ਕੋਈ ਪੰਜਾਬ ਦਾ ਬੰਦਾ ਵੀ ਜਿਹਨੂੰ ਵੱਡੀਆਂ ਠੱਗੀਆਂ ਵੀ ਮਾਰਨੀਆਂ ਆਉਂਦੀਆਂ, ਨਹੀਂ ਤੇ ਇੱਥੇ ਛੋਟੀਆਂ ਠੱਗੀਆਂ ਨਾਲ ਹੀ ਕੰਮ ਚੱਲਦਾ। ਹੁਣ ਦੇਖੋ ਨਿਰਮਲ ਸਿੰਘ ਭੰਗੂ ਜਿਹੜਾ ਇਹ ਆਪਣੇ ਆਪ ਦੇ ਵਿੱਚ ਅਰਬਪਤੀ ਬੰਦਾ, 45,000 ਕਰੋੜ ਦੀ ਠੱਗੀ ਵੱਜੀ ਤੇ ਕੁਝ ਲੋਕ ਤਾਂ ਕਹਿੰਦੇ ਆ ਕਿ 25 ਲੱਖ ਲੋਕ ਪੀੜਤ ਨੇ ਜਿਹਨਾਂ ਨੇ ਇਹਦੀ ਪਰਲਸ ਕੰਪਨੀ ਦੇ ਵਿੱਚ ਇਨਵੈਸਟਮੈਂਟ ਕੀਤੀ ਹੈ, ਕਿਸੇ ਨੇ ਥੋੜੀ ਕੀਤੀ ਹੋਊ, ਕਿਸੇ ਨੇ ਬਹੁਤੀ ਕੀਤੀ ਹੋਏਗੀ। ਹੁਣ ਇਹ ਬੰਦਾ ਜੇਲ੍ਹ 'ਚ ਹੈ ਕਿਉਂਕਿ ਪਰਚਾ ਹੋ ਗਿਆ ਸੀ ਇਹਦੀ ਪਰਲਸ ਕੰਪਨੀ ਦੇ ਖਿਲਾਫ, ਤੇ ਜੇਲ੍ਹ ਦੇ ਵਿੱਚ ਹੈਰਾਨੀ ਦੀ ਗੱਲ ਹੈ, ਆਮ ਬੰਦੇ ਨੂੰ ਨਾ ਜੇ ਕਿਸੇ ਨੇ ਉੱਥੇ ਬਰਫੀ ਦਾ ਪੀਸ ਵੀ ਦੇਣਾ ਹੋਵੇ ਕਿ ਭਾਈ ਪਰਿਵਾਰ ਦਾ ਜੀ ਜੇਲ੍ਹ ਦੇ ਵਿੱਚ ਆ, ਤਾਂ ਉੱਥੇ 100 ਤਰ੍ਹਾਂ ਦੀਆਂ ਲੇਲੜੀਆਂ ਕੱਢਣੀਆਂ ਪੈਂਦੀਆਂ ਜੀ। ਪਰ ਨਿਰਮਲ ਭੰਗੂ ਹੋਰੀ ਉਹ ਤਾਂ ਕਮਾਲ ਹੀ ਕਰੀ ਜਾਂਦੇ ਆ। ਹੁਣ ਜਿਹੜੇ ਅੰਕੜੇ ਸਾਹਮਣੇ ਆ ਗਏ, ਉਹਨਾਂ ਅੰਕੜਿਆਂ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਭਾਈ ਨਿਰਮਲ ਸਿੰਘ ਭੰਗੂ ਐਵੇਂ ਨਹੀਂ ਸਿਆਸੀ ਪਾਰਟੀਆਂ ਨੂੰ ਰੈਲੀਆਂ ਕਰਨ ਦੇ ਲਈ ਜ਼ਮੀਨ ਦੀ ਵਰਤੋਂ ਕਰਨ ਲਈ ਖੁੱਲ੍ਹ ਦਿੰਦਾ ਰਿਹਾ, ਭਾਵੇਂ ਜਿਹੜੀ ਮਰਜ਼ੀ ਪਾਰਟੀ ਆਵੇ, ਕਰੋ ਰੈਲੀ ਵੀ ਪਰਵਾਹ ਕੋਈ ਨਹੀਂ ਜੀ, ਕਿਤੇ ਨਾ ਕਿਤੇ ਤਾਂ ਲਾਭ ਫਿਰ ਮਿਲਦੇ ਆ। ਇਹ ਬੰਦਾ ਜਦੋਂ ਫੜਿਆ ਤੇ ਇਹਨੂੰ ਤਿਹਾੜ ਜੇਲ੍ਹ ਰੱਖਿਆ ਸੀ ਜੀ, ਬਸ ਚੰਦ ਘੰਟਿਆਂ ਦੇ ਵਿੱਚ ਵਿੱਚ ਇਹਨੂੰ ਬਠਿੰਡੇ ਲਿਆਏ, ਤੇ ਬਠਿੰਡੇ ਜੇਲ੍ਹ ਦੇ ਵਿੱਚ ਜੇ ਕਾਗਜ਼ੀ ਪਤਨੀ ਦੇਖੀਏ ਤੇ ਇਹ ਬੰਦਾ 890 ਦਿਨ ਹੋ ਗਏ ਇਹਨੂੰ ਜੇਲ੍ਹ 'ਚ, ਤੇ 890 ਦਿਨਾਂ ਦੇ ਵਿੱਚੋਂ 672 ਦਿਨ ਨਿਰਮਲ ਸਿੰਘ ਭੰਗੂ ਜਿਹੜਾ ਹਸਪਤਾਲ 'ਚ ਰਿਹਾ, ਬੜਾ ਵਧੀਆ ਤੁਰਦਾ, ਬੜੀ ਵਧੀਆ ਚੀਜ਼ ਪਚਦੀ ਹੈ, ਐਸੀ ਕੋਈ ਬਹੁਤੀ ਗੱਲ ਨਜ਼ਰ ਨਹੀਂ ਆਉਂਦੀ ਕਿ ਨਿਰਮਲ ਸਿੰਘ ਭੰਗੂ ਨੂੰ ਤਕਰੀਬਨ ਜਿਹੜਾ 70% ਤੋਂ ਵੱਧ ਦਿਨ ਆਪਾਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਰੱਖੀਏ, ਉਹ ਵੀ ਕਮਰਾ ਵੀ ਇੱਦਾਂ ਦਾ ਜਿੱਦਾਂ ਦੇ ਹੋਟਲ ਦੇ ਕਮਰੇ ਹੁੰਦੇ ਆ, ਹਰ ਤਰ੍ਹਾਂ ਦੀ ਸੁੱਖ ਸੁਵਿਧਾ, ਤੇ ਜਿਹੜੇ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਜਾ ਕੇ ਨਿਰਮਲ ਸਿੰਘ ਭੰਗੂ ਰਹਿੰਦਾ, ਉਹਦੇ ਤੋਂ 1-1.5 ਕਿਲੋਮੀਟਰ ਦੂਰੇ ਦੀ ਚੰਡੀਗੜ੍ਹ ਵਾਲੀ ਰਿਹਾਇਸ਼ ਹੈ ਮੁਹਾਲੀ ਵਾਲੀ, ਤੇ ਇਹਦੇ ਲਈ ਤਾਂ ਪੈਸੇ ਘਰ ਵਰਗਾ ਹੀ ਸਫ਼ਰ। ਹੁਣ ਇੱਥੋਂ ਤੱਕ ਦੇਖੋ ਹੈਰਾਨੀ ਦੀ ਗੱਲ ਹੈ, ਬੰਦਾ ਲੋਕਾਂ ਦਾ 45,000 ਕਰੋੜ ਰੁਪਇਆ ਮਾਰ ਕੇ ਆਇਆ, ਅਰਬਪਤੀ ਹੈ, ਰਹਿੰਦਾ ਆਨੰਦ ਨਾਲ ਹੈ, ਤੇ ਪੰਜਾਬ ਦੀ ਸਰਕਾਰ ਨੇ ਹੁਣ ਤੱਕ ਹੌਸਪਿਟਲ ਦੇ ਵਿੱਚ ਉਹਦੀ ਸੁਰੱਖਿਆ ਦੇ ਲਈ ਜਿਹੜੇ 5 ਕਰਮਚਾਰੀ ਤੈਨਾਤ ਕੀਤੇ ਹੋਏ ਨੇ ਉਹਨਾਂ ਦੀ ਤਨਖਾਹ ਹੀ 45 ਲੱਖ ਬਣਦੀ ਹੈ। ਇਹਦਾ ਮਤਲਬ ਹੈ ਕਿ ਨਿਰਮਲ ਸਿੰਘ ਭੰਗੂ ਦੀ ਸੁਰੱਖਿਆ ਜਿਹੜੀ ਹੈ ਉਹ ਪੰਜਾਬ ਦੀ ਪੁਲਿਸ ਨੂੰ 45 ਲੱਖ ਰੁਪਈਏ ਦੇ ਵਿੱਚ ਜਿਹੜੀ ਹੁਣ ਤੱਕ ਪਈ ਹੈ। ਤੇ ਨਾਲ ਦੀ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਜਿਹੜੇ ਪਰਲਸ ਦੇ ਪੀੜਤ ਨੇ ਉਹਨਾਂ ਨੂੰ ਇਨਸਾਫ਼ ਦਵਾਉਣ ਦੇ ਲਈ ਇੱਕ ਸੰਸਥਾ ਜੂਝ ਰਹੀ ਹੈ ਗੁਰਤੇਜ ਸਿੰਘ ਬਹਿਮਨ ਦੀ ਅਗਵਾਈ 'ਚ ਜੀ, ਉਹਨਾਂ ਨੇ ਕਿਹਾ ਕਿ 10,000 ਕਰੋੜ ਰੁਪਈਆ ਪੰਜਾਬ ਦੇ ਲੋਕਾਂ ਦਾ ਇਧਰਲੇ ਪਾਸੇ ਫਸਿਆ, ਤੇ ਅਸੀਂ ਦਿੱਲੀ 'ਚ ਕਹਿੰਦੇ ਵੱਡਾ ਪ੍ਰਦਰਸ਼ਨ ਕਰ ਰਹੇ ਹਾਂ ਜੀ। ਤੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੇ ਲਗਾਤਾਰ ਜਿਹੜੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ, ਦਿੱਲੀ ਦੇ ਵਿੱਚ ਜਾ ਕੇ ਸੰਘਰਸ਼ ਕਰ ਰਿਹਾ ਕਿ ਭਾਈ ਸਾਨੂੰ ਪੈਸੇ ਦਿਓ। ਹੁਣ ਨਿਰਮਲ ਸਿੰਘ ਭੰਗੂ ਜਿਹੜਾ 15 ਦਿਨ ਜੇਲ੍ਹ ਦੇ ਵਿੱਚ ਰਹਿੰਦਾ ਤੇ ਮੁੜ ਕੇ 150 ਦਿਨ ਜਿਹੜਾ ਹਸਪਤਾਲ 'ਚ ਰਹਿੰਦਾ,
ਜਿਹੜੀ ਅਜੇ ਤੱਕ ਵੀ ਇੰਨੀ ਚੱਲਦੀ ਹੈ, ਭਾਵੇਂ ਅਦਾਲਤ ਨੇ ਕਿਹਾ ਕਿ ਇਸ ਬੰਦੇ ਨੂੰ ਜਦੋਂ ਲੋੜ ਪੈਂਦੀ ਹੈ ਤਾਂ ਤੁਸੀਂ ਡਾਕਟਰੀ ਸਹਾਇਤਾ ਜਿਹੜੀ ਆ ਮੁਹੱਈਆ ਜ਼ਰੂਰ ਕਰਾਇਓ, ਪਰ ਇੰਨੀ ਸਹਾਇਤਾ ਕਿ 45 ਲੱਖ ਰੁਪਈਆ ਆਪਾਂ ਉਹਦੀ ਸੁਰੱਖਿਆ ਤੇ ਖਰਚ ਦਿੱਤਾ, 70-71 ਫੀਸਦੀ ਦਿਨ ਨਿਰਮਲ ਸਿੰਘ ਭੰਗੂ ਜੇਲ੍ਹ ਦੀ ਜਗ੍ਹਾ ਦੇ ਉੱਤੇ ਪ੍ਰਾਈਵੇਟ ਹਸਪਤਾਲ ਵਿੱਚ ਰਹਿੰਦਾ ਤੇ ਨਾਲ ਦੀ ਨਾਲ ਮਿਲਣ ਗਿਲਣ ਵਾਲਿਆਂ ਦੀ ਵੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ, ਤਾਂ ਇਹਦਾ ਮਤਲਬ ਹੈ ਕਿ ਭਾਈ ਜੇ ਤੁਹਾਡੀ ਝੋਲੀ 'ਚ ਨਾਣੇ ਹੈਗੇ ਆ ਤਾਂ ਤੁਹਾਡਾ ਸਾਰਾ ਟੱਬਰ ਹੀ ਫਿਰ ਸਿਆਣਿਆਂ ਦਾ, ਜੇ ਤੁਹਾਡੇ ਕੋਲ 4 ਪੈਸੇ ਹੈਗੇ ਆ ਫਿਰ ਸਰਕਾਰ ਵੀ ਤੁਹਾਡੀ, ਅਫਸਰ ਵੀ ਤੁਹਾਡੇ, ਫਿਰ ਤਾਂ ਕੋਈ ਸੱਜਾ ਖੱਬਾ ਹੈ ਹੀ ਨਹੀਂ। ਪਰ ਹੁਣ ਜਦੋਂ ਅਰਬਪਤੀ ਨਿਰਮਲ ਭੰਗੂ ਨੇ ਹਸਪਤਾਲ 'ਚ ਕਿੰਨੇ ਕੁ ਦਿਨ ਕੱਟਿਆ ਤੇ ਜੇਲ੍ਹ 'ਚ ਕਿੰਨੇ ਕੁ ਦਿਨ ਕੱਟਿਆ, ਉਹਦੇ ਤੋਂ ਬਾਅਦ ਜਿਹੜੇ ਪਲਸ ਦੇ ਜਾਣੀ ਕਿ ਇਹਦੀ ਕੰਪਨੀ ਦੇ ਪੀੜਿਤ ਲੋਕ ਨੇ, ਉਹ ਇੱਕ ਵਾਰ ਫਿਰ ਗੁੱਸੇ ਦੇ ਵਿੱਚ ਜਿਹੜੇ ਆ ਤਲਮਲਾਏ ਫਿਰਦੇ ਆ, ਸਰਕਾਰ ਦੇ ਕੰਨ ਤੱਕ ਗੱਲ ਲੱਗਦਾ ਕਿ ਪਹੁੰਚਾਉਣਗੇ ਜ਼ਰੂਰ ਜੀ। ਔਰ ਵਟਸਐਪ ਇੱਕ ਬ੍ਰੇਕ ਲੈ ਲਈਏ ਜੀ ਆਪਾਂ ਹੁਣ, ਤੇ ਫਿਰ ਕਰਦੇ ਹਾਂ ਅਗਲੀ ਗੱਲਬਾਤ। ਬ੍ਰੇਕ ਤੋਂ ਬਾਅਦ ਇੱਕੋ ਥਾਂ ਤੋਂ ਫਿਰ ਹਾਜ਼ਰ ਹਾਂ ਜੀ, ਔਰ ਕਰੀਏ ਗੱਲ ਅਗਲੀ। ਆਹ ਜੀ, ਆਪ ਦੇ ਫੱਟ ਹੋਰ ਗਹਿਰੇ ਹੋ ਗਏ। ਸੁਖਨਾਥ ਜੀ, ਆਮ ਆਦਮੀ ਪਾਰਟੀ ਦਾ ਕੰਮ ਜਿਹੜਾ ਦਿਨ ਦਿਨ ਖਰਾਬ ਹੋਈ ਜਾਂਦਾ। ਇੱਕ ਪਾਸੇ ਤਾਂ ਪਤਾ ਇਹ ਲੱਗਿਆ ਕਿ 4-5 ਦਿਨ ਚੁੱਪ ਰਹੇ ਸੀ ਦੋਵੇਂ ਧੜੇ, ਲੋਕਾਂ ਨੂੰ ਆਸ ਵੱਜੀ ਸੀ ਕਿ ਭਾਈ ਅੰਦਰ ਖਾਤੇ ਸਹੀ ਹੋ ਸਕਦਾ ਕਿ ਗੱਲਾਂ ਬਾਤਾਂ ਆਪਸ ਵਿੱਚ ਕਰਦੇ ਹੋਣ ਤੇ ਲੋਕਾਂ ਨੂੰ ਐਨ ਅੰਤ ਦੇ ਉੱਤੇ ਜਾ ਕੇ ਦੱਸਣਾ ਹੋਏਗਾ ਕਿ ਭਾਈ ਸਾਡੀ ਆਪਸ ਦੇ ਵਿੱਚ ਜਿੰਨੀ ਕੁ ਜਿਹੜੀ ਮਾੜੀ ਚੰਗੀ ਸਥਿਤੀ ਸੀ ਉਹ ਅਸੀਂ ਸਾਰੀ ਹੁਣ ਦਰੁਸਤ ਕਰ ਲਈ ਹੈ। ਦੂਸਰੇ ਪਾਸੇ ਹੁਣ ਸਾਰੀਆਂ ਗੱਲਾਂ ਖੁੱਲ ਕੇ ਸਾਹਮਣੇ ਆ ਗਈਆਂ, ਜਿਹਨਾਂ ਤੋਂ ਸਾਫ਼ ਹੋ ਗਿਆ ਕਿ ਭਾਈ ਆਮ ਆਦਮੀ ਪਾਰਟੀ ਦੇ ਵਿੱਚ ਨਾ ਕੁਝ ਵੀ ਚੰਗਾ ਨਹੀਂ ਹੋਣ ਵਾਲਾ। ਇੱਕ ਪਾਸੇ 5 ਬੰਦੇ ਨੇ ਜਿਹਨਾਂ ਨੂੰ ਉਮੀਦਵਾਰ ਐਲਾਨ ਦਿੱਤਾ ਆਮ ਆਦਮੀ ਪਾਰਟੀ ਦੀ ਮੁੱਖ ਇਕਾਈ ਨੇ, ਤੇ ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਅੱਜ ਐਲਾਨ ਕਰ ਦਿੱਤਾ ਕਿ ਅਸੀਂ 1-2 ਦਿਨਾਂ ਦੇ ਵਿੱਚ ਵਿੱਚ ਆਪਣੀ ਧਿਰ ਦੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਉਹ ਕਹਿੰਦੇ ਕਿ 22-30 ਜ਼ਿਲ੍ਹਾ ਪ੍ਰਧਾਨ ਹੋਣਗੇ ਜਾਂ 24-30 ਹੋਣਗੇ। ਕਿਉਂ ਹੋਣਗੇ? ਉਹ ਕਹਿੰਦੇ ਕਿ ਜਿਹੜੇ 6 ਵੱਡੇ ਸ਼ਹਿਰੀ ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਅਸੀਂ ਦਿਹਾਤੀ ਖੇਤਰ ਦਾ ਪ੍ਰਧਾਨ ਵੱਖਰਾ ਲਾਉਣਾ ਤੇ ਸ਼ਹਿਰੀ ਖੇਤਰ ਦਾ ਪ੍ਰਧਾਨ ਵੱਖਰਾ ਲਾਉਣਾ, ਇਸ ਕਰਕੇ 30 ਬੰਦਿਆਂ ਦੀ ਲਿਸਟ ਬਿਲਕੁਲ ਤਿਆਰ ਹੈ ਤੇ ਅਸੀਂ ਕਹਿੰਦੇ ਬੜੀ ਛੇਤੀ ਉਹ ਲਿਸਟ ਜਿਹੜੀ ਜਾਰੀ ਕਰ ਦੇਣੀ ਹੈ। ਦੂਸਰਾ, ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਅੱਜ ਇਹ ਵੀ ਐਲਾਨ ਕਰ ਦਿੱਤਾ, ਉਹ ਕਹਿੰਦੇ ਕਿ ਅਸੀਂ ਪੰਜਾਬ ਯਾਤਰਾ ਸ਼ੁਰੂ ਕਰਨੀ ਹੈ ਤੇ ਉਸ ਪੰਜਾਬ ਯਾਤਰਾ ਦੌਰਾਨ ਜੇ ਪੰਜਾਬ ਦੇ ਲੋਕਾਂ ਨੇ ਕਿਹਾ ਨਾ ਕਿ ਭਾਈ ਲੋਕ ਸਭਾ ਦੀ ਚੋਣ ਲੜੋ ਤਾਂ ਕਹਿੰਦੇ ਮੈਂ ਲੜੂੰਗਾ, ਵਿਧਾਨ ਸਭਾ ਤੋਂ ਅਸਤੀਫਾ ਦੇਣਾ ਪਿਆ ਤਾਂ ਮੈਂ ਦਊਂਗਾ, ਪਰ ਪੰਜਾਬ ਦੇ ਲੋਕਾਂ ਦਾ ਹੁਕਮ ਮੰਨੂਗਾ, ਆਪ ਕੋਈ ਫੈਸਲਾ ਮੈਂ ਨਹੀਂ ਲੈਣਾ ਜੀ। ਬਾਟ ਸਾਹਿਬ, ਅੱਗੇ ਕਿਤੇ ਲੋਕਾਂ ਦਾ ਹੁਕਮ ਕਿਸੇ ਨੇ ਮੰਨਿਆ ਹੈਗਾ? ਚਾਹੇ ਉਹ ਸਰਬੱਤ ਖਾਲਸਾ ਹੋਵੇ ਜਾਂ ਕੋਈ ਹੋਰ, ਜਿਹੜੇ ਮੂਹਰੇ ਬੈਠੇ ਹੁੰਦੇ ਆ ਉਹ ਜਿਵੇਂ ਤਾਹਾਂ ਸਟੇਜ ਤੋਂ ਹੱਥ ਚੱਕਦੇ ਆ, ਲੋਕ ਮਗਰ ਚੱਕ ਦਿੰਦੇ ਆ, ਇੱਕ ਅੱਧਾ ਆਪਣੇ ਵਰਗਾ ਜਿਹੜਾ ਕੋਈ ਰਹਿ ਜਾਂਦਾ ਉਹਦੇ ਹੱਥ ਦੀ ਕੋਈ ਕੀਮਤ ਨਹੀਂ ਹੁੰਦੀ, ਨਾ ਹੀ ਧਿਆਨ ਦਿੰਦੇ ਆ। ਸੁਖਨਾਥ ਜੀ, ਇਹ ਸਵਾਲ ਨਾ ਸੁਖਪਾਲ ਸਿੰਘ ਖਹਿਰਾ ਨੂੰ ਪੁੱਛਿਆ ਸੀ ਮੈਂ ਜੀ ਕਿ ਤੁਸੀਂ ਕੀ ਕੋਈ ਢੰਗ ਤਰੀਕਾ ਦੱਸੋ ਕਿ ਲੋਕਾਂ ਦਾ ਹੁਕਮ ਕਿਵੇਂ ਲਾਉਂਗੇ ਨਾ, ਕਿਉਂਕਿ ਹਰ ਇੱਕ ਜਗ੍ਹਾ ਦੇ ਉੱਤੇ ਹੁੰਦਾ ਕਿ ਸਾਰਾ ਹੋਮਵਰਕ ਪਹਿਲਾਂ ਕਰਕੇ ਬਸ ਲੋਕਾਂ ਤੋਂ ਜਕਾਰਾ ਲਵਾਇਆ ਜਾਂਦਾ ਕਿ ਭਾਈ ਪ੍ਰਵਾਨ ਹੈ ਤਾਂ ਦੱਸੋ, ਨਾ ਪ੍ਰਵਾਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਕਹਿੰਦਾ। ਉਹ ਕਹਿੰਦੇ ਸੀ ਕਿ ਦੇਖੋ ਹਰ ਇੱਕ ਬੰਦੇ ਤੋਂ ਤਾਂ ਪੁੱਛਣਾ ਔਖਾ, ਪਰ ਫਿਰ ਵੀ ਮੈਜੋਰਟੀ ਦੀ ਕਹਿੰਦੇ ਰਾਏ ਆ, ਭਾਵੇਂ ਸੋਸ਼ਲ ਮੀਡੀਆ ਤੇ ਲੈ ਲਓ, ਭਾਵੇਂ ਜਿੱਥੇ ਜਿੱਥੇ ਅਸੀਂ ਮੀਟਿੰਗਾਂ ਕਰਾਂਗੇ ਉੱਥੋਂ ਰਾਏ ਲੈ ਲਵਾਂਗੇ। ਉਹ ਕਹਿੰਦੇ ਕਿ ਅਸੀਂ ਤਾਂ ਚੱਲਣਾ ਹੀ ਲੋਕਾਂ ਨਾਲ, ਪੰਜਾਬ ਦੇ ਲੋਕਾਂ ਲਈ ਸੱਜੇ ਖੱਬੇ ਹੋਏ ਆਮ ਆਦਮੀ ਪਾਰਟੀ ਤੋਂ, ਤੇ ਜੇ ਪੰਜਾਬ ਦੇ ਲੋਕਾਂ ਦੀ ਰਾਏ ਲੈਣੀ ਛੱਡ ਦਾਂਗੇ ਫਿਰ ਤਾਂ ਕੋਈ ਗੱਲ ਸਾਡੀ ਬਣਨੀ ਨਹੀਂ। ਪਰ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਕੋਈ ਢੰਗ ਤਰੀਕਾ ਹੀ ਨਹੀਂ ਹੈ ਐਸਾ ਕਿ ਜਿਹਦੇ ਨਾਲ ਇਹ ਲੀਡਰ ਕਹਿਣ ਕਿ ਭਾਈ ਜੇ ਵੋਟਰ ਨੇ ਸਾਨੂੰ ਕਹਿਤਾ ਤੂੰ ਆਹ ਨਾ ਕਰਤਾ ਪਿੱਛੇ ਹਟ ਜਾਣਾ। ਅਸਲ ਦੇ ਵਿੱਚ ਤਾਂ ਸਿਆਸਤਦਾਨ ਭਾਵੇਂ ਜਿਹੜਾ ਮਰਜ਼ੀ ਹੈ, ਚੰਗਾ ਵੀ ਹੋ ਸਕਦਾ ਸਿਆਸਤਦਾਨ, ਮਾੜਾ ਵੀ ਹੋ ਸਕਦਾ, ਪਰ ਉਹ ਆਪਣੀ ਨੀਤੀ ਬਣਾ ਕੇ ਤੁਰਦਾ ਲੋਕਾਂ ਤੋਂ, ਤਾਂ ਬਸ ਉਹਦੇ ਉੱਤੇ ਰਸਮੀ ਤੌਰ ਤੇ ਮੋਹਰ ਹੀ ਲਵਾਉਂਦਾ ਹੈ ਜੀ। ਹੁਣ ਸੁਖਪਾਲ ਸਿੰਘ ਖਹਿਰਾ ਸਾਹਿਬ ਨੇ ਕੀ ਕਹਿਤਾ? ਉਹ ਕਹਿੰਦੇ ਜੀ ਦੇਖੋ ਅਰਵਿੰਦ ਕੇਜਰੀਵਾਲ ਨੇ ਲੰਨੀਆਂ ਹਰਿਆਣੇ ਚ ਚੋਣਾਂ ਜੀ, ਇਸ ਕਰਕੇ ਉਹ ਬੰਦਾ ਕਦੇ ਪੰਜਾਬ ਦੇ ਮੁੱਦੇ ਦੀ ਗੱਲ ਨਹੀਂ ਕਰੂ ਜੀ। ਉਹ ਕਹਿੰਦੇ ਉੱਥੇ ਇਹ ਵੀ ਕਹਿ ਸਕਦੇ ਕਿ ਅਸੀਂ ਐਸਪੀਐਸ ਦਾ ਪਾਣੀ ਹਰਿਆਣੇ ਨੂੰ ਲੈ ਕੇ ਦਿਆਂਗੇ, ਪਹਿਲਾਂ ਕਹਿੰਦੇ ਉਹ ਪੰਜਾਬ ਦੇ ਧੂਏ ਨੂੰ ਮੁੱਦੇ ਬਣਾ ਕੇ ਬੈਠਿਆ। ਹੁਣ ਉਹ ਕਹਿੰਦੇ ਕਿ ਅਸੀਂ 11 ਜਿਹੜੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਧੜੇ ਦੇ MLA ਨੇ ਉਹਨਾਂ ਨੂੰ ਸਮਝਾਇਆ ਕਿ ਭਾਈ ਆਹ ਗੱਲਬਾਤ ਹੈ ਕਿ ਪੰਜਾਬ ਦੇ ਹੱਕ ਦੇ ਵਿੱਚ ਤੁਰਾਂਗੇ, ਪੰਜਾਬ ਦੇ ਹਿੱਤ ਚ ਤੁਰਾਂਗੇ ਤਾਂ ਸ਼ਾਇਦ
ਪੰਜਾਬ ਦੇ ਲੋਕ ਸਾਨੂੰ ਸਾਡੀਆਂ ਗਲਤੀਆਂ ਦੇ ਲਈ ਮਾਫ਼ ਕਰ ਦੇਣ, ਨਹੀਂ ਤਾਂ ਔਖਾ ਹੋ ਜੂ। ਤੇ ਨਾਲ ਦੀ ਨਾਲ ਉਹਨਾਂ ਇਹ ਵੀ ਕਹਿਤਾ, ਉਹ ਕਹਿੰਦੇ ਕਿ ਆਹ ਜਿਹੜੇ ਬੰਦੇ ਆਮ ਆਦਮੀ ਪਾਰਟੀ ਦੇ ਦਿੱਲੀ ਵਾਲੇ ਦੇ ਚੇਲੇ ਬਾਲ ਕੇ ਬਣੇ ਫਿਰਦੇ ਆ ਨਾ, ਦੋ ਤਿੰਨ ਬੰਦੇ ਉਹਨਾਂ ਨੇ ਜ਼ਿਕਰ ਜਿਹਾ ਸਿੱਧਾ ਜਿਹਾ ਕੀਤਾ। ਉਹ ਕਹਿੰਦੇ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਆਮ ਆਦਮੀ ਪਾਰਟੀ ਦੀ ਹਾਈਕਮਾਂਡ ਕਦੇ ਵੀ ਪੰਜਾਬ ਦੇ ਹਿੱਤ ਦੀ ਗੱਲ ਨਾ ਉਹਨਾਂ ਕੀਤੀ ਹੈ ਤੇ ਨਾ ਉਹਨਾਂ ਕਰਨੀ ਹੈ। ਚਲੋ, ਦੂਸਰੇ ਪਾਸੇ ਜਦੋਂ ਸੁਖਪਾਲ ਸਿੰਘ ਖਹਿਰਾ ਨੂੰ ਪੁੱਛਿਆ ਜੀ ਆਹ ਗ੍ਰਨੇਡ ਹਮਲੇ ਦੇ ਬਾਰੇ ਕੀ ਕਹਿੰਦੇ ਹੋ, ਉਹ ਕਹਿੰਦੇ ਦੇਖੋ ਸਿਆਸੀ ਹਮਲਾ ਸਿਆਸਤ ਦੇ ਨਾਲ ਜੁੜਿਆ, ਡੀਜੀਪੀ ਪੰਜਾਬ ਪੁਲਿਸ ਤੇ ਮੁੱਖ ਮੰਤਰੀ ਦੇ ਬਿਆਨ ਵੱਖਰੇ ਵੱਖਰੇ ਆ, ਤੇ ਨਾਲ ਉਹ ਕਹਿੰਦੇ ਕਿ ਦੇਖੋ ਪਾਕਿਸਤਾਨ ਦੇ ਉੱਤੇ ਦੋਸ਼ ਲਾਉਂਦੇ ਆ ਲਾਈ ਜਾਣ, ਪਰ ਜੇ ਪਾਕਿਸਤਾਨੀਆਂ ਨੇ ਕੋਈ ਕੰਮ ਕਰਨਾ ਹੋਵੇ ਤਾਂ ਗ੍ਰਨੇਡ ਦੇ ਆਪਣਾ ਆਪਣਾ ਮਾਰਕਾ ਲਾ ਕੇ ਧਮਾਕਾ ਥੋੜੀ ਕਰਨਗੇ। ਇਸ ਕਰਕੇ ਕਹਿੰਦੇ ਵੋਟਾਂ ਦੀ ਰਾਜਨੀਤੀ ਘੱਟੋ ਘੱਟ ਲਾਸ਼ਾਂ ਦੇ ਉੱਤੇ ਨਾ ਕੀਤੀ ਜਾਵੇ ਤਾਂ ਚੰਗਾ। ਚਲੋ, ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਆਪਣਾ ਪੱਖ ਸਪਸ਼ਟ ਕਰਤਾ, ਤੇ ਦੂਸਰੇ ਪਾਸੇ ਪਤਾ ਇਹ ਵੀ ਲੱਗਿਆ ਕਿ ਜਿਹੜਾ ਸੁਖਪਾਲ ਸਿੰਘ ਖਹਿਰਾ ਦਾ ਵਿਰੋਧੀ ਧੜਾ ਹੈ ਯਾਨੀ ਭਗਵੰਤ ਮਾਨ ਹੋਰਾਂ ਦਾ, ਪੰਜ ਬੰਦੇ ਉਹਨਾਂ ਨੇ ਉਮੀਦਵਾਰ ਐਲਾਨ ਦਿੱਤੇ ਤੇ ਬਾਕੀ ਅੱਠਾਂ ਦੀ ਪ੍ਰਕਿਰਿਆ ਪਾਈਪਲਾਈਨ ਚ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਸੰਬਰ ਦੇ ਪਹਿਲੇ ਹਫ਼ਤੇ ਇਹ ਕੰਮ ਕਰ ਜਿਹੜਾ ਉਹ ਨਿਬੇੜ ਦੂ। ਹੁਣ ਨਿਬੜਨਾ ਕਿਵੇਂ ਹੈ, ਉਹਨਾਂ ਨੇ ਅੱਠਾਂ ਦੇ ਵਿੱਚੋਂ ਦੋ ਤਿੰਨ ਜਿਹੜੀਆਂ ਸੀਟਾਂ ਨੇ ਉਹਨਾਂ ਦੇ ਲਈ ਆਪਣਾ ਇੱਕ ਪੈਨਲ ਜਿਹਾ ਬਣਾ ਕੇ ਕਰਪਾਈ ਆ, ਦੋ ਤਿੰਨ ਦੇ ਵਿੱਚੋਂ ਜਿਹਨੂੰ ਮਰਜ਼ੀ ਟਿਕਟਾਂ ਦੇ ਦਿਓ, ਉਹਦੇ ਵਿੱਚ ਪਟਿਆਲਾ ਵੀ ਹੈ ਫਤਿਹਗੜ੍ਹ ਸਾਹਿਬ ਵੀ ਹੈ, ਉਹ ਪੈਨਲ ਬਣਾ ਕੇ ਭੇਜ ਦਿੱਤਾ। ਉਹਦੇ ਤੋਂ ਬਾਅਦ ਇੱਕ ਮਹੀਨੇ ਬਾਅਦ ਅਗਲੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਗਈ। ਦੇਖੋ, ਜਿਹੜਾ ਤਾਂ ਇਸ ਵੇਲੇ ਕੰਮ ਸ਼ੁਰੂ ਹੋ ਗਿਆ, ਪ੍ਰਚਾਰ ਦਾ ਹੋ ਗਿਆ, ਲੋਕਾਂ ਨਾਲ ਮਿਲਣ ਮਿਲਾਉਣ ਦਾ ਹੋ ਗਿਆ, ਉੱਥੇ ਤਾਂ ਹੋ ਸਕਦਾ ਕਿ ਆਮ ਆਦਮੀ ਪਾਰਟੀ ਚੰਗੇ ਤਰੀਕੇ ਸਰਵਾਈਵ ਕਰ ਜਾਏ, ਨਹੀਂ ਤਾਂ ਐਤਕੀ ਕੰਮ ਥੋੜਾ ਜਿਹਾ ਜਿਹੜਾ ਉਹ ਔਖਾ ਲੱਗ ਜ਼ਰੂਰ ਰਿਹਾ। ਤੇ ਜਦੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜ਼ਿਲ੍ਹਾ ਪ੍ਰਧਾਨ ਐਲਾਨ ਦਿੱਤੇ, ਉਧਰੋਂ ਆਮ ਆਦਮੀ ਪਾਰਟੀ ਦੇ ਮੁੱਖ ਧੜੇ ਨੇ ਬਾਕੀ ਰਹਿੰਦੇ ਉਮੀਦਵਾਰ ਐਲਾਨ ਦਿੱਤੇ, ਤਾਂ ਸਮਝ ਲੈਣਾ ਚਾਹੀਦਾ ਕਿ ਦੋਵਾਂ ਧੜਿਆਂ ਦੇ ਵਿੱਚ ਇੱਕਜੁੱਟ ਹੋਣ ਦੀ ਜਿਹੜੀ 0.1% ਚਾਂਸ ਸੀ ਉਹ ਵੀ ਤਕਰੀਬਨ ਖਤਮ ਹੋ ਗਏ ਨੇ ਜੀ। ਬਟ ਸਾਹਿਬ, ਅਗਲੀ ਗੱਲ ਵੀ ਕਰ ਲਈਏ ਜੀ ਲੱਗਦੇ ਹੱਥ, ਇੱਕ ਜਿਹੜਾ ਖਹਿਰਾ ਧੜੇ ਦੇ ਨਾਲ ਸੰਬੰਧਿਤ ਇੱਕ ਵਿਅਕਤੀ ਹੈ ਉਸ ਦੇ ਉੱਤੇ ਵੀ ਅਟੈਕ ਹੋਇਆ ਜੀ। ਸੁਰੇਸ਼ ਕੁਮਾਰ ਹੋਰਾਂ ਦਾ ਜ਼ਿਕਰ ਕਰਨਾ ਦੇਖੋ ਜ਼ਰੂਰੀ ਹੈ ਜੀ। ਆਮ ਆਦਮੀ ਪਾਰਟੀ ਵੱਲੋਂ ਵੀ ਅਹੁਦਿਆਂ ਦੇ ਉੱਤੇ ਰਹੇ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਨੇ ਜੀ, ਪਰ ਦੂਸਰੇ ਪਾਸੇ ਆ ਜਦੋਂ ਦਾ ਸੁਖਪਾਲ ਸਿੰਘ ਖਹਿਰਾ ਤੇ ਦੂਸਰੇ ਧੜੇ ਦਾ ਜਿਹੜਾ ਆਪਸ ਵਿੱਚ ਰੌਲਾ ਰੱਪਾ ਪਿਆ ਨਾ, ਉਦੋਂ ਦੇ ਸੁਰੇਸ਼ ਕੁਮਾਰ ਹੋਈ ਜਿਹੜੇ ਨੇ ਉਹ ਸੁਖਪਾਲ ਸਿੰਘ ਖਹਿਰਾ ਧੜੇ ਦੇ ਨਾਲ ਜਿਹੜੇ ਜੁੜ ਗਏ ਸੀ ਜੀ, ਇੱਥੋਂ ਤੱਕ ਕਿ ਉਹਨਾਂ ਦੀ ਕਮੇਟੀ ਦੇ ਮੈਂਬਰ ਵੀ। ਪਰ ਅੱਜ ਬੜੀ ਅਜੀਬ ਸਥਿਤੀ ਜੀ ਪੈਦਾ ਹੋਈ, ਕਿਉਂਕਿ ਇੱਕ ਦਿਨ ਇੱਕ ਪਾਸੇ ਤਾਂ ਆਪਾਂ ਇਹ ਸਾਰਿਆਂ ਨੇ ਵੇਖਿਆ ਕਿ ਕਿੰਨੀ ਵੱਡੀ ਘਟਨਾ ਜਿਹੜੀ ਹੈ ਉਹ ਰਾਜਾ ਸੰਸੀ ਨੇੜੇ ਵਾਪਰੀ ਹੈ, ਤੇ ਦੂਸਰੇ ਪਾਸੇ ਸੁਰੇਸ਼ ਕੁਮਾਰ ਹੋਰਾਂ ਦੇ ਉੱਤੇ ਅੱਜ ਹਮਲਾ ਹੋਇਆ, ਗੋਲੀਆਂ ਉਹਨਾਂ ਦੇ ਉੱਤੇ ਚਲਾਈਆਂ ਗਈਆਂ ਤੇ ਤਿੰਨ ਗੋਲੀਆਂ ਸੁਰੇਸ਼ ਕੁਮਾਰ ਹੋਰਾਂ ਦੇ ਲੱਗੀਆਂ, ਤੇ ਇਸ ਵੇਲੇ ਹਾਲਤ ਜਿਹੜੀ ਹੈ ਉਹਨਾਂ ਦੀ ਬਿਲਕੁਲ ਗੰਭੀਰ ਬਣੀ ਹੋਈ ਹੈ ਜੀ। ਤੇ ਸੁਰੇਸ਼ ਕੁਮਾਰ ਹੋਰਾਂ ਦੇ ਉੱਤੇ ਹਮਲੇ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਹੈ ਉਹਦੇ ਬਹੁਤ ਸਾਰੇ ਲੀਡਰਾਂ ਨਿਖੇਧੀ ਕੀਤੀ ਹੈ ਕਿ ਭਾਈ ਬੰਦਾ ਜਿਹੜੇ ਮਰਜ਼ੀ ਧੜੇ ਦੇ ਨਾਲ ਹੈ, ਜਿਹੜੀ ਮਰਜ਼ੀ ਪਾਰਟੀ ਦੇ ਨਾਲ ਹੈ, ਪਰ ਇਸ ਤਰੀਕੇ ਦੇ ਨਾਲ ਲਗਾਤਾਰ ਕ੍ਰਮਬੱਧ ਜਿਹੜੇ ਹਮਲੇ ਹੋ ਰਹੇ ਨੇ ਉਹ ਹਮਲੇ ਆਪਣੇ ਆਪ ਦੇ ਵਿੱਚ ਬਹੁਤ ਖਤਰਨਾਕ ਨੇ, ਆਪਣੇ ਆਪ 'ਚ ਬਹੁਤ ਮਾੜੇ ਨੇ। ਇਹਦੇ ਤੋਂ ਪਹਿਲਾਂ ਵੀ ਮਾਝੇ ਦੇ ਕਈ ਸ਼ਹਿਰਾਂ ਦੇ ਵਿੱਚ ਇਸ ਤਰੀਕੇ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਹੋ ਚੁੱਕੀਆਂ, ਤੇ ਹੁਣ ਅੰਮ੍ਰਿਤਸਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨੂੰ ਜਿਸ ਤਰੀਕੇ ਗੋਲੀਆਂ ਦੇ ਨਾਲ ਭੁੰਨਿਆ ਗਿਆ, ਉਹਦੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਵੀ ਪ੍ਰਤੀਕਿਰਿਆ ਆਈ ਹੈ, SIT ਦੀ ਵੀ ਆਈ ਹੈ, ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਦੀ ਸਾਰੀ ਪ੍ਰਕਿਰਿਆ ਜਿਹੜੀ ਹੈ ਉਹ ਕਿੱਧਰਲੇ ਪਾਸੇ ਵੀ ਜਾਂਦੀ ਹੈ। ਪਰ ਸੁਰੇਸ਼ ਕੁਮਾਰ ਹੋਰਾਂ ਦੇ ਉੱਤੇ ਹੋਏ ਹਮਲੇ ਨੇ ਸੱਚੀ ਮੁੱਚੀ ਸਵਾਲ ਖੜੇ ਕਰ ਦਿੱਤੇ ਹੈ ਕਿ ਅਜੇ 3 ਦਿਨ ਪਹਿਲਾਂ ਤਾਂ ਜਿਹੜਾ ਉਹ ਰਾਜਾ ਫਾਂਸੀ ਦੇ ਵਿੱਚ ਅਟੈਕ ਹੁੰਦਾ, ਥਾਂ ਥਾਂ ਦੇ ਉੱਤੇ ਛਾਪੇ ਮਾਰੀ ਹੈ, ਸਭ ਕੁਝ ਕੀਤਾ ਜਾ ਰਿਹਾ, ਤੇ ਸੁਰੇਸ਼ ਕੁਮਾਰ ਸ਼ਰਮਾ ਹੋਰਾਂ ਦੇ ਉੱਤੇ ਹਮਲਾ ਆਪਣੇ ਆਪ ਦੇ ਵਿੱਚ ਭਾਰਤ ਦੀ ਸੁਰੱਖਿਆ ਵਿਵਸਥਾ ਨੂੰ ਸਿੱਧੇ ਤੌਰ ਦੇ ਉੱਤੇ ਸਹਿਮਤਾ ਮਾਰਨ ਵਾਲੀ ਗੱਲ ਹੈ ਜੀ। ਤੇ ਵਟ ਸਾਹਿਬ, ਫੂਲਕਾ ਦੇ ਖਿਲਾਫ ਅੰਮ੍ਰਿਤਸਰ ਦੇ ਵਿੱਚ ਸ਼ਿਕਾਇਤ ਹੋ ਗਈ ਜੀ। ਸੁਖਦੇਵ ਜੀ, ਦੇਖੋ ਸੋਚ ਸਮਝ ਕੇ ਬਿਆਨ ਸਾਰਿਆਂ ਨੂੰ ਦੇਣੇ ਚਾਹੀਦੇ ਆ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਬੰਦਾ ਕਿਉਂ ਨੀ ਜੀ। ਦੂਸਰੀ ਗੱਲ ਇਹ ਵੀ ਹੈ ਕਿ ਬੰਦਾ ਗਲਤੀਆਂ ਦਾ ਪੁਤਲਾ, ਅਕਾਲੀ ਵੀ ਹੋਵੇ ਫਿਰ ਵੀ ਸੋਚਣਾ ਚਾਹੀਦਾ ਜੀ। ਸੁਖਦੇਵ ਜੀ, ਮੈਂ ਗੱਲ ਸਮਝਣੀ ਤੁਹਾਡੀ, ਮੈਂ ਜੇ ਅਕਾਲੀ ਦਲ ਦਾ ਬੰਦਾ ਹੋਵੇ ਫਿਰ ਵੀ ਸੋਚਣਾ ਚਾਹੀਦਾ। ਦੇਖੋ, ਇੱਕ ਅੱਧੀ ਵਾਰੀ ਗਲਤੀ ਹੋ ਜਾਏ ਤਾਂ ਸੋਚ ਹੀ ਲੈਣਾ ਚਾਹੀਦਾ, ਜੇ ਬਾਰ ਬਾਰ ਆਪਾਂ ਗਲਤੀਆਂ ਕਰਨੀਆਂ ਤੇ ਜਾਣ ਬੁੱਝ ਕੇ ਕਰਨੀਆਂ ਫਿਰ ਨਹੀਂ ਸੋਚਣਾ ਚਾਹੀਦਾ ਜੀ। ਹੁਣ ਦੇਖੋ, ਫੂਲਕਾ ਸਾਹਿਬ ਨੇ ਕਿਹਾ ਕੀ ਸੀ ਜਦੋਂ ਨਾ ਅਟੈਕ ਹੋਇਆ ਇਹ ਅੰਮ੍ਰਿਤਸਰ ਵਾਲਾ ਗ੍ਰਨੇਡ ਹਮਲਾ, ਉਹਦੇ ਤੋਂ ਬਾਅਦ ਫੂਲਕਾ ਸਾਹਿਬ ਦੀ ਇੱਕ ਸਟੇਟਮੈਂਟ ਸੀ ਕਿ ਦੇਖੋ ਜੀ, ਭਾਰਤੀ ਫੌਜ ਮੁਖੀ ਨੇ ਕਈ ਦਿਨ ਪਹਿਲੇ ਕਹਿਤਾ ਸੀ ਕਿ ਪੰਜਾਬ ਖਤਰੇ ਤੋਂ ਖਾਲੀ ਨਹੀਂ, ਕਿਤੇ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਇਹ ਸਾਰਾ ਕੁਝ ਨਾ ਕੀਤਾ ਕਰਾਇਆ ਗਿਆ ਹੋਵੇ, ਤੇ ਉਹਦੇ ਤੋਂ ਬਾਅਦ ਰੌਲਾ ਪੈ ਗਿਆ। ਫੂਲਕਾ ਸਾਹਿਬ ਦੇ ਪੁਤਲੇ
ਇੱਕ ਦੋ ਜਥੇਬੰਦੀਆਂ ਨੇ ਫੂਕੇ। ਇਹਦੇ ਨਾਲ ਨਾਲ ਐਡਵੋਕੇਟ ਐਚ ਐਸ ਫੂਲਕਾ ਸਾਹਿਬ ਦੇ ਖਿਲਾਫ਼ ਇੱਕ ਪਰਚਾ ਵੀ ਦਰਜ ਕਰਾਇਆ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ, ਰਾਜਕੁਮਾਰ ਵੀਰਕਾ, ਉਹਨਾਂ ਤੋਂ ਬਾਅਦ ਇੰਦਰਬੀਰ ਸਿੰਘ ਬੁਲਾਰੀਆ ਤੇ ਨਾਲ ਸੁਨੀਲ ਦਿੱਤੀ ਅੰਮ੍ਰਿਤਸਰ ਕੰਟੋਨਮੈਂਟ ਥਾਣੇ ਚ। ਤੇ ਨਾਲ ਦੀ ਨਾਲ ਹੁਣ ਫੂਲਕਾ ਸਾਹਿਬ ਕਹਿੰਦੇ ਕਿ ਦੇਖੋ ਮੈਂ ਪਹਿਲਾਂ ਆਪਣਾ ਬਿਆਨ ਵਾਪਸ ਲੈਂਦਾ, ਮੈਂ ਇਸ ਢੰਗ ਦੇ ਨਾਲ ਨਹੀਂ ਸੀ ਕਿਹਾ ਜਿਸ ਢੰਗ ਦੇ ਨਾਲ ਉਸ ਬਿਆਨ ਨੂੰ ਲੈ ਲਿਆ ਗਿਆ। ਉਹ ਕਹਿੰਦੇ ਏਦਾਂ ਦੀ ਗੱਲ ਨਹੀਂ ਹੈ ਕਿ ਮੈਂ ਆਪਣਾ ਬਿਆਨ ਵਾਪਸ ਲੈਂਦਾ, ਉਹ ਗਲਤੀ ਦੇ ਨਾਲ ਦਿੱਤਾ ਗਿਆ ਸਮਝ ਲਓ। ਪਰ ਦੂਸਰੇ ਪਾਸੇ ਫੂਲਕਾ ਸਾਹਿਬ ਕਹਿੰਦੇ ਕਿ ਇੱਕ ਗੱਲ ਚੇਤੇ ਰੱਖੀ ਜਾਵੇ ਕਿ ਪੰਜਾਬ ਦੇ ਲੋਕਾਂ ਨੂੰ ਚੌਕਸ ਰਹਿਣਾ ਹੋਏਗਾ, ਭਾਵੇਂ ਉਹ ਦੂਸਰੇ ਪਾਸਿਓਂ ਕਿਸੇ ਵੀ ਤਰ੍ਹਾਂ ਦਾ ਹਮਲਾ ਕਿਉਂ ਨਾ ਹੋਵੇ, ਕੋਈ ਪਰਵਾਹ ਵਾਲੀ ਗੱਲ ਨਹੀਂ, ਪਰ ਚੌਕਸ ਰਹਿਣਾ ਪਊਗਾ। ਉਹਨੇ ਇਹ ਵੀ ਕਹਿ ਦਿੱਤਾ ਕਿ ਦੇਖੋ 1978 ਦੀਆਂ ਘਟਨਾਵਾਂ ਜਿਹੜੀਆਂ ਸੀ ਉਹ ਵੀ ਸਾਨੂੰ ਚੇਤੇ ਰੱਖਣੀਆਂ ਚਾਹੀਦੀਆਂ, ਤਾਂ ਜੋ ਜੇ ਉਦਾਂ ਦਾ ਕੋਈ ਸਰਕਮਸਟਾਂਸਿਸ ਹੋਣ ਤਾਂ ਗੱਲ ਦੂਜੇ ਪਾਸੇ ਨੂੰ ਕੀਤੀ ਜਾ ਸਕੇ। ਇਹਦੇ ਨਾਲ ਨਾਲ ਫੂਲਕਾ ਸਾਹਿਬ ਨੇ ਵੀ ਮੌੜ ਮੰਡੀ ਬੰਬ ਧਮਾਕੇ ਦੀ ਉਦਾਹਰਣ ਦਿੱਤੀ। ਉਹ ਕਹਿੰਦੇ ਉਹਦੇ ਪਿੱਛੇ ਵੀ ਰਾਜਨੀਤੀ ਸੀ, ਉਹਦੇ ਪਿੱਛੇ ਵੀ ਵੋਟਾਂ ਦਾ ਧਰੂਵੀਕਰਨ ਸੀ, ਤੇ ਐਨ ਚੋਣਾਂ ਦੇ ਮੌਕੇ ਦੇ ਉੱਤੇ ਜਿਹੜੀ ਉਹ ਕਾਰਵਾਈ ਕੀਤੀ ਗਈ ਸੀ ਉਹ ਆਪਣੇ ਆਪ ਦੇ ਵਿੱਚ ਸਵਾਲਾਂ ਜਵਾਬਾਂ ਦੇ ਦਾਇਰੇ ਦੇ ਵਿੱਚ ਆਉਂਦੀ ਸੀ। ਇਸ ਕਰਕੇ ਫੂਲਕਾ ਸਾਹਿਬ ਨੇ ਪਹਿਲਾਂ ਬਿਆਨ ਦਿੱਤਾ, ਮਗਰੋਂ ਆਲੋਚਨਾ ਹੋਈ, ਫੂਲਕਾ ਸਾਹਿਬ ਨੇ ਆਪਣਾ ਬਿਆਨ ਵਾਪਸ ਲੈ ਲਿਆ। ਪਰ ਫਿਰ ਵੀ ਇੱਕ ਹੋਕਾ ਉਹਨਾਂ ਨੇ ਦਿੱਤਾ ਕਿ ਜਿੰਨੀ ਛੇਤੀ ਹੋ ਸਕੇ ਜਿਹੜੇ ਲੋਕ ਨੇ ਉਹ ਆਪਣੇ ਆਪ ਨੂੰ ਥੋੜਾ ਜਿਹਾ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕਰਨ, ਉਹ ਆਪਣੇ ਆਪ ਦੇ ਵਿੱਚ ਥੋੜਾ ਜਿਹਾ ਗਿਆਨ ਹਾਸਲ ਦੀ ਕੋਸ਼ਿਸ਼ ਕਰਨ, ਤਾਂ ਜੋ ਭਵਿੱਖ ਦੇ ਵਿੱਚ ਕਦੇ ਵੀ ਬੰਦਿਆਂ ਦੇ ਜਾਗਰੂਕ ਹੋਣ ਕਰਕੇ, ਵੋਟਰਾਂ ਦੇ ਜਾਗਰੂਕ ਹੋਣ ਕਰਕੇ ਇੱਦਾਂ ਦੀ ਨੌਬਤ ਜਿਹੜੀ ਹੈ ਉਹ ਆਵੇ ਨਾ। ਸੋ ਵੇਖਦੇ ਹਾਂ ਕਿ ਫੂਲਕਾ ਸਾਹਿਬ ਦੇ ਖਿਲਾਫ਼ ਦਿੱਤੀ ਗਈ ਸ਼ਿਕਾਇਤ ਜਿਹੜੀ ਹੈ ਉਹਦੇ ਤਹਿਤ ਫੂਲਕਾ ਸਾਹਿਬ ਨੂੰ ਸੰਮਨ ਜਿਹੜਿਆ ਉਹ ਕਦੋਂ ਭੇਜੇ ਜਾਂਦੇ, ਪੁੱਛ ਗਿੱਛ ਲਈ ਬੁਲਾਇਆ ਕਦੋਂ ਜਾਂਦਾ ਜੀ। ਤੇ ਨਿਰੰਕਾਰੀ ਡੇਰਿਆਂ ਦੀ ਸੁਰੱਖਿਆ ਵੀ ਵਧਾਤੀ ਜੀ। ਸੁਖਨੈਬ ਜੀ ਕਈ ਕੁਝ ਘਟਿਆ ਵਾਪਰਿਆ, ਦੇਖੋ ਕੱਲ ਕਪਤਾਨ ਸਾਹਿਬ ਹੋ ਕੇ ਗਏ ਆ, ਰੈਡ ਕਾਰਪਟ ਤੇ ਲੰਘੇ ਸੀ ਕਿ ਪਾਸੇ ਦੀ ਲੰਘੇ ਜੀ, ਨਹੀਂ ਜੀ ਉਹ ਚੱਕ ਦਿੱਤਾ ਸੀ, ਉਹ ਫਿਰ ਬਾਅਦ ਵਿੱਚ ਹੋਰ ਵਿਛਾ ਤਾ ਸੀ, ਕਹਿੰਦੇ ਲਾਲ ਰੰਗ ਹੀ ਨੀ ਚਾਹੀਦਾ, ਆਉਣਾ ਤਾਂ ਕਾਰਪੇਟ ਦੇ ਉੱਪਰ ਵੀ ਹੈ ਜੀ। ਹੁਣ ਦੋ ਚੀਜ਼ਾਂ ਨੇ, ਇੱਕ ਪੁਲਿਸ ਦੀ ਕਾਰਵਾਈ ਕੀ ਕਹਿੰਦੀ ਹੈ ਤੇ ਦੂਸਰੇ ਪਾਸੇ ਨਿਰੰਕਾਰੀ ਡੇਰਿਆਂ ਦੀ ਸੁਰੱਖਿਆ ਕੀ ਕਹਿੰਦੀ ਹੈ। ਹੁਣ ਅੰਮ੍ਰਿਤਸਰ ਦੇ ਰਾਜਾ ਸੰਸਦ ਵਿੱਚ ਨਿਰੰਕਾਰੀ ਸਤਸੰਗ ਭਵਨ ਦੇ ਵਿੱਚ ਜਿਹੜਾ ਧਮਾਕਾ ਹੋਇਆ ਉਹਦੇ ਤੋਂ ਬਾਅਦ ਡੇਰਿਆਂ ਦੀ ਅੰਦਰੂਨੀ ਸੁਰੱਖਿਆ ਦੇ ਲਈ ਨਿਰੰਕਾਰੀ ਮਿਸ਼ਨ ਨੇ ਐਲਾਨ ਕਰ ਦਿੱਤਾ ਕਿ ਅਸੀਂ ਆਪਣੀ ਸੁਰੱਖਿਆ ਛਤਰੀ ਤਿਆਰ ਕਰਾਂਗੇ, ਜਿਨ੍ਹਾਂ ਦਾ ਕੰਮ ਕੇਵਲ ਤੇ ਕੇਵਲ ਨਿਰੰਕਾਰੀ ਜਿਹੜੇ ਨੇ ਉਹਨਾਂ ਦੇ ਡੇਰਿਆਂ ਦੀ ਸੁਰੱਖਿਆ ਕਰਨਾ। ਲੁਧਿਆਣਾ ਜ਼ੋਨ ਦੇ ਇੰਚਾਰਜ ਐਚ ਐਸ ਚਾਵਲਾ ਉਹ ਕਹਿੰਦੇ 37 ਬਰਾਚਾਂ ਸਾਡੇ ਕੋਲ ਤੇ ਹਫ਼ਤੇ 'ਚ 2 ਦਿਨ ਸਤਸੰਗ ਹੁੰਦੇ ਆ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਆਉਂਦੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਧਮਾਕਾ ਹੋਇਆ ਉਸ ਧਮਾਕੇ ਤੋਂ ਬਾਅਦ ਉਹ ਕਹਿੰਦੇ ਕਿ ਕਿਸੇ ਤਰ੍ਹਾਂ ਦਾ ਸੰਗਤ ਵਿੱਚ ਕੋਈ ਐਸੀ ਗੱਲ ਨਹੀਂ ਕਿ ਜਿਹੜੀ ਸਹਿਣ ਉਹਨਾਂ ਨੂੰ ਕਰਨੀ ਪਈ ਹੋਵੇ। ਚਲੋ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ, ਪਰ ਦੂਸਰੇ ਪਾਸੇ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਥਾਨਕ ਜਿਹੜੇ ਅੰਮ੍ਰਿਤਸਰ ਦੇ ਆਸ ਪਾਸ ਦੇ ਸਿੱਖ ਨੌਜਵਾਨ ਨੇ, ਖਾਸ ਤੌਰ ਦੇ ਉੱਤੇ ਜਿਹੜੇ ਪਗਨੀ ਸੰਭਾਲ ਜੱਟਾਂ ਲਹਿਰ ਦੇ ਨਾਲ ਜੁੜੇ ਹੋਏ ਆ, ਉਹਨਾਂ ਦੇ ਘਰਾਂ ਦੇ ਉੱਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ ਜੀ। ਕਿਉਂਕਿ ਕੁਝ ਦਿਨਾਂ ਨੇ ਦੋਸ਼ ਲਾਇਆ ਸੀ ਕਿ ਪੰਜਾਬ ਪੁਲਿਸ ਬਿਨਾਂ ਕਿਸੇ ਠੋਸ ਸਬੂਤ ਦੇ ਨੌਜਵਾਨਾਂ ਨੂੰ ਪੁੱਛਗਿੱਛ ਕਰਨ ਦੇ ਲਈ ਹਿਰਾਸਤ ਦੇ ਵਿੱਚ ਕਿਉਂ ਲੈ ਰਹੀ ਹੈ। ਹੁਣ ਆਈ ਜੀ ਬਾਰਡਰ ਰੇਂਜ ਆਈ ਪੀ ਐਸ ਪਰਮਾਰ ਸਾਹਿਬ ਨੇ ਦੱਸਿਆ, ਉਹ ਕਹਿੰਦੇ ਅਸੀਂ ਸੰਮਨ ਭੇਜ ਰਹੇ ਹਾਂ, ਦਲ ਖਾਲਸਾ ਦੇ ਮੈਂਬਰ ਗੁਰਜੰਤ ਸਿੰਘ ਨੂੰ ਵੀ ਹਿਰਾਸਤ 'ਚ ਲਿਆ ਗਿਆ, ਪੰਜਾਬ ਪੁਲਿਸ ਦੇ ਸਿੱਖ ਯੂਥ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਤੇ ਵੀ ਛਾਪਾ ਮਾਰਿਆ, ਉਹਨਾਂ ਦੇ ਪਰਿਵਾਰ ਨੂੰ ਵੀ ਕਹਿ ਕੇ ਪੁਲਿਸ ਕਹੀ ਆ ਕਿ ਥਾਣੇ ਉਹ ਜਦੋਂ ਵੀ ਆਉਂਦਾ ਰਿਪੋਰਟ ਕਰੇ। ਇਸੇ ਤਰੀਕੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨਾਲ ਨੌਜਵਾਨ ਰਣਜੀਤ ਸਿੰਘ ਜੁੜਿਆ, ਉਹਦੇ ਘਰੇ ਵੀ ਛਾਣਗੀਨ ਕਰਨ ਦੇ ਲਈ ਜਿਹੜੀ ਉਹ ਪਾਰਟੀ ਪਹੁੰਚੀ ਜ਼ਰੂਰ ਹੈ। ਪਰ ਦੂਸਰੇ ਪਾਸੇ ਦਲ ਖਾਲਸਾ ਦੇ ਜਿਹੜੇ ਬੁਲਾਰੇ ਨੇ ਕੰਵਰਪਾਲ ਸਿੰਘ ਬਿੱਟੂ ਉਹ ਕਹਿੰਦੇ ਜੀ ਪੁਖਤਾ ਸਬੂਤ ਪੁਲਿਸ ਦੇ ਕੋਲ ਕੋਈ ਨਹੀਂ, ਇਸੇ ਕਰਕੇ ਸਿੱਖ ਨੌਜਵਾਨਾਂ ਨੂੰ ਬਿਨਾਂ ਕਿਸੇ ਕਾਰਨ ਤੰਗ ਪਰੇਸ਼ਾਨ ਜਿਹੜੇ ਉਹ ਕਰ ਰਹੇ ਹੈ। ਸੋ ਦੇਖਦੇ ਹਾਂ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਪ੍ਰਕਿਰਿਆ ਕਿੱਧਰ ਨੂੰ ਜਾਂਦੀ ਹੈ। ਪਰ ਜਿੱਥੇ ਇੱਕ ਪਾਸੇ ਪੁਲਿਸ ਨੇ ਨਿਰੰਕਾਰੀ ਮਿਸ਼ਨ ਦੇ ਜਿਹੜੇ ਡੇਰੇ ਨੇ ਉਹਨਾਂ ਦੇ ਨੇੜਿਓਂ ਦੀ ਆਪਣੀ ਗਸ਼ਤ ਵਧਾਤੀ ਹੈ ਤੇ ਦੂਸਰੇ ਪਾਸੇ ਪੁਲਿਸ ਦੀ ਸੁਰੱਖਿਆ ਵੀ ਜਿਹੜੀ ਹੈ ਕਾਫੀ ਵੱਡੀ ਪੱਧਰ ਦੇ ਉੱਤੇ ਵਧਾਈ ਗਈ ਹੈ। ਸੋ ਵੇਖਦੇ ਹਾਂ ਕਿ ਹੁਣ ਜਦੋਂ ਨਿਰੰਕਾਰੀ ਡੇਰਿਆਂ ਦੀ ਅੰਦਰੂਨੀ ਸੁਰੱਖਿਆ ਸੇਵਾਦਾਰਾਂ ਦੇ ਹੱਥ ਆ ਗਈ ਹੈ ਤੇ ਉਹ ਫਿਰ ਸੇਵਾਦਾਰ ਜਿਹੜੇ ਨੇ ਉਹ ਸੇਵਾਦਾਰੀ ਕਿੰਨੀ ਕੁ ਦੇਰ ਨਿਭਾਉਣ ਦਾ ਯਤਨ ਕਰਨਗੇ ਤੇ ਉਹਦੇ ਵਿੱਚ ਕਿੰਨੇ ਕੁ ਸਫਲ ਹੋਣਗੇ। ਤੇ ਨਾਲ ਦੀ ਨਾਲ ਤਿੰਨ ਕੁ ਦਿਨਾਂ ਦੇ ਬਾਅਦ ਸੁਖਨੈਬ ਜੀ ਜਿੰਨੇ ਵੀ ਨਿਰੰਕਾਰੀ ਡੇਰੇ ਨੇ ਜਿੱਥੇ ਸਰਗਰਮੀਆਂ ਪੋਸਟਪੋਨ ਕਰਤੀਆਂ ਸੀ ਦੁਬਾਰਾ ਖੁੱਲਣ ਜਾ ਰਹੇ ਹੈ। ਤੇ ਨਾਲ ਇਹ ਵੀ ਗੱਲ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਹੁਣ ਜਦੋਂ ਉਹ ਸਾਰਾ ਕੁਝ ਜਿਹੜਾ ਦਰੁਸਤ ਹੋਈ ਜਾਂਦਾ, ਸਭ ਕੁਝ ਜਿਹੜਾ ਸਾਹਮਣੇ ਆਈ ਜਾਂਦਾ ਤੇ ਦੇਖਦੇ ਹਾਂ ਕਿ ਹੁਣ ਪੰਜਾਬ ਦੀ ਸਰਕਾਰ ਜਿਹੜੀ ਆ ਪੰਜਾਬ ਦੇ ਪੁਲਿਸ ਦੇ ਰਾਹੀਂ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਿੰਨੇ ਕੁ ਚੰਗੇ ਤਰੀਕੇ ਦੇ ਨਾਲ ਟੈਕਲ ਕਰਨ ਦੇ ਵਿੱਚ ਕਾਮਯਾਬ ਰਹੋਗੇ ਜੀ।
ਬਾਟ ਸਾਹਿਬ SGPC ਨੇ ਕੈਪਟਨ ਨੂੰ ਸੱਦਾ ਦਿੱਤਾ ਤੇ ਉਧਰ ਬਾਦਲ ਸਾਹਿਬ ਹੈ ਜਿਹੜੇ ਮੋਦੀ ਕੋਲ ਸ਼ਿਕਾਇਤਾਂ ਕਰੀ ਜਾਂਦੇ ਕੈਪਟਨ ਸਰਕਾਰ ਦੀਆਂ। ਦੇਖੋ ਗੱਲ ਇਹ ਹੈ ਕਿ ਤਿੰਨ ਧਿਰਾਂ ਨੇ ਸੁਖਨੈਬ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਲਈ ਜਿਹੜੀਆਂ ਮੈਦਾਨ ਚ ਆਈਆਂ ਜੀ। ਇੱਕ ਧਿਰ ਜਿਹੜੀ ਹੈ ਉਹ ਪੰਜਾਬ ਦੀ ਸਰਕਾਰ ਹੈ, ਜਾਣੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਵਾਲੀ। ਦੂਸਰੀ ਧਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਭਾਵ ਅਕਾਲੀ ਦਲ ਵੀ ਨਾਲ ਹੀ ਲਾ ਲਓ ਜੀ। ਤੀਸਰੀ ਧਿਰ ਕੇਂਦਰ ਦੀ ਸਰਕਾਰ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਥੋੜੇ ਜਿਹਾ ਸੁਹਿਰਦ ਨੇ ਇਸ ਪਾਸੇ, ਬਾਕੀ ਕਿਸੇ ਪਾਸੇ ਹੋਣ ਨਾ ਹੋਣ, ਇਸੇ ਕਰਕੇ ਉਹ ਕਈ ਗੇੜੇ ਮਾਰ ਆਏ ਆ ਸੁਲਤਾਨਪੁਰ ਲੋਧੀ। ਜਿਹੜੀ ਉਹਨਾਂ ਨੇ ਮੀਟਿੰਗ ਬਣਾਈ ਹੋਈ ਹੈ, ਜਿਹੜੀ ਕਮੇਟੀ ਬਣਾਈ ਸੀ ਕਿ ਭਾਈ ਆਪਾਂ ਚੰਗੇ ਤਰੀਕੇ ਸਾਰਾ ਕੰਮ ਸੁਚਾਰੂ ਰੂਪ ਚ ਚਲਾਉਣਾ, ਉਸ ਕਮੇਟੀ ਨੇ ਜਿਹੜਾ ਇਸ ਗੱਲ ਦਾ ਫੈਸਲਾ ਕਿਤੇ ਨਾ ਕਿਤੇ ਕਰ ਲਿਆ ਸੀ ਕਪਤਾਨ ਸਾਹਿਬ ਤੋਂ ਸਹਿਮਤੀ ਲੈ ਕੇ ਜੀ, ਕਿ ਆਪਾਂ ਨਾ ਹੁਣ ਪੰਜਾਬ ਚ ਬਹੁਤ ਸਾਰੇ ਕੰਮ ਕਰਨੇ ਬਾਬੇ ਨਾਨਕ ਨੂੰ ਲੈ ਕੇ, 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ। ਚਲੋ ਸਮਾਗਮ ਹੋਇਆ, ਲੋਗੋ ਜਿਹੜਾ ਕਪਤਾਨ ਸਾਹਿਬ ਨੇ ਜਾਰੀ ਕਰ ਦਿੱਤਾ, ਉਹਦੇ ਤੋਂ ਬਾਅਦ ਸੰਤ ਸਮਾਜ ਦੇ ਆਗੂਆਂ ਨੂੰ ਸੁਲਤਾਨਪੁਰ ਲੋਧੀ ਵੀ ਪਹਿਲਾਂ ਇੱਕ ਵਾਰੀ ਮਿਲ ਕੇ ਆਏ ਸੀ ਤੇ ਕਪਤਾਨ ਸਾਹਿਬ ਨੇ ਬੇਨਤੀ ਕੀਤੀ ਸੀ ਕਿ ਸੁਝਾਅ ਦਿਓ ਜੀ, ਅਸੀਂ ਚੰਗੇ ਤਰੀਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੁਰਬ ਮਨਾਉਣਾ ਚਾਹੁੰਦੇ ਹਾਂ, ਤੁਸੀਂ ਦੱਸੋ ਕਿਵੇਂ। ਐਤਕੀ ਸੰਤ ਸਮਾਜ ਉਹਨਾਂ ਨੇ ਚੰਡੀਗੜ੍ਹ ਸੱਦ ਲਿਆ ਬਾਬਾ ਸਰਜੋਤ ਸਿੰਘ ਬੇਦੀ ਦੀ ਅਗਵਾਈ ਚ, ਤੇ ਜਦੋਂ ਸੰਤ ਸਮਾਜ ਚੰਡੀਗੜ੍ਹ ਸੱਦ ਲਿਆ, ਉਹਦੇ ਤੋਂ ਬਾਅਦ ਕੰਮ ਆਪੇ ਹੀ ਜਿਹੜਾ ਉਹ ਦੂਸਰੇ ਪਾਸੇ ਨੂੰ ਹੋ ਤੁਰਿਆ। ਹੁਣ ਉਸ ਸਾਰੀ ਪ੍ਰਕਿਰਿਆ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰੋਗਰਾਮ ਐਲਾਨ ਦਿੱਤੇ, ਪੰਜਾਬ ਸਰਕਾਰ ਨੇ ਆਪਣੇ ਐਲਾਨ ਦਿੱਤੇ, ਕੇਂਦਰ ਦੀ ਸਰਕਾਰ ਆਪਣੇ ਪੱਧਰ ਤੇ ਚਰਚਾ ਚਲਾਈ ਜਾਂਦੀ ਹੈ। ਅਚਾਨਕ ਹੋਇਆ ਕੀ ਹੈ, ਹੋਇਆ ਇਹ ਕਿ 550ਵੇਂ ਪ੍ਰਕਾਸ਼ ਪੁਰਬ ਦੇ ਵਿੱਚ ਸਮਾਗਮਾਂ ਚ ਸੱਦਾ ਦੇਣ ਦੇ ਲਈ ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ SGPC, ਉਹ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਪਹੁੰਚ ਗਏ ਕਿ ਭਾਈ ਜੇ ਹੋ ਸਕਦਾ ਤੁਸੀਂ ਆਇਓ ਜ਼ਰੂਰ, ਇੱਦਾਂ ਜਿਹੜਾ ਆਪਾਂ ਚੰਗੇ ਨਹੀਂ ਲੱਗਦੇ ਕਿ ਇਕੱਲੇ ਇਕੱਲੇ ਸਮਾਗਮ ਇੱਕੋ ਸ਼ਹਿਰ ਦੇ ਵਿੱਚ ਕਰੇ ਜਾਈਏ। ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦਾ ਦਿੱਤਾ ਕਿ ਕਪਤਾਨ ਸਾਹਿਬ ਆਪਾਂ ਸਾਂਝੇ ਸਮਾਗਮ ਕਰ ਲੈਂਦੇ ਹਾਂ, ਜਿਹਦੇ ਨਾਲ ਕਿ ਕੋਈ ਬਖੇੜਾ ਨਾ ਖੜਾ ਹੋਵੇ ਤੇ ਸੰਗਤ ਦਾ ਧਿਆਨ ਵੀ ਜਿਹੜਾ ਉਹ ਸੱਜੇ ਖੱਬੇ ਨਾ ਹੋਵੇ। ਸੋ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਲੌਂਗੋਵਾਲ ਸਾਹਿਬ ਦਾ ਜਿਹੜਾ ਸੱਦਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਪ੍ਰਵਾਨ ਕਰਨਗੇ ਕਿ ਨਹੀਂ ਕਰਨਗੇ। ਬਾਕੀ ਕਪਤਾਨ ਸਾਹਿਬ ਨੇ ਉਹਦਾ ਸਵਾਗਤ ਵੀ ਕੀਤਾ, ਧੰਨਵਾਦ ਵੀ ਕੀਤਾ, ਤੇ ਨਾਲ ਦੀ ਨਾਲ ਇਹ ਵੀ ਗੱਲ ਜਿਹੜੀ ਹੈ ਕਪਤਾਨ ਸਾਹਿਬ ਨੇ ਆਖ ਦਿੱਤੀ ਕਿ ਤੁਸੀਂ ਸਾਡੇ ਸਮਾਗਮਾਂ ਦੇ ਵਿੱਚ ਵੀ ਜ਼ਰੂਰ ਆਇਓ ਜਿਹੜੇ ਪੰਜਾਬ ਸਰਕਾਰ ਨੇ ਰੱਖੇ ਆ। ਆਸ ਬੜੀ ਘੱਟ ਹੈ ਕਿ ਦੋਵਾਂ ਧਿਰਾਂ ਦੇ ਵਿੱਚੋਂ ਕੋਈ ਵੀ ਇੱਕ ਧਿਰ ਜਿਹੜੀ ਹੈ ਉਹ ਸਮਾਗਮ ਜਿਹੜਾ ਇਸ ਵੇਲੇ ਉਹਨੂੰ ਛੱਡ ਕੇ ਤੇ ਆਪਣੇ ਸਮਾਗਮ ਤੋਂ ਪਰੇ ਹੋ ਕੇ ਦੂਜਿਆਂ ਦੇ ਸਮਾਗਮ ਦੇ ਵਿੱਚ ਜਾਣਗੇ। ਲੱਗਦਾ ਕਿ ਰਸਮੀ ਤੌਰ ਤੇ ਕਾਰਵਾਈ ਕਰ ਦਿੱਤੀ ਗਈ ਹੈ, ਬਾਕੀ ਸਾਰਾ ਕੁਝ ਜਿਹੜਾ ਉਸ ਜਿਹੜਾ ਸਥਾਨਕ ਪੱਧਰ ਦੇ ਉੱਤੇ ਸੰਗਤ ਦੇ ਹੱਥ ਵਸ ਹੈ ਜੀ। ਬਟ ਸਾਹਿਬ ਇਧਰੋਂ ਸਿਆਸੀ ਨੇਤਾਵਾਂ ਦੇ ਵੱਲੋਂ ਬੋਲ ਕਬੋਲ ਵਾਲੇ ਜਿਹੜੇ ਮਾਮਲੇ ਬੜੇ ਚਰਚਾ ਚ, ਸੁਖਨੈਬ ਜੀ ਪਿਛਲੇ 15 ਸਾਲਾਂ ਦੇ ਇਹ ਚਰਚੇ ਵਧੇ ਨੇ ਜੀ। ਇੱਕ ਪਾਸੇ ਕਾਂਗਰਸ ਪਾਰਟੀ ਦੇ ਸਭ ਤੋਂ ਵੱਡੇ ਲੀਡਰ ਰਾਹੁਲ ਗਾਂਧੀ ਨੇ ਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪਰ ਇਹਨਾਂ ਨੂੰ ਦੋਵਾਂ ਨੂੰ ਇੱਕ ਦੂਜੇ ਦੁਆਰਾ ਜਾਂ ਇੱਕ ਦੂਜੇ ਦੀਆਂ ਪਾਰਟੀਆਂ ਦੁਆਰਾ ਜਿਸ ਤਰੀਕੇ ਦੇ ਸ਼ਬਦ ਬੋਲੇ ਗਏ ਨੇ ਨਾ ਜੀ, ਉਹ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਬਹੁਤ ਮਹੱਤਵਪੂਰਨ ਨੇ। ਜੇ ਤੋਂ ਪਤਾ ਲੱਗਦਾ ਕਿ ਅਸੀਂ ਭਾਈ ਕਿੰਨੇ ਵਿਹਲੇ ਹਾਂ, ਜੇ ਤੋਂ ਪਤਾ ਲੱਗਦਾ ਕਿ ਭਾਈ ਦੁਨੀਆਂ ਦੀਆਂ, ਭਾਰਤ ਦੇ ਲੋਕਾਂ ਦੀਆਂ, ਭਾਰਤ ਦੇ ਵੋਟਰਾਂ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਨੇ ਉਹਨਾਂ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਕੇ ਬਸ ਸ਼ਬਦੀ ਹੇਰ ਫੇਰ ਦੇ ਵਿੱਚ ਉਲਝਾਈ ਰੱਖਣਾ। ਹੁਣ ਦੋ ਲੀਡਰ, ਦੋਵਾਂ ਲੀਡਰਾਂ ਨੂੰ ਇੱਕ ਦੂਸਰੇ ਦੀ ਵਿਰੋਧੀ ਪਾਰਟੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਆਪਾਂ ਕਹਿੰਦੇ ਹਾਂ ਕਿ ਮੋਦੀ ਸਾਹਿਬ ਦੇ ਖਿਲਾਫ ਕੀ ਹੋਇਆ, 2007 ਤੋਂ 18 ਤੱਕ 11 ਵਰਿਆਂ ਚ, ਪਹਿਲਾਂ 2007 ਚ ਬੀਬੀ ਸੋਨੀਆ ਗਾਂਧੀ ਨੇ ਮੋਦੀ ਨੂੰ ਮੌਤ ਦਾ ਸੁਦਾਗਰ ਕਹਿਤਾ, ਫਿਰ ਰਿਜਵਾਨ ਉਸਮਾਨੀ ਨੇ ਬਦਤਮੀਜ ਕਹਿਤਾ, ਫਿਰ ਬੀਕੇ ਹਰੀ ਪ੍ਰਸਾਦ ਨੇ ਨਾਲੀ ਦਾ ਕੀੜਾ ਕਹਿਤਾ, ਫਿਰ ਅਰਜੁਨ ਮੇਢਵਾੜੀਆ ਜਿਹੜਾ ਉਹਨੇ ਕਹਿਤਾ ਸੀ ਕਿ ਮੋਦੀ ਸਾਹਿਬ ਬੰਦਰ ਨੇ, ਸੋਮਾ ਪਟੇਲ ਨੇ ਘਾਂਚੀ ਕਹਿਤਾ ਸੀ, ਗੁਲਾਮ ਨਬੀ ਆਜ਼ਾਦ ਨੇ ਗੰਗੂ ਤੇਲੀ, ਜੈਰਾਮ ਰਮੇਸ਼ ਨੇ ਕਹਿਤਾ ਸੀ ਇਹ ਤਾਂ ਭਸਮਾ ਸੁਰਿਆ, ਦਿਗ ਵਿਜੇ ਸਿੰਘ ਨੇ ਕਹਿਤਾ ਸੀ ਕਿ ਭਾਈ ਇਹ ਤਾਂ ਰਾਵਣ ਆ, ਸਲਮਾਨ ਖੁਰਸ਼ੀਦ ਨੇ ਕਹਿਤਾ ਸੀ ਇਹ ਪ੍ਰਧਾਨ ਮੰਤਰੀ ਨਪੁੰਸਕ ਆ, ਅਰਜੁਨ ਮੋਢਵਾੜੀਆ ਨੇ 2014 ਫਿਰ ਪਾਗਲ ਕਹਿਤਾ, 2017 ਚ ਦਿਗ ਵਿਜੇ ਸਿੰਘ ਹੋਰੀ ਹੈ ਤੇ ਉਹਦੇ ਵਿੱਚ ਕਈ ਤਰ੍ਹਾਂ ਦੇ ਰੌਲੇ ਪਏ ਨੇ। ਇਹਦੇ ਨਾਲ ਨਾਲ 2017 ਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੋਦੀ ਸਾਹਿਬ ਖੂਨ ਦੀ ਦਲਾਲੀ ਕਰਦੇ ਆ, ਨੀਚ ਵੀ ਕਹਿਤਾ, ਹੁਣੇ ਹੁਣੇ 4 ਦਿਨ ਪਹਿਲਾਂ ਚੋਰ ਕਹਿਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ। ਪਰ ਦੂਸਰੇ ਪਾਸੇ ਜੇ ਆਪਾਂ ਇਹ ਕਹੀਏ ਕਿ ਇਕੱਲੇ ਕਾਂਗਰਸ ਹੀ ਇਹ ਕੰਮ ਕਰਦੇ ਆ, ਭਾਰਤੀ ਜਨਤਾ ਪਾਰਟੀ ਵਾਲੇ ਕਰਦੇ ਹੀ ਨਹੀਂ, ਇਹ ਵੀ ਗੱਲ ਗਲਤ ਹੈ। ਹੁਣ 2004 ਚ ਨਰਿੰਦਰ ਮੋਦੀ ਸਾਹਿਬ ਨੇ ਖੁਦ ਰਾਹੁਲ ਗਾਂਧੀ ਨੂੰ ਹਾਈਬ੍ਰਿਡ ਬਛੜਾ ਕਹਿਤਾ, ਅਮਿਤ ਸ਼ਾਹ ਨੂੰ ਨੇ ਕਹਿਤਾ ਸੀ ਪੱਪੂ ਰਾਹੁਲ ਗਾਂਧੀ ਨੂੰ, ਸੁਬਰਾਮਨੀਅਮ ਸਵਾਮੀ ਨੇ ਬੁੱਧੂ ਕਹਿਤਾ ਸੀ, ਸਾਕਸ਼ੀ ਮਹਾਰਾਜ ਨੇ 2015 ਚ ਪਾਗਲ ਕਹਿਤਾ,
स्मृति ईरानी ने 80 साल छोटा भीम कहता, अरुण जेतली ने मस्खरा कहता, संबित पात्रा ने जुतियां मारो ये कहता, अश्विनी चौबे ने मनोरोगी कहता, कैलाश विजय वर्गिया ने रावण कहता, तरुण चुग जे वैसे तो पंजाब संबंध रखते हैं पर इतने कांग्रेस पार्टी से भारतीय जनता पार्टी के किने की कुछ किया उथे ना उन्हों का भी आ जाता। चुग साहब कहते कि मंदबुद्धि बच्चा राहुल गांधी जी। देखो चुग साहब ने कोई इलेक्शन नहीं जीती अज तक, वो पंजाब के आपां नूं पता जी। भारतीय जनता पार्टी ने पंजाब के कोटे चो नैशनल सैकटरी बनाई है वक्री गल है, तो जो तरन चुग कहते कि भाई वह मंदबुद्धि बालक है जिहड़ा इस वेले तुहाडी पार्टी के खिलाफ खड़ता प्रधानमंत्री बनने का दावेदार, तुम मंदबुद्धि आके भावें जो मर्जी आखो पर तुहाडे आखण दे नाल कोई मंदबुद्धि नहीं हो जाना। तो नाल दी नाल देखते हैं कि हुण कई जिहड़े लीडर ने उन्होंने अपने बोल कबोल वाले जिहड़े मसले आ वापस लैने शुरू करते, इस करके क्योंकि लोगों ने भी पसंद करने छड़ते ना। लोग कहिंदे कि तुसीं साडी बेरोजगारी का कितने चर्चा ही नहीं करते जी, साडी खेतीबाड़ी का कितने चर्चा ही नहीं करते, साडियां सेहत सेवावां दा साडियां सिक्खां सेवावां दा तुसीं चर्चा ही नहीं करते। तुसीं दूसरे लीडरां दे बारे इन्ना कन आप्शन बोलते हो कि उहदे तों बाद कितें ना कितें लगदा कि भाई छड्डो परे इन्हां कम्मां दे विच की रख्या, पर फिर भी लीडरां दा इस वेले पूरा ख्याल इस गल दे उत्ते लग्गिया होया कि किसी ना किसी तरीके मुढ़ली पद्धर के उत्ते सारा काम रोक दिता जाए तो वधिया, नहीं तो बाद विच औखा हो जू। पर हाल की घड़ी भारत के सियासतदानां नूं कम्म दीआं गल्लां घट ते दूसरिआं दे बारे अपशब्द बोलने वध आउंदे ने जी। अरुण शौरी होरां ने की कहता जी मोदी ते हमला कीता कहिंदे? सुखरैब जी अपने आप दे विच बहुत महत्वपूर्ण स्टेटमेंट है। पहली गल कि अरुण शौरी है कौन? अरुण शौरी भारतीय जनता पार्टी के लीडर, अरुण शौरी बहुत अच्छे एक राइटर जी, ते हुण अरुण शौरी होरां ने केंद्र की सरकार अपनी जिहड़ी उन्हां दी उहदे खिलाफ कई बयान दिते, हालांकि देखो सारिआं नूं समझ आउंदा कि जे शायद अरुण शौरी साहब नूं मोदी साहब आउंदे कहिंदे कि तुसीं तां साडे सत्कारयोग आ, तुहाडे सिर ते ही सरकार चलणी आ, तुसीं सरकार चलाओ, भावें इस सारी परिस्थिति नूं ठीक करन दे लई हुण समां लगना। वह क्यों? क्योंकि अरुण शौरी साहब जिहड़े आ ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ ਮੈਂ ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਨਹੀਂ ਪਰ ਮੈਂ ਠੋਕ ਵਜਾ ਕੇ ਕਹਿਣਾ ਚਾਹੁੰਦਾ ਕਿ 1975 ਤੋਂ ਲੈ ਕੇ 77 ਤੱਕ ਜਿਹੜੀ ਐਮਰਜੈਂਸੀ ਬੀਬੀ ਇੰਦਰਾ ਗਾਂਧੀ ਨੇ ਲਾਈ ਸੀ ਉਹ ਬਹੁਤ ਮਾੜੀ ਸੀ ਪਰ ਅੱਜ ਦੇ ਹਾਲਾਤ ਐਮਰਜੈਂਸੀ ਤੋਂ ਵੀ ਵੱਧ ਮਾੜੇ ਆ। ਦੂਸਰੀ ਗੱਲ ਅਰੁਣ ਸ਼ੌਰੀ ਸਾਹਿਬ ਨੇ ਵੀ ਸਪਸ਼ਟ ਕਰਤਾ ਸੀ, ਉਹ ਕਹਿੰਦੇ ਮੈਂ ਇਹ ਗੱਲ ਸਪਸ਼ਟ ਕਰਨੀ ਚਾਹੁੰਦਾ ਕਿ ਬੀਬੀ ਸੋਨੀਆ ਗਾਂਧੀ ਜਿਹੜੀ ਇੰਦਰਾ ਗਾਂਧੀ ਹੈ ਉਹਨੇ ਐਮਰਜੈਂਸੀ ਲਾਉਣ ਤੋਂ ਬਾਅਦ ਬਹੁਤ ਵੱਡੀ ਪੱਧਰ ਤੇ ਆਪਣੇ ਨੇੜਲੇ ਬੰਦਿਆਂ ਦੇ ਕੋਲ ਪਛਤਾਵਾ ਕੀਤਾ ਸੀ ਪਰ ਅੱਜ ਦੇ ਲੀਡਰਾਂ ਨੇ ਤਾਂ ਕਹਿੰਦੇ ਪਛਤਾਵਾ ਵੀ ਨਹੀਂ ਕਰਨਾ ਜੀ। ਤੇ ਨਾਲ ਦੀ ਨਾਲ ਦੇਖੋ ਜਦੋਂ ਆਪਣੀ ਪਾਰਟੀ ਦਾ ਕੋਈ ਬੰਦਾ ਸਾਬਕਾ ਕੈਬਨਿਟ ਮੰਤਰੀ ਇਹ ਕਹਿੰਦਾ ਕਿ ਸਾਡੀ ਪਾਰਟੀ ਦੀ ਇਸ ਸਰਕਾਰ ਦੇ ਵਿੱਚ ਬੜੇ ਅਜੀਬੋ ਗਰੀਬ ਹਾਲਾਤ ਬਣੇ ਹੋਏ ਆ, ਐਮਰਜੈਂਸੀ ਤੋਂ ਵੀ ਮਾੜੀ ਹਾਲਤ ਆ, ਉਹ ਕਹਿੰਦੇ ਕਿ ਦੇਖੋ ਗੱਲ ਇੱਕੋ ਹੀ ਹੈ ਜੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਜਾਂ ਜੇ ਦੇਸ਼ ਬਚਾਉਣਾ ਤਾਂ ਵਿਰੋਧੀ ਪਾਰਟੀਆਂ ਨੂੰ ਇਕਮੁੱਠ ਹੋਣਾ ਪਏਗਾ। ਕਿੰਨੇ ਕੁ ਚਿਰ ਦੇ ਵਿੱਚ ਹੁੰਦੀਆਂ, ਕਿੰਨੇ ਕੁ ਚਿਰ ਦੇ ਵਿੱਚ ਇਕਮੁੱਠ ਉਹ ਪਾਰਟੀਆਂ ਨਹੀਂ ਹੁੰਦੀਆਂ, ਇਹ ਵੀ ਉੱਤੇ ਕਹਿੰਦੇ ਨਿਰਭਰ ਕਰਨਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦਾ ਨਤੀਜਾ ਜਿਹੜਾ ਆਖਿਰਕਾਰ ਹੋਏਗਾ ਕੌਣ। ਹੁਣ ਦੇਖੋ ਅਰੁਣ ਸ਼ੌਰੀ ਹੋਰਾਂ ਨੇ ਪਹਿਲਾਂ ਇਹ ਵੀ ਕਿਹਾ ਸੀ ਕਿ ਜੇ ਇਸ ਵਾਰ ਦੀ 2019 ਦੀ ਲੋਕ ਸਭਾ ਦੀ ਚੋਣ ਜਿਹੜੀ ਹੈ ਜੇ ਉਹ ਭਾਰਤੀ ਜਨਤਾ ਪਾਰਟੀ ਜਿੱਤ ਜਾਂਦੀ ਹੈ ਤਾਂ ਫਿਰ ਉਸ ਲੋਕ ਸਭਾ ਦੀ ਚੋਣ ਤੋਂ ਬਾਅਦ ਕਹਿੰਦੇ ਅਗਲੀ ਕਿਸੇ ਲੋਕ ਸਭਾ ਚੋਣ ਦੀ ਆਸ ਨਾ ਰੱਖਿਓ, ਕੰਮ ਹੀ ਇੰਨਾ ਕੁ ਨਿਗਰ ਜਾਣਾ ਤੇ ਪੰਘਰ ਜਾਣਾ। ਸੋ ਕੁੱਲ ਮਿਲਾ ਕੇ ਇਸ ਵੇਲੇ ਹਾਲਾਤ ਇਹ ਬਣੇ ਹੋਏ ਨੇ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਕਈ ਆਪਣੇ ਬੰਦੇ ਜਿਹਨਾਂ ਦੇ ਵਿੱਚ ਸ਼ਤਰੂਘਨ ਸਿਨਹਾ ਵੀ ਹੈਗਾ, ਜਿਹਨਾਂ ਦੇ ਵਿੱਚ ਹੁਣ ਅਰੁਣ ਸ਼ੌਰੀ ਵੀ ਸ਼ਾਮਿਲ ਹੋ ਗਿਆ, ਇਹਨਾਂ ਨੇ ਸਿੱਧੇ ਤੌਰ ਦੇ ਉੱਤੇ ਇਹ ਸਾਰੀ ਪ੍ਰਕਿਰਿਆ ਜਿਹੜੀ ਹੈ ਉਹਨੂੰ ਆਪਣਿਆਂ ਚਸ਼ਮਿਆਂ ਦੇ ਵਿੱਚੋਂ ਆਪਣੀਆਂ ਅਣਕਾਂ ਦੇ ਵਿੱਚੋਂ ਵੇਖਣ ਦਾ ਹੌਲਾ ਕੀਤਾ ਤੇ ਵੇਖਦੇ ਹਾਂ ਕਿ ਵਿਰੋਧੀ ਪਾਰਟੀਆਂ ਦੇ ਲੀਡਰ ਅਰੁਣ ਸ਼ੌਰੀ ਦੇ ਇਸ ਬਿਆਨ ਨੂੰ ਹੁਣ ਕਿਵੇਂ ਚੁੱਕਦੇ ਨੇ ਜੀ। ਤੇ ਬਰਤ ਸਾਹਿਬ ਅਗਲੀ ਖਬਰ ਵੀ ਆਪਾਂ ਸਾਂਝੀ ਕਰ ਹੀ ਲਈਏ ਫਿਰ ਬ੍ਰੇਕ ਵੀ ਲਵਾਂਗੇ। ਜਲੰਧਰ ਲੋਕ ਸਭਾ ਇੱਥੇ ਕੀ ਹਾਲ ਤੇ ਹਾਲਾਤ ਹੈ ਜੀ? ਸੁਖਨਾਥ ਜੀ ਹਲਕਾ ਰਿਜ਼ਰਵ ਹੈ ਜੀ, ਹੈਗਾ ਇੰਪੋਰਟੈਂਟ ਹੈ ਕਿਉਂਕਿ ਮੀਡੀਆ ਦੀ ਰਾਜਧਾਨੀ ਜਲੰਧਰ ਨੂੰ ਕਿਹਾ ਜਾਂਦਾ। ਪਿਛਲੀ ਵਾਰ ਜਿਹੜੀ ਇਲੈਕਸ਼ਨ ਹੋਈ ਸੀ ਉਹ ਕਾਂਗਰਸ ਪਾਰਟੀ ਵੱਲੋਂ ਕੈਂਡੀਡੇਟ ਸੀਗੇ ਪਵਨ ਕੁਮਾਰ ਟੀਨੂ, ਕਾਂਗਰਸ ਪਾਰਟੀ ਵੱਲੋਂ ਸੀ ਚੌਧਰੀ ਸੰਤੋਖ ਸਿੰਘ ਤੇ ਤੀਸਰੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਸੀ ਜੋਤੀਮਾਨ। ਫਸਵਾਂ ਮੁਕਾਬਲਾ ਹੋਇਆ ਜੀ, ਜੋਤੀਮਾਨ 2.5 ਲੱਖ ਤੋਂ ਵੱਧ ਵੋਟਾਂ ਲੈ ਗਈ ਆਮ ਆਦਮੀ ਪਾਰਟੀ ਦੀ ਕੈਂਡੀਡੇਟ, ਹਾਲਾਂਕਿ ਮੈਨੂੰ ਲੱਗਦਾ ਕਿ 95% ਜਲੰਧਰ ਦੇ ਵੋਟਰਾਂ ਨੇ ਉਹਦਾ ਨਾਂ ਪਹਿਲੀ ਵਾਰੀ ਸੁਣਿਆ ਸੀ।
ਇਹਦੇ ਬਾਵਜੂਦ ਵੀ ਅਗਲਿਆਂ ਨੇ ਕਲੀਅਰ ਕੀਤੀ ਗੱਲ। ਚਲੋ ਉਹਦੇ ਤੋਂ ਬਾਅਦ ਅਗਲੀ ਗੱਲ, ਹੁਣ ਪਵਨ ਕੁਮਾਰ ਟੀਮ ਨੂੰ ਹਰ ਗਿਆ ਜੀ 70,000 ਵੋਟਾਂ ਨਾਲ, ਚੌਧਰੀ ਸੰਤੋਖ ਸਿੰਘ ਜਿੱਤ ਗਏ, ਪਰ ਐਤਕੀ ਕੀ ਹੋਏਗਾ? ਪਵਨ ਕੁਮਾਰ ਟੀਮ ਨੂੰ ਪਿਛਲੀ ਵਾਰੀ ਐਮ ਐਲ ਏ ਸਨ, ਐਤਕੀ ਵੀ ਐਮ ਐਲ ਏ ਆ, ਪਰ ਪਿਛਲੀ ਵਾਰੀ ਸਰਕਾਰ ਉਹਨਾਂ ਦੀ ਆਪਣੀ ਸੀ, ਲੱਗਦਾ ਸੀ ਕਿ ਐਮ ਪੀ ਬਣ ਜਾਣਗੇ, ਸੀਟ ਖਾਲੀ ਕਰ ਦਾਂਗੇ, ਕੋਈ ਵੀ ਬੰਦਾ ਖੜਾ ਕਰ ਦਾਂਗੇ, ਜਿੱਤ ਜਾਣਗੇ, ਪਰ ਐਤਕੀ ਉੱਦਾਂ ਨਹੀਂ। ਐਤਕੀ ਕਿੱਦਾਂ ਰਹੀ? ਐਤਕੀ ਹੁਣ ਪਵਨ ਕੁਮਾਰ ਟੀਮ ਨੂੰ ਕਹਿੰਦੇ ਮੈਂ ਐਮ ਐਲ ਏ ਆ ਭਾਈ ਆਦਮਪੁਰ ਤੋਂ, ਐਮ ਐਲ ਏ ਰਹਿਣਾ। ਇਹਦੇ ਨਾਲ ਨਾਲ ਸਰਵਣ ਸਿੰਘ ਫਲੌਰ ਪਾਰਟੀ ਤੋਂ ਬਾਹਰ ਨੇ, ਇਹਦੇ ਨਾਲ ਨਾਲ ਅਵਿਨਾਸ਼ ਚੰਦਰ ਕਲੇਰ ਬਾਹਰ ਨੇ। ਸ਼੍ਰੋਮਣੀ ਅਕਾਲੀ ਦਲ ਲੀਡਰ ਕਿਹੜਾ ਲਿਆਓ? ਇਸ ਵੇਲੇ ਕੋਈ ਵੱਡਾ ਲੀਡਰ ਇੱਦਾਂ ਦਾ ਨਜ਼ਰ ਹੀ ਨਹੀਂ ਆਉਂਦਾ ਜਿਹੜਾ ਸਮੁੱਚੇ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਆਪਣੀਆਂ ਸਰਗਰਮੀਆਂ ਕਰ ਸਕੇ। ਦੂਸਰੇ ਪਾਸੇ ਕਾਂਗਰਸ ਪਾਰਟੀ ਵੱਲੋਂ ਕੈਂਡੀਡੇਟ ਪੱਕੇ ਹੀ ਨੇ ਕਿ ਇਸ ਵੇਲੇ ਚੌਧਰੀ ਸੰਤੋਖ ਸਿੰਘ ਜਿਹੜੇ ਉਹੀ ਇਲੈਕਸ਼ਨ ਲੜਨਗੇ। ਹਾਲਾਂਕਿ ਵਿੱਚ ਵਿਚਾਲੇ ਰੌਲਾ ਇਹ ਵੀ ਪੈਂਦਾ ਕਿ ਕਿਤੇ ਨਾ ਕਿਤੇ ਨਵੇਂ ਨਵੇਂ ਕਾਂਗਰਸ ਪਾਰਟੀ ਦੇ ਵਿੱਚ ਆਏ ਸਰਵਣ ਸਿੰਘ ਫਲੌਰ ਵੀ ਟਿਕਟ ਦੀ ਝਾਕ ਦੇ ਵਿੱਚ ਨੇ ਕਿ ਭਾਈ ਭਾਵੇਂ ਹੁਸ਼ਿਆਰਪੁਰ ਤੋਂ ਦੇ ਦਿਓ ਤੇ ਭਾਵੇਂ ਇੱਥੇ ਦੇ ਦਿਓ, ਸੀਟਾਂ ਸੁੱਟਾਂ ਬਦਲੀਆਂ ਪੈਂਦੀਆਂ ਤਾਂ ਵੀ ਬਦਲ ਦਿਓ, ਪਰ ਮੈਨੂੰ ਕੈਂਡੀਡੇਟ ਜ਼ਰੂਰ ਬਣਾਓ। ਪਰ ਅਜੇ ਤੱਕ ਅਕਾਲੀ ਦਲ ਦੀ ਮੁਸੀਬਤ ਇਸ ਪੱਖ ਤੋਂ ਜਿਹੜੀ ਉਹ ਸਮਾਪਤ ਨਹੀਂ ਹੋਈ, ਕਿਉਂਕਿ ਕਾਂਗਰਸ ਦੇ ਕੋਲ ਪੱਕਾ ਪਤਾ ਕਿ ਬੰਦਾ ਕੌਣ ਹੈ। ਆਮ ਆਦਮੀ ਪਾਰਟੀ ਨੂੰ ਲੱਭਣਾ ਕੱਖ ਨਹੀਂ, ਘੱਟੋ ਘੱਟ 2,00,000 ਵੋਟਾਂ ਦੀਆਂ ਟੁੱਟ ਕੇ ਦੂਜੇ ਬੰਦੇ ਜਾਣਗੀਆਂ। ਤੇ ਤੀਸਰੇ ਪਾਸੇ ਜਿਹੜੀ ਗੱਲ ਇਸ ਵੇਲੇ ਸਾਹਮਣੇ ਹੈ ਉਹਦੇ ਮੁਤਾਬਕ ਤਾਂ ਇਹੀ ਗੱਲ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਕੈਂਡੀਡੇਟ ਦਾ ਨਾਮ ਕਲੀਅਰ ਕਰੇਗਾ, ਕੁਝ ਵੀ ਉਹਦੇ ਤੋਂ ਬਾਅਦ ਹੀ ਆਖਿਆ ਜਾ ਸਕਦਾ। ਹਾਲਾਂਕਿ ਵਿੱਚ ਵਿਚਾਲੇ ਵੀ ਰੌਲਾ ਪੈਂਦਾ ਕਿ ਗੁਲਜਾਰ ਸਿੰਘ ਰਣੀਕੇ ਜਿਹੜੇ ਨੇ ਉਹਨਾਂ ਨੂੰ ਲਿਆ ਕੇ ਜਲੰਧਰ ਦੇ ਲੋਕ ਸਭਾ ਹਲਕੇ ਤੋਂ ਟਿਕਟ ਦਿੱਤੀ ਜਾਵੇ ਕਿ ਭਾਈ ਆਪਣਾ ਹਲਕਾ ਤਾਂ ਹਾਰ ਹੀ ਗਏ ਹੋ, ਇੱਥੋਂ ਜਿੱਤ ਗਿਆ ਤਾਂ ਬੱਲੇ ਬੱਲੇ, ਤੇ ਜੇ ਨਾ ਜਿੱਤ ਸਕੇ ਤਾਂ ਫਿਰ ਜਿਵੇਂ ਬਾਕੀ ਦਾ ਕੰਮ ਚੱਲਦਾ ਉਸੇ ਤਰੀਕੇ ਚਲਾ ਲੈਣਾ ਚਾਹੀਦਾ ਹੈ ਜੀ। ਬਟ ਸਾਹਿਬ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਨੂੰ ਜਾਰੀ ਰੱਖਦੇ ਹਾਂ ਜੀ। ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਾਰੇ ਦਰਸ਼ਕਾਂ ਦਾ ਸਵਾਗਤ, ਸੋਰੀ ਸਰੋਤਿਆਂ ਦਾ ਸਵਾਗਤ, ਤੇ ਗੱਲ ਵਟਸਐਪ ਅਰਵਿੰਦ ਕੇਜਰੀਵਾਲ ਦੇ ਉੱਤੇ ਹੋਏ ਹਮਲੇ ਦੀ ਕਰੀਏ। ਕਹਿੰਦੇ ਦਫ਼ਤਰ ਚ ਸੁੱਟਤੀਆਂ ਜੀ ਮਿਰਚਾਂ। ਸੁਖਨੈਬ ਜੀ, ਅੱਜ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਜੀ ਜਦੋਂ ਆਪਣੇ ਸੈਕਟਰੀਏਟ ਦੇ ਵਿੱਚੋਂ ਬਾਹਰ ਆ ਰਹੇ ਸੀ, ਅਜੇ ਅੰਦਰਲੇ ਪਾਸੇ ਸੀ ਤੁਰੇ ਸੀ ਬਾਹਰ ਨੂੰ, ਦੋ ਤਿੰਨ ਬੰਦੇ ਹੋਰ ਸੀ ਨਾਲ, ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆ ਗਈ ਹੈ ਜੀ। ਇੱਕ ਵਿਅਕਤੀ ਅਚਾਨਕ ਕੋਲ ਆਉਂਦਾ, ਪੈਰੀਆਂ ਹੱਥ ਲਾਉਣ ਲੱਗਦਾ, ਰਿਸਪੈਕਟ ਦੇਣੀ ਸੀ, ਰਿਗਾਰਡ ਦੇਣਾ ਸੀ ਜੀ, ਪਰ ਪੈਰੀਆਂ ਹੱਥ ਲਾਉਣ ਲੱਗਾ ਹੀ ਫਿਰ ਆਪਣੇ ਕੋਲ ਜਿਹੜਾ ਮਿਰਚਾਂ ਦਾ ਬੂੜਾ ਜਿਹਾ ਲੈ ਕੇ ਆਇਆ ਸੀ, ਪਾਊਡਰ ਲੈ ਕੇ ਆਇਆ ਸੀ, ਉਹ ਅਰਵਿੰਦ ਕੇਜਰੀਵਾਲ ਦੇ ਮੂੰਹ ਦੇ ਉੱਤੇ ਉਹਨੇ ਪਾਉਣ ਦਾ ਯਤਨ ਕੀਤਾ। ਇਹ ਸਾਰੀ ਧੱਕਾਮੁੱਕੀ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਦੀ ਐਨਕ ਵੀ ਡਿੱਗ ਗਈ ਜੀ, ਬੰਦਾ ਕਾਬੂ ਕਰ ਲਿਆ। ਅਨਿਲ ਕੁਮਾਰ ਹਿੰਦੁਸਤਾਨੀ ਉਹਦਾ ਨਾਂ ਆ ਜੀ। ਹਾਲ ਦੀ ਘੜੀ ਪੁਲਿਸ ਪੁੱਛਗਿੱਛ ਕਰ ਰਹੀ ਹੈ, ਕੁਝ ਉਹਨਾਂ ਨੇ ਖਾਸ ਦੱਸਿਆ ਨਹੀਂ ਕਿ ਇਸ ਘਟਨਾ ਨੂੰ ਅੰਜਾਮ ਉਸ ਨੌਜਵਾਨ ਨੇ ਕਿਉਂ ਦਿੱਤਾ, ਉਹਦੇ ਪਿੱਛੇ ਉਹਦੀ ਮਨਸ਼ਾ ਕੀ ਸੀ ਜੀ। ਪਰ ਸੁਖਨੈਬ ਜੀ, ਕੋਈ ਪਹਿਲੀ ਵਾਰ ਨਹੀਂ ਹੋਇਆ, ਇਹਦੇ ਤੋਂ ਪਹਿਲਾਂ ਵੀ ਕਦੇ ਸਿਆਹੀ ਸਿੱਟੋ ਅਰਵਿੰਦ ਕੇਜਰੀਵਾਲ ਤੇ, ਸਿਆਹੀ ਸਿੱਟਣ ਦੇ ਨਾਲ ਨਾਲ ਕਦੇ ਅਰਵਿੰਦ ਕੇਜਰੀਵਾਲ ਨੂੰ ਧੱਕਾ ਮਾਰੋ, ਕਦੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਮੂੰਹ ਦੇ ਉੱਤੇ ਚਪੇੜ ਮਾਰਨ ਦਾ ਯਤਨ ਕਰੋ। ਪਰ ਅੱਜ ਬੰਦਾ ਗ੍ਰਿਫਤਾਰ ਕਰ ਲਿਆ ਗਿਆ, ਇਹਦੇ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਕਹਿੰਦੇ ਹੁੰਦੇ ਸੀ ਬੰਦਾ ਫੜਨ ਦੀ ਲੋੜ ਨਹੀਂ, ਮੈਂ ਉਹਦੇ ਘਰੇ ਜਾ ਕੇ ਬੰਦੇ ਦੇ ਉਹਨੂੰ ਪੁੱਛੂਗਾ ਕਿ ਭਾਈ ਤੈਨੂੰ ਮੇਰੇ ਨਾਲ ਦੁਸ਼ਮਣੀ ਕੀ ਆ, ਗੱਲ ਕੀ ਆ ਦੱਸ। ਪਰ ਹੁਣ ਅੱਜ ਉਹ ਬੰਦਾ ਕਾਬੂ ਕਰ ਲਿਆ ਗਿਆ, ਪੁੱਛਗਿੱਛ ਉਹਦੇ ਤੋਂ ਜਿਹੜੀ ਉਹ ਕੀਤੀ ਜਾ ਰਹੀ ਹੈ। ਤੇ ਦਿੱਲੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਮਨੋਜ ਤਿਵਾੜੀ, ਉਹ ਕਹਿੰਦੇ ਬੜੀ ਮਾੜੀ ਗੱਲ ਹੈ, ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਉਹ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧ ਨੇ, ਭਾਵੇਂ ਸਾਡੇ ਸਿਆਸੀ ਤੌਰ ਤੇ ਵਿਰੋਧੀ ਨੇ, ਪਰ ਜੇ ਉਹਨਾਂ ਦੇ ਨਾਲ ਇਹ ਗੱਲ ਕੀਤੀ ਜਾਂਦੀ ਆ ਤਾਂ ਮੈਂ ਉਹਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ। ਪਰ ਦੂਸਰੇ ਪਾਸੇ ਇੱਥੇ ਜਿਹੜੇ ਪ੍ਰਧਾਨ ਨੇ ਦਿੱਲੀ ਭਾਜਪਾ ਦੇ, ਉਹਨਾਂ ਤੋਂ ਬਿਨਾਂ ਪੁੱਛੇ ਜਦੋਂ ਅਗਲਾ ਬਿਆਨ ਦੇ ਦਿੱਤਾ ਗਿਆ, ਅਗਲਾ ਬਿਆਨ ਦਿੱਤਾ ਮਨਜਿੰਦਰ ਸਿੰਘ ਸਿਰਸਾ ਨੇ, ਤੇ ਮਨਜਿੰਦਰ ਸਿੰਘ ਸਿਰਸਾ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਜਿੱਤ ਕੇ ਐਮਐਲਏ ਬਣਿਆ ਜੀ। ਸਿਰਸਾ ਸਾਹਿਬ ਕਹਿੰਦੇ ਜੀ ਦੇਖੋ ਗੱਲ ਇਹ ਹੈ, ਸਿੱਧੀ ਹੈ ਤੇ ਪੱਧਰੀ ਹੈ, ਤੇ ਸਿੱਧੀ ਪੱਧਰੀ ਗੱਲ ਇਹ ਹੈ ਕਿ ਇਸ ਵੇਲੇ ਸੈਮੀਫਾਈਨਲ ਦੇ ਵਿੱਚ ਆਪਾਂ ਕਹਿੰਦਾ ਹੁਣ ਆਪਾਂ ਮੁਕਾਬਲੇ ਜਿਹਾ ਕਰਨੇ ਆ। ਮੁਕਾਬਲੇ ਕਿਵੇਂ ਹੋਣੇ ਆ? ਮੁਕਾਬਲੇ ਇਸ ਤਰੀਕੇ ਦੇ ਨਾਲ ਹੁਣ ਅਗਲੇ ਪਾਸੇ ਨੂੰ ਵਧਣੇ ਆ ਕਿ ਲੋਕ ਸਭਾ ਦੀਆਂ ਚੋਣਾਂ ਆਉਣ ਵਾਲੀਆਂ, ਉਹਦੇ ਨਾਲ ਕਈ ਸੂਬਿਆਂ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ, ਤਾਂ ਫਿਰ ਗੱਲ ਕਿਧਰਲੇ ਪਾਸੇ ਨੂੰ ਜਾਏਗੀ। ਹੁਣ ਦੇਖੋ ਮੋਟੇ ਰੂਪ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਦੇ ਉੱਤੇ ਜਿਹੜਾ ਹਮਲਾ ਹੋਇਆ, ਸਿਰਸਾ ਸਾਹਿਬ ਕਹਿੰਦੇ ਉਹਨਾਂ ਨੇ ਆਪ ਕਰਾਇਆ, ਇਦਾਂ ਦੇ ਡਰਾਮੇ ਅਰਵਿੰਦ ਕੇਜਰੀਵਾਲ ਕਰਦਾ ਰਹਿੰਦਾ। ਵੋਟਾਂ ਨੇੜੇ ਹੋਣ, ਉਹਦੀ ਪਾਰਟੀ ਦੇ ਉੱਤੇ ਕੋਈ ਧੱਬਾ ਲੱਗਦਾ ਹੋਵੇ, ਉਹਦੀ ਸਰਕਾਰ ਦਾ ਕੋਈ ਕੰਮ ਧੰਦਾ ਨਾ ਚੱਲਦਾ ਹੋਵੇ ਤਾਂ ਕਹਿੰਦੇ ਕੇਜਰੀਵਾਲ ਕਦੇ ਆਪਣੇ ਥੱਪੜ ਮਰਵਾ ਲੈਂਦਾ, ਕਦੇ ਆਪਣੇ ਉੱਪਰ ਚਾਹ ਚੁਆ ਲੈਂਦਾ, ਕਦੇ ਮੂੰਹ ਦੇ ਉੱਤੇ ਕਾਲਾ ਰੰਗ ਲਵਾ ਲੈਂਦਾ,
ਐਤਕੀ ਕਹਿੰਦੇ ਦੇਖੋ ਦੁਨੀਆਂ ਚ ਕਦੇ ਤੁਸੀਂ ਵੇਖਿਆ ਕਿ ਕੋਈ ਬੰਦਾ ਉਸ ਬੰਦੇ ਦੇ ਮੂੰਹ ਦੇ ਉੱਤੇ ਮਿਰਚਾਂ ਦਾ ਪਾਊਡਰ ਸਿੱਟੂਗਾ ਜੇ ਇਸ ਬੰਦੇ ਦੇ ਐਨਕਾਂ ਲੱਗੀਆਂ ਹੋਈਆਂ? ਮਾੜੇ ਤੋਂ ਮਾੜੇ ਬੰਦੇ ਨੂੰ ਵੀ ਪਤਾ ਕਿ ਭਾਈ ਐਨਕਾਂ ਵਿੱਚ ਦੀ ਮਿਰਚਾਂ ਦਾ ਪਾਊਡਰ ਥੋੜੀ ਜਾਣਾ। ਸੋ ਕੁੱਲ ਮਿਲਾ ਕੇ ਭਾਰਤੀ ਜਨਤਾ ਪਾਰਟੀ ਕੁਝ ਕਹਿ ਰਹੀ ਹੈ, ਅਕਾਲੀ ਦਲ ਕੁਝ ਕਹਿ ਰਿਹਾ, ਤੇ ਆਮ ਆਦਮੀ ਪਾਰਟੀ ਨੇ ਕਹਿ ਤਾ ਕਿ ਅਸੀਂ ਭੜਕੇ ਪ੍ਰੈਸ ਕਾਨਫਰੰਸ ਕਰਕੇ ਦੱਸਾਂਗੇ ਕਿ ਭਾਈ ਅਸਲ ਦੇ ਵਿੱਚ ਇਸ ਹਮਲੇ ਦੇ ਪਿੱਛੇ ਹੱਥ ਕਿਹਦਾ ਸੀ ਜੀ। ਔਰ ਇਦੋਂ ਅਗਲੀ ਖਬਰ ਵਟਸਐਪ ਜਿਹੜੀ ਖੇਡਾਂ ਦੀ ਦੁਨੀਆਂ ਦੀ ਹੈ ਜੀ, ਕੀ ਕੁਛ ਹੈ ਖੇਡ ਜਗਤ ਦੇ ਵਿੱਚ? ਸੁਖਨੈਬ ਜੀ, ਸਭ ਤੋਂ ਪਹਿਲਾਂ ਆਪਾਂ ਮੈਰੀ ਕੌਮ ਦੀ ਗੱਲ ਕਰ ਲੈਂਦੇ ਹਾਂ। 5 ਵਾਰ ਦੀ ਵਰਲਡ ਚੈਂਪੀਅਨ ਸਾਡੀ ਬਾਕਸਰ ਹੈ, ਤੇ ਅੱਜ ਮੈਰੀ ਕੌਮ ਨੇ ਆਪਣੇ ਆਪ ਦੇ ਵਿੱਚ ਇਤਿਹਾਸ ਸਿਰਜ ਦਿੱਤਾ, ਕਿਉਂਕਿ ਹੁਣ ਤੱਕ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਉਹ 6 ਮੈਡਲ ਜਿੱਤ ਚੁੱਕੀ ਹੈ ਜਦੋਂ ਦੀ ਖੇਡਣ ਲੱਗੀ ਹੈ ਜੀ। ਤੇ ਅੱਜ ਮੈਰੀ ਕੌਮ ਨੇ 48 ਕਿਲੋਗ੍ਰਾਮ ਭਾਰ ਵਰਗ ਦੇ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਲਿਆ। ਕੁਆਟਰ ਫਾਈਨਲ ਦੇ ਵਿੱਚ ਚੀਨ ਦੀ ਜਿਹੜੀ ਖਿਡਾਰਨ ਹੈ ਉਹਨੂੰ 5-0 ਦੇ ਨਾਲ ਹਰਾਇਆ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਫਰਕ ਹੈ, ਤੇ ਨਾਲ ਦੀ ਨਾਲ ਭਾਰਤ ਦਾ ਮੈਡਲ ਵੀ ਜਿਹੜਾ ਪੱਕਾ ਹੋ ਗਿਆ, ਕਿਉਂਕਿ ਬਾਕਸਿੰਗ ਦੇ ਵਿੱਚ ਜੇ ਤੁਸੀਂ ਸੈਮੀਫਾਈਨਲ ਦੇ ਵਿੱਚ ਅੱਪੜਦੇ ਹੋ ਤਾਂ ਭਾਵੇਂ ਹਾਰ ਵੀ ਜਾਓ ਤੁਹਾਨੂੰ ਕਾਂਸੀ ਦਾ ਮੈਡਲ ਜਿਹੜਾ ਉਹ ਪੱਕਾ ਮਿਲਦਾ। ਹੁਣ ਵਿਸ਼ਵ ਚੈਂਪੀਅਨਸ਼ਿਪ ਦੇ ਵਿੱਚ ਸਭ ਤੋਂ ਵੱਧ ਮੈਡਲ ਜਿੱਤਣ ਵਾਲੀ ਉਹ ਬਾਕਸਰ ਬਣ ਗਈ ਹੈ, ਤੇ ਨਾਲ ਦੀ ਨਾਲ ਬਾਕਸਰ ਇਸ ਕਰਕੇ ਬਣ ਗਈ ਕਿ 6 ਮੈਡਲ ਉਹਨੇ ਪਹਿਲਾਂ ਜਿੱਤੇ ਆ, ਤੇ 7ਵਾਂ ਪੱਕਾ ਹੋ ਗਿਆ, ਭਾਵੇਂ ਗੋਲਡ ਹੋਵੇ, ਭਾਵੇਂ ਸਿਲਵਰ ਹੋਵੇ ਤੇ ਭਾਵੇਂ ਬ੍ਰੋਂਜ ਹੋਵੇ। ਇਹਦੇ ਨਾਲ ਨਾਲ ਇਹ ਵੀ ਆਪਣੇ ਆਪ ਦੇ ਵਿੱਚ ਮਹੱਤਵਪੂਰਨ ਹੈ ਕਿ ਭਾਰਤ ਦੀ ਇੱਕ ਬਹੁਤ ਅੱਛੀ ਬਾਕਸਰ ਮਨੀਸ਼ਾ ਮਾਨ ਜਿਹੜੀ ਹੈ ਉਹਨੂੰ ਕੁਆਟਰ ਫਾਈਨਲ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ 4-1 ਦੇ ਨਾਲ। ਨਹੀਂ ਤਾਂ ਪਹਿਲੀ ਵਾਰ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਭਾਗ ਲੈਣ ਵਾਲੀ ਮਨੀਸ਼ਾ ਮਾਨ ਨੇ ਐਤਕੀ ਸਭ ਤੋਂ ਵੱਧ ਧਿਆਨ ਜਿਹੜਾ ਉਹ ਆਪਣੇ ਵੱਲ ਖਿੱਚਿਆ ਸੀ ਜੀ। ਇਹਨੇ ਦੁਨੀਆਂ ਦੀਆਂ ਜਿਹੜੀਆਂ ਬਿਹਤਰੀਨ 2 ਖਿਡਾਰਨਾਂ ਨੇ ਬਾਕਸਿੰਗ ਕਰਦੀਆਂ ਉਹਨਾਂ ਨੂੰ ਹਰਾ ਕੇ ਇਹ ਸਾਬਿਤ ਕਰ ਦਿੱਤਾ ਸੀ ਕਿ ਭਾਈ ਮੈਰੀ ਕੌਮ ਦੀ ਥਾਂ ਮੈਂ ਜਗ੍ਹਾ ਲੈਣ ਦੇ ਲਈ ਬਿਲਕੁਲ ਤਿਆਰ ਹਾਂ। ਇਹਦੇ ਨਾਲ ਨਾਲ ਅਜੇ ਕੁਝ ਹੋਰ ਜਿਹੜੀਆਂ ਖਿਡਾਰਨਾਂ ਨੇ ਉਹਨਾਂ ਨੇ ਆਪਣਾ ਸਫ਼ਰ ਜਾਰੀ ਰੱਖਣਾ, ਤੇ ਮਨੀਸ਼ਾ ਤੋਂ ਇਲਾਵਾ ਜਿਹਨਾਂ ਖਿਡਾਰਨਾਂ ਨੇ ਅਜੇ ਆਪਣਾ ਹਿਸਾਬ ਕਿਤਾਬ ਜਿਹੜਾ ਕਰਨਾ ਕੁਆਟਰ ਫਾਈਨਲ ਦੇ ਵਿੱਚ ਉਹਦੇ ਵਿੱਚ ਪਿੰਕੀ ਰਾਣੀ ਵੀ ਹੈ, ਸਿਮਰਨਜੀਤ ਵੀ ਹੈ, ਤੇ ਸੋਨੀਆ ਵੀ ਹੈ। ਵੇਖਦੇ ਹਾਂ ਕਿ ਇਹਨਾਂ ਦੇ ਵਿੱਚੋਂ ਕਿੰਨੀਆਂ ਕੁ ਭਾਰਤ ਦੀਆਂ ਬਾਕਸਰ ਜਿਹੜੀਆਂ ਨੇ ਉਹ ਮੈਡਲ ਪੱਕਾ ਕਰਦੀਆਂ, ਤੇ ਕਿੰਨੀਆਂ ਕੁ ਨੂੰ ਆਪਣਾ ਜਿਹੜਾ ਇੱਥੇ ਹੀ ਸਫ਼ਰ ਜਿਹੜਾ ਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਖਤਮ ਕਰਨਾ ਪੈਂਦਾ। ਦੂਸਰੀ ਜਿਹੜੀ ਖੇਡਾਂ ਦੀ ਖ਼ਬਰ ਹੈ ਉਹ ਇਹ ਹੈ ਕਿ T20 ਕ੍ਰਿਕਟ ਵਰਲਡ ਕੱਪ ਜਿਹੜਾ ਚੱਲਦਾ ਔਰਤਾਂ ਦਾ ਮੁਟਿਆਰਾਂ ਦਾ, ਉਹਦੇ ਵਿੱਚ ਸੈਮੀਫਾਈਨਲ 'ਚ ਭਾਰਤ ਦਾ ਮੁਕਾਬਲਾ ਇੰਗਲੈਂਡ ਦੀ ਟੀਮ ਨਾਲ ਹੋਣਾ, 23 ਤਰੀਕ ਨੂੰ ਹੋਣਾ, ਭਾਰਤੀ ਸਮੇਂ ਦੇ ਅਨੁਸਾਰ ਸਵੇਰੇ 5:30 ਹੋਣਾ। ਤੇ ਇਸ ਮੁਕਾਬਲੇ ਦੇ ਵਿੱਚ ਜਦੋਂ ਇੰਗਲੈਂਡ ਦੀ ਟੀਮ ਦੇ ਨਾਲ ਖੇਡਣ ਭਾਰਤੀ ਮੁਟਿਆਰਾਂ ਨੇ ਉਤਰਨਾ ਤਾਂ 2 ਅੰਕੜੇ ਸਾਨੂੰ ਚੇਤੇ ਰੱਖਣੇ ਪੈਣਗੇ। ਪਹਿਲੀ ਗੱਲ ਕਿ ਕੁੱਲ 13 ਮੈਚ ਦੋਵਾਂ ਟੀਮਾਂ ਦੇ ਦਰਮਿਆਨ ਹੋਏ ਹੈ, 10 ਮੈਚ ਵਿੱਚੋਂ ਇੰਗਲੈਂਡ ਨੇ ਜਿੱਤਿਆ ਤੇ ਭਾਰਤ ਸਿਰਫ 3 ਮੈਚ ਜਿੱਤਣ ਦੇ ਵਿੱਚ ਸਫਲ ਰਿਹਾ ਜੀ। ਪਰ ਭਾਰਤ ਦੇ ਪੱਖ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਐਸਾ ਜਿਹੜਾ ਆਖਰੀ ਮੁਕਾਬਲਾ ਦੋਵਾਂ ਟੀਮਾਂ ਦੇ ਦਰਮਿਆਨ ਹੋਇਆ ਸੀ 29 ਮਾਰਚ ਨੂੰ ਮੁੰਬਈ 'ਚ, ਉਹਦੇ ਵਿੱਚ ਭਾਰਤੀ ਟੀਮ ਜਿਹੜੀ ਹੈ ਉਹ ਜਿੱਤਣ ਦੇ ਵਿੱਚ ਕਾਮਯਾਬ ਰਹੀ ਸੀ। ਸੋ ਵੇਖਦੇ ਹਾਂ ਕਿ ਹੁਣ ਜਦੋਂ 23 ਨਵੰਬਰ ਨੂੰ ਇਹ ਸੈਮੀਫਾਈਨਲ ਮੁਕਾਬਲਾ ਸ਼ੁਰੂ ਹੋਣਾ ਤਾਂ ਭਾਰਤੀ ਟੀਮ ਜਿਹੜੀ ਹੈ ਇੰਗਲੈਂਡ ਦੀ ਟੀਮ ਨੂੰ ਕਿੰਨੀ ਕੁ ਤਕੜੀ ਟੱਕਰ ਦੇਣ ਦੇ ਵਿੱਚ ਸਮਰੱਥ ਹੁੰਦੀ ਹੈ। ਮੈਂ ਬੀਤੇ ਕੱਲ ਵੀ ਜ਼ਿਕਰ ਕੀਤਾ ਸੀ ਕਿ ਜਿਹੜੀ ਪੰਜਾਬ ਦੀ ਖਿਡਾਰਨ ਹਰਮਨਪ੍ਰੀਤ ਹੈ ਉਹਨੇ ਕਈ ਰਿਕਾਰਡ ਬਣਾਤੇ ਹੈ, ਇੱਕ ਹੁਣ ਤੱਕ ਵਰਲਡ ਕੱਪ ਦੇ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦਾ ਰਿਕਾਰਡ ਉਹਦੇ ਨਾਮ ਹੋ ਗਿਆ, ਦੂਸਰਾ 70 ਮੀਟਰ ਲੰਬਾ ਅੱਜ ਤੱਕ ਦਾ ਸਭ ਤੋਂ ਵੱਡਾ ਛੱਕਾ T20 ਵਰਲਡ ਕੱਪ ਦੇ ਵਿੱਚ ਉਹ ਵੀ ਹਰਮਨਪ੍ਰੀਤ ਦੇ ਨਾਂ। ਉਮੀਦ ਹੈ ਕਿ 2 ਮੈਚ ਰਹਿੰਦੇ ਨੇ, ਕੁਝ ਹੋਰ ਇਤਿਹਾਸ ਭਾਰਤੀ ਟੀਮ ਦੁਆਰਾ ਸਿਰਜੇ ਜ਼ਰੂਰ ਜਾਣਗੇ ਜੀ। ਤੇ ਆਹ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 50 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਸੀ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਇੱਕ ਮੰਤਰੀ ਤੋਂ ਉਹ ਮਹਿਕਮਾ ਵਾਪਸ ਲੈ ਲਿਆ ਜੀ। ਸੁਖਨੈਬ ਜੀ, ਇਹ ਵੱਡੀ ਖਬਰ ਹੈ। ਦੇਖੋ 2 ਮਹਿਕਮੇ ਸਾਂਭ ਰਹੇ ਸੀ ਓਮ ਪ੍ਰਕਾਸ਼ ਸੋਨੀ ਸਾਹਿਬ ਜਿਹੜੇ ਨੇ, ਓਪੀ ਸੋਨੀ ਅੰਮ੍ਰਿਤਸਰ ਵਾਲੇ ਜੀ। ਇੱਕ ਮਹਿਕਮਾ ਉਹਨਾਂ ਦੇ ਕੋਲ ਐਜੂਕੇਸ਼ਨ ਦਾ, ਸਕੂਲੀ ਸਿੱਖਿਆ ਦਾ ਜੀ, ਦੂਸਰਾ ਮਹਿਕਮਾ ਉਹਨਾਂ ਦੇ ਕੋਲ ਵਾਤਾਵਰਣ ਦਾ। ਦੋਵੇਂ ਹੀ ਮਹਿਕਮਿਆਂ ਦੇ ਵਿੱਚ ਕੋਈ ਮਾਰਕਾ ਨਹੀਂ ਮਾਰ ਸਕੇ, ਕਿਉਂਕਿ ਅਧਿਆਪਕਾਂ ਨੂੰ ਦੇਖੋ ਕਿੰਨੇ ਦਿਨ ਹੋ ਗਿਆ ਪਟਿਆਲੇ 'ਚ ਬੈਠੇ ਆ, ਜੇ ਕੱਲ੍ਹ ਉਹਨਾਂ ਦਾ ਘਰ ਘੇਰਦੇ ਫਿਰਦੇ ਜੀ। ਇਹਦਾ ਮਤਲਬ ਹੈ ਕਿ ਸਿੱਖਿਆ ਵਿਭਾਗ ਨੂੰ ਬਹੁਤਾ ਜ਼ਿਆਦਾ ਦਰੁਸਤ ਤਰੀਕੇ ਦੇ ਨਾਲ ਚਲਾਉਣ ਦੇ ਵਿੱਚ ਓਪੀ ਸੋਨੀ ਸਾਹਿਬ ਸਫਲ ਨਹੀਂ ਹੋਏ। ਦੂਸਰਾ ਸੀ ਇਨਵਾਇਰਮੈਂਟ ਵਾਲਾ, ਵਾਤਾਵਰਣ ਮੰਤਰਾਲਾ, ਉਹਦੇ ਵਿੱਚ 2 ਬਹੁਤ ਵੱਡੀਆਂ ਘਟਨਾਵਾਂ ਘਟੀਆਂ। ਪਹਿਲੀ ਘਟਨਾ ਜਿਹੜੀ ਹੈ ਉਹ ਸੀ ਜਦੋਂ ਚੱਡਾ ਸ਼ੂਗਰ ਮਿਲ ਦੇ ਵਿੱਚੋਂ ਸੀਰਾ ਜਾ ਰਲਿਆ ਜੀ, ਬਿਆਸ ਦਰਿਆ ਦੇ ਵਿੱਚ। ਦੇਖੋ ਕਿੱਡੀ ਵੱਡੀ ਘਟਨਾ ਸੀ ਉਹ ਨਾ, ਅੱਜ ਤੱਕ ਅਸੀਂ ਉਧਰਲੇ ਪਾਸੇ ਸਿੱਟੇ ਭੁਗਤਦੇ ਫਿਰਦੇ ਹਾਂ, ਕਿੰਨੇ ਲੋਕਾਂ ਨੇ, ਕਿੰਨੇ ਪਸ਼ੂ ਪੰਛੀਆਂ ਨੇ ਉਹਦੇ ਵਿੱਚ ਨੁਕਸਾਨ ਖਾਧਾ, ਸਾਨੂੰ ਉਹ ਵੀ ਪਤਾ। ਇਹਦੇ ਤੋਂ ਬਾਅਦ
ਦੇਖੋ ਜਦੋਂ ਬਿਆਸ ਦਰਿਆ ਦੇ ਵਿੱਚ ਸੀਰਾ ਰਲ ਗਿਆ, ਚਰਚਾ ਚੱਲ ਪਈ, ਉਦੋਂ ਹੀ ਚਾਹੀਦਾ ਸੀ ਕਿ ਅਸੀਂ ਮੁਸਤੈਦ ਹੋ ਕੇ ਕੰਮ ਕਰਦੇ, ਓਪੀ ਸੋਨੀ ਸਭ ਕੁਝ ਦਬਕ ਦੁਬਕ ਮਾਰ ਕੇ ਸਾਰਾ ਕੁਝ ਦਰੁਸਤ ਕਰਦੇ, ਪਰ ਨਹੀਂ ਹੋਇਆ। ਹੁਣ ਉਹਨਾਂ ਦਰਿਆਈ ਪਾਣੀਆਂ ਨੂੰ ਪਲੀਤ ਕਰਨ ਦੇ ਮੁੱਦੇ ਤੇ ਜਦੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇੱਕ ਕਮੇਟੀ ਬਣਾਉਂਦੀ ਹੈ, ਕਮੇਟੀ ਦੀ ਰਿਪੋਰਟ ਜਾਂਦੀ ਹੈ ਤੇ ਰਿਪੋਰਟ ਦੇ ਆਧਾਰ ਦੇ ਉੱਤੇ ਉਹ 50 ਕਰੋੜ ਦਾ ਜੁਰਮਾਨਾ ਲਾਉਂਦੇ ਆ, ਤਾਂ ਕਿਤੇ ਨਾ ਕਿਤੇ ਵਾਤਾਵਰਣ ਮਹਿਕਮੇ ਚ ਵੀ ਫੇਲ ਸਾਬਿਤ ਹੋ ਗਿਆ ਸੀ ਓਪੀ ਸੋਨੀ ਸਾਹਿਬ। ਤੇ ਅੱਜ ਇਹਨਾਂ ਤੋਂ ਮਹਿਕਮਾ ਵਾਪਸ ਲੈ ਲਿਆ ਕਪਤਾਨ ਸਾਹਿਬ ਨੇ, ਫੂਡ ਪ੍ਰੋਸੈਸਿੰਗ ਡਿਪਾਰਟਮੈਂਟ ਉਹਨਾਂ ਨੂੰ ਦੇਤਾ, ਐਜੂਕੇਸ਼ਨ ਡਿਪਾਰਟਮੈਂਟ ਓਪੀ ਸੋਨੀ ਸਾਹਿਬ ਦੇ ਕੋਲ ਹੀ ਰਹੇਗਾ, ਤੇ ਹੁਣ ਵਾਤਾਵਰਣ ਵਿਭਾਗ ਖੁਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੋਲ ਹੀ ਰੱਖ ਲਿਆ। ਸੁਖਰੈਬ ਜੀ, ਦੋ ਵੱਡੀਆਂ ਚੁਣੌਤੀਆਂ ਕਪਤਾਨ ਸਾਹਿਬ ਲਈ, ਇੱਕ ਪਰਾਲੀ ਦੇ ਕਰਕੇ ਹੁੰਦਾ ਧੂੰਆਂ, ਪਰਾਲੀ ਦੇ ਅੱਗ ਲੱਗਣ ਦੇ ਵਿੱਚ ਸੜਨ ਦੇ ਨਾਲ ਹੁੰਦੀ ਵਾਤਾਵਰਣ ਦੀ ਪਲੀਤਾ, ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅਗਲੀ ਵਾਰੀ ਸ਼ਿਕੰਜਾ ਬਹੁਤ ਕੱਸਣਾ ਹੈ। ਤੇ ਦੂਸਰਾ, ਆ ਦਰਿਆਈ ਪਾਣੀਆਂ ਨੂੰ ਦਰੁਸਤ ਕਿਵੇਂ ਕਰਨਾ ਹੈ, ਕਿਉਂਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਕਹਿਤਾ ਸੀ ਕਿ ਜੇ ਐਤਕੀ ਵੀ ਸਾਰਾ ਕੁਝ ਦਰੁਸਤ ਨਾ ਹੋਇਆ ਤੇ ਅਗਲੀ ਵਾਰ ਅਸੀਂ ਇਦੋਂ ਵੀ ਮੋਟਾ ਜੁਰਮਾਨਾ ਲਾਵਾਂਗੇ। ਸੋ ਵੇਖਦੇ ਹਾਂ ਕਿ ਓਪੀ ਸੋਨੀ ਸਾਹਿਬ ਨੂੰ ਇੱਕ ਹਲਕਾ ਜਿਹਾ ਝਟਕਾ ਤਾਂ ਕਪਤਾਨ ਸਾਹਿਬ ਨੇ ਚੁੱਪ ਚਪੀਤੇ ਦੇ ਦਿੱਤਾ, ਪਰ ਜੇ ਅਜੇ ਵੀ ਸਾਰਾ ਕੁਝ ਦਰੁਸਤ ਨਾ ਹੋਇਆ ਤਾਂ ਫਿਰ ਵੇਖਦੇ ਹਾਂ ਕਿ ਸਿੱਖਿਆ ਮਹਿਕਮਾ ਇਹਨਾਂ ਦੇ ਹੱਥੋਂ ਕਦੋਂ ਖਿਸਕਦਾ ਹੈ। ਜੀ ਬਾਟ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ, ਤੁਸੀਂ ਖਬਰਾਂ ਸਾਰਿਆਂ ਦੇ ਉੱਤੇ ਸਾਂਝ ਪਾਈ, ਤੇ ਬਾਕੀ ਕੱਲ ਸਾਂਝਾ ਫਿਰ ਬਰਕਰਾਰ ਰੱਖਦੇ ਹਾਂ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਸੁਖਨੈਬ ਜੀ, ਰੇਡੀਓ ਚੰਨ ਪ੍ਰਦੇਸ਼ੀ ਦੇ ਸਰੋਤਿਆਂ ਨੂੰ ਸ਼ੁਭ ਇਸ਼ਾਵਾਂ। ਬਹੁਤ ਮਿਹਰਬਾਨੀ ਬਾਟ ਸਾਹਿਬ।